ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ, ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ, ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ, ਵੀਡੀਓਜ਼, ਕੈਚਅਪ ਟੀਵੀ, ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ। ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ। ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ। ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਨਿਊਜ਼ ਪੁਆਇੰਟ 'ਤੇ, ਸਵਾਗਤ ਹੈ ਆਪ ਜੀ ਦਾ। ਅਤੇ ਸਾਡੇ ਨਾਲ ਨੇ ਜਰਨਲਿਸਟ ਅਵਤਾਰ ਸਿੰਘ ਜੀ, ਉਹਨਾਂ ਨਾਲ ਫਤਿਹ ਦੀ ਸਾਂਝ ਪਾਈ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਹਰ ਹਫ਼ਤੇ ਜਿਹੜਾ ਵੀਕਲੀ ਐਨਾਲਾਈਸਿਸ ਹੁੰਦਾ ਹੈ ਨਿਊਜ਼ ਦਾ, ਉਹ ਅਸੀਂ ਕਰਦੇ ਹੁੰਦੇ ਹਾਂ। ਅਤੇ ਇੱਕ ਵਾਰੀ ਫਿਰ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਦਰਸ਼ਕਾਂ ਦਾ, ਜਿਹੜੇ ਕਿ ਸਾਨੂੰ ਫੀਡਬੈਕ ਦਿੰਦੇ ਨੇ ਪ੍ਰੋਗਰਾਮ ਦੀ। ਅਤੇ ਤੁਸੀਂ ਇਸੇ ਤਰੀਕੇ ਦੇ ਨਾਲ ਜਿਹੜੀ ਪ੍ਰੋਗਰਾਮ ਨੂੰ ਫੀਡਬੈਕ ਤੁਸੀਂ ਦਿੰਦੇ ਰਿਹਾ ਕਰੋ। ਅਤੇ ਸ਼ੁਰੂਆਤ ਅੱਜ ਆਪਾਂ ਕਰਨੀ ਹੈ, ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਇਲੈਕਸ਼ਨ ਜਿਹੜੇ ਨੇ 19 ਮਈ ਜਿਹੜੀ ਡੇਟ ਹੈ ਉਹ ਰੱਖੀ ਹੋਈ ਹੈ, ਔਰ ਇਲੈਕਸ਼ਨ ਜਿਹੜੇ ਪੈਣ ਨੇ। ਅਵਤਾਰ ਸਿੰਘ ਜੀ, ਕੀ ਰੁਝਾਨ ਕੀ ਆ ਰਿਹਾ ਜੀ ਆਪਾਂ ਕਹੀਏ ਕਿ ਇਲੈਕਸ਼ਨ ਦਾ? ਇੱਕ ਤਾਂ ਜੀ ਹੁਣ ਆਖਰੀ 59 ਸੀਟਾਂ ਰਹਿ ਗਈਆਂ ਨੇ, ਆਖਰੀ ਗੇੜ ਆ ਜਿਹੜਾ 19 ਤਰੀਕ ਨੂੰ ਇਲੈਕਸ਼ਨ ਹੋਣੀਆਂ ਐਤਵਾਰ ਨੂੰ, ਵੀ ਉਹਦੇ 'ਚੋਂ ਪੰਜਾਬ, ਝਾਰਖੰਡ, ਉੱਤਰ ਪ੍ਰਦੇਸ਼ ਦੇ ਕੁਛ ਇਲਾਕੇ ਅਤੇ ਪੱਛਮੀ ਬੰਗਾਲ ਦੀਆਂ ਕੁਛ ਸੀਟਾਂ ਅਤੇ ਥੋੜ੍ਹੀਆਂ ਉੱਤਰਾਖੰਡ ਦੀਆਂ ਵੀ ਮੇਰਾ ਖਿਆਲ ਹੈਗੀਆਂ। ਸੋ 59 ਲਾਸਟ 59 ਸੀਟਾਂ ਦੇ ਜਿਹੜੇ ਇਲੈਕਸ਼ਨਾਂ ਹੋਣੀਆਂ ਨੇ, ਵੋਟਾਂ ਪੈਣੀਆਂ ਨੇ, ਉਹ ਤੋਂ ਬਾਅਦ 23 ਤਰੀਕ ਨੂੰ ਜਿਹੜੇ ਨਤੀਜੇ ਆਉਣੇ ਨੇ। ਜਿਸ ਤਰ੍ਹਾਂ ਤੁਸੀਂ ਇਹ ਆਖਿਆ ਵੀ ਰੁਝਾਨਾਂ ਦਾ ਇਹ ਹੈਗਾ ਵੀ ਰੁਝਾਨ ਦੋ ਤਰ੍ਹਾਂ ਦੇ ਹੀ ਪ੍ਰੈਵਲੈਂਟ ਨੇ ਹਾਲ ਦੀ ਘੜੀ, ਵੀ ਆਪਾਂ ਉਹ ਇੱਕ ਤਰ੍ਹਾਂ ਦਾ ਵੀ ਹੈ ਪਰ ਉਹਨੂੰ ਦੋ ਤਰ੍ਹਾਂ ਬਾਈਫਰਕੇਟ ਹੋ ਰਿਹਾ ਹੈਗਾ। ਮੁੱਖ ਰੁਝਾਨ ਇਹ ਆ ਰਿਹਾ ਵੀ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਤੌਰ 'ਤੇ ਸਾਹਮਣੇ ਆ ਰਹੀ ਆ, ਠੀਕ ਹੈ ਨਾ, ਵੀ ਉਹਨੂੰ ਐਜ਼ ਏ ਸਿੰਗਲ ਲਾਰਜੈਸਟ ਪਾਰਟੀ ਉਹਨੂੰ ਸਭ ਤੋਂ ਜ਼ਿਆਦਾ ਸੀਟਾਂ ਮਿਲਦੀਆਂ ਨੇ, 165 ਤੋਂ 170 ਦੇ ਕਰੀਬ ਤੱਕ, ਹੋ ਸਕਦਾ 180 ਵੀ ਚਲੇ ਜਾਣ। ਜਾਣੀ ਆਪਾਂ ਇੱਕ ਮਤਲਬ ਇਹਨੀਆਂ ਪ੍ਰੈਡਿਕਸ਼ਨਸ ਲਗਾਈਆਂ ਜਾ ਰਹੀਆਂ ਨੇ, ਪ੍ਰੈਡਿਕਸ਼ਨਸ ਆ ਵੀ 165 ਤੋਂ 180 ਤੱਕ ਭਾਰਤੀ ਜਨਤਾ ਪਾਰਟੀ ਸੀਟਾਂ ਲੈ ਕੇ ਜਾ ਸਕਦੀ ਹੈ, ਪਰ ਉਹ ਪੂਰਨ ਬਹੁਮਤ ਤੋਂ ਬਹੁਤ ਪਿੱਛੇ ਆ। ਜਿਹੜਾ 272 ਸੀਟਾਂ ਚਾਹੀਦੀਆਂ ਨੇ ਭਾਰਤ ਵਿੱਚ ਸਰਕਾਰ ਬਣਾਉਣ ਲਈ, ਪਰ ਉਸ ਨਿਸ਼ਾਨੇ ਤੋਂ ਭਾਰਤੀ ਜਨਤਾ ਪਾਰਟੀ ਬਹੁਤ ਬਹੁਤ ਪਿੱਛੇ ਰਹਿ ਰਹੀ ਹੈ। ਸੋ ਉਹਨੂੰ ਗੱਠਜੋੜ ਸਰਕਾਰ ਬਣਾਉਣ ਲਈ ਹਮਾਇਤੀਆਂ ਦੀ ਲੋੜ ਪਊਗੀ, ਤੇ ਉਹਦੇ 'ਚੋਂ ਹਮਾਇਤੀ ਹੁਣ ਜਿਹੜੇ ਆ ਉਹ ਸਾਹਮਣੇ ਆ ਰਹੇ ਆ ਵੀ ਸ਼ਿਵ ਸੈਨਾ ਨਾਲ ਉਹਨਾਂ ਦਾ ਪਹਿਲਾਂ ਹੀ ਗੱਠਜੋੜ ਆ, ਆਪਾਂ ਉਹਨੂੰ ਹਮਾਇਤੀਆਂ ਦੀ ਨਹੀਂ, ਉਹ 180 'ਚ ਹੀ ਆਉਣੇ ਨੇ। ਅੱਛਾ, ਉਹ 180 'ਚ ਹੀ ਗਿਣਤੀ ਆਉਣੀ ਹੈਗੀ ਆ। ਹਮਾਇਤੀ ਜਿਹੜੇ ਆਉਣਗੇ ਬੀਜੂ ਜਨਤਾ ਦਲ ਦੇ ਨਵੀਨ ਪਟਨਾਇਕ ਆ ਜਿਹੜੇ, ਉਹਨਾਂ ਦਾ ਮੰਨਿਆ ਜਾ ਰਿਹਾ ਹੈਗਾ, ਤੇ ਦੂਜੀਆਂ ਕਿੰਨੀਆਂ ਸੀਟਾਂ ਜਿੱਦਾਂ ਹੈਗੀਆਂ ਉਹਨਾਂ ਦੀਆਂ 17-18 ਸੀਟਾਂ ਉਹਨਾਂ ਦੀਆਂ ਮੰਨੀਆਂ ਜਾ ਰਹੀਆਂ ਹੈਗੀਆਂ ਉੜੀਸਾ 'ਚ ਵੀ ਉਹ ਲੈ ਕੇ ਜਾਣਗੇ। ਅਤੇ ਦੂਜਾ ਜਿਹੜੇ ਤੇਲੰਗਾਨਾ ਰਾਸ਼ਟਰੀ ਸੰਮਤੀ ਵਾਲੇ ਆ, TRS ਵਾਲੇ, ਉਹਨਾਂ ਉਹ ਕਮਜ਼ੋਰ ਕੜੀ ਆ, ਅਤੇ ਉਹਨਾਂ ਦਾ ਅਨੁਮਾਨ ਲਾਇਆ ਜਾ ਰਿਹਾ ਵੀ ਦੇ ਵਿਲ ਸਪੋਰਟ ਮੋਦੀ, ਤਾਂ ਕਿ ਉਹ TRS ਨੂੰ ਸਪੈਸ਼ਲ ਜਿਹੜਾ ਸੋਰੀ ਤੇਲੰਗਾਨਾ ਨੂੰ ਜਿਹੜਾ ਵੀ ਸਪੈਸ਼ਲ ਸਟੇਟਸ ਆ ਜਿਹੜਾ ਸਟੇਟ ਦਾ ਉਹ ਲੈਣ ਦੀ ਉਹ ਗੱਲ ਕਰਦੇ। ਉਹ ਕਹਿੰਦੇ ਵੀ ਜਿਹੜਾ ਵੀ ਸਾਨੂੰ ਸਪੈਸ਼ਲ ਸਟੇਟਸ ਦਊਗਾ ਵੀ ਅਸੀਂ ਉਹਦੀ ਹਮਾਇਤ ਕਰਾਂਗੇ। ਸੋ ਉਹ ਕਮਜ਼ੋਰ ਕੜੀ ਬਣਦੀ ਆ ਵੀ ਉਹ ਉੱਧਰ ਜਾ ਸਕਦੇ ਹੈਗੇ ਆ। ਹੋਰ ਆ ਵੀ ਕੁਛ ਉਹਨਾਂ ਨੂੰ ਸੀਟਾਂ ਜਿਹੜੀਆਂ ਹੁਣ ਜਿਹੜੀਆਂ ਤ੍ਰਿਪੁਰਾ, ਮੇਘਾਲਿਆ, ਮਿਜ਼ੋਰਮ ਤੋਂ ਆ, ਪਰ ਉਹ ਸਾਰੀਆਂ ਮਿਲਾ ਕੇ ਵੀ ਜਾਂ ਜਿੱਦਾਂ ਪੱਛਮੀ ਬੰਗਾਲ, ਉਹ ਪੱਛਮੀ ਬੰਗਾਲ ਵਾਲੀਆਂ ਤਾਂ ਫਿਰ ਇਹਨਾਂ ਦੇ ਵਿੱਚ ਇਨਕਲੂਡ ਹੋ ਜਾਣੀਆਂ ਨਾ 180 ਦੇ ਵਿੱਚ। ਅਤੇ ਈਸਟ 'ਚੋਂ ਜਿਹੜੀਆਂ ਪੂਰਬ 'ਚੋਂ ਤੇਲੰਗਾਨਾ, ਮੇਘਾਲਿਆ, ਤ੍ਰਿਪੁਰਾ, ਜਿਹੜੀਆਂ ਛੋਟੀਆਂ ਸਟੇਟਸ ਆ ਜਿੱਥੇ ਕਾਮਰੇਡਾਂ ਦਾ ਰਾਜ ਸੀ, ਉੱਥੋਂ ਹੁਣ ਕੁਛ ਅਲਾਈਜ਼ ਵੀ ਨੇ ਇਹਨਾਂ ਦੇ ਵੀ ਉਹ, ਪਰ ਉਹ ਇੱਕ ਇੱਕ ਦੋ ਦੋ ਤਿੰਨ ਤਿੰਨ ਸੀਟਾਂ ਹੀ ਹੈਗੀਆਂ ਨੇ। ਉਹ ਹੁਣ ਮਿਲਾ ਕੇ ਵੀ ਅਸੀਂ ਦੇਖ ਰਹੇ ਹੈਗੇ ਹਾਂ ਵੀ ਉਨਾ ਅੰਕੜਾ ਨਹੀਂ ਬਣ ਰਿਹਾ। ਸੋ ਇੱਥੇ ਆ ਜਿਹੜਾ ਗੈਪ ਆ ਜਿਹੜਾ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਦੀਆਂ, ਸੈਕਿੰਡ ਟਾਈਮ ਪ੍ਰਧਾਨ ਮੰਤਰੀ ਬਣਦੀਆਂ ਜਿਹੜੀਆਂ ਇੱਛਾਵਾਂ ਨੇ, ਜੇ ਇਹਨਾਂ ਦੀਆਂ ਸੀਟਾਂ ਜ਼ਿਆਦਾ ਆ ਜਾਂਦੀਆਂ, 180 ਤੋਂ ਜ਼ਿਆਦਾ ਆ ਜਾਂਦੀਆਂ, ਫਿਰ ਉਹ ਚੀਜ਼ ਪੋਸੀਬਲ ਹੈਗੀ ਆ, ਤੇ ਫਿਰ ਇਹਨਾਂ ਲਈ ਸੌਖਾ ਹੈਗਾ ਭਾਰਤੀ ਜਨਤਾ ਪਾਰਟੀ ਲਈ। ਵਰਨਾ ਜਿਸ ਤਰ੍ਹਾਂ ਇਹ ਹੈਗਾ ਵੀ ਕਿਉਂਕਿ ਸਿੰਗਲ ਲਾਰਜੈਸਟ ਪਾਰਟੀ ਦੇ ਤੌਰ 'ਤੇ ਨਰਿੰਦਰ ਮੋਦੀ ਜਾਂ ਭਾਰਤੀ ਜਨਤਾ ਪਾਰਟੀ ਸਾਹਮਣੇ ਆਊਗੀ, ਸੋ ਰਾਸ਼ਟਰਪਤੀ ਆਟੋਮੈਟਿਕਲੀ ਸਿੰਗਲ ਲਾਰਜੈਸਟ ਪਾਰਟੀ ਨੂੰ ਬੁਲਾਊਗਾ ਸਰਕਾਰ ਬਣਾਉਣ ਲਈ, ਅਤੇ ਸਰਕਾਰ ਬਣ ਵੀ ਸਕਦੀ ਹੈ ਕਿਉਂਕਿ ਉਹਨਾਂ ਨੇ ਸਿੰਗਲ ਲਾਰਜੈਸਟ ਪਾਰਟੀ ਦੀ ਸਰਕਾਰ ਬਣ ਜਾਣੀ ਹੈ। ਪਰ ਜਦੋਂ ਭਰੋਸੇ ਦਾ ਮਤਾ ਆਉਣਾ, 15 ਦਿਨਾਂ ਦਾ ਜਾਂ 13 ਦਿਨਾਂ ਦਾ ਟਾਈਮ ਹੁੰਦਾ ਵੀ ਤੁਸੀਂ ਭਰੋਸੇ ਦਾ ਵੋਟ ਹਾਸਲ ਕਰੋ, ਅਤੇ ਉਹਦੇ 'ਚੋਂ ਹੁਣ ਉਹ ਆਪਣੇ ਹਮਾਇਤੀ ਜਟਾ ਪਾਉਂਦੇ ਆ, ਭਰੋਸੇ ਦਾ ਵੋਟ ਹਾਸਲ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ। ਜੇ ਤਾਂ ਭਰੋਸੇ ਦਾ ਵੋਟ ਹਾਸਲ ਕਰ ਲੈਂਦੀ ਹੈ ਨਰਿੰਦਰ ਮੋਦੀ ਦੀ ਸਰਕਾਰ, ਤਾਂ ਅਗਲੇ ਕਿੰਨੀ ਦੇਰ ਤੱਕ ਚੱਲਦੀ ਆ ਆਪਾਂ ਨਹੀਂ ਕਹਿ ਸਕਦੇ, 5 ਸਾਲ ਚੱਲੂਗੀ, ਕਿਉਂਕਿ ਕਿਸੇ ਵੇਲੇ ਵੀ ਜਿਹੜੇ ਉਹ MPs ਆ ਟੁੱਟ ਸਕਦੇ ਆ, ਤੋੜੇ ਜਾ ਸਕਦੇ ਆ, ਜੋ ਕੁਛ ਵੀ ਭਾਰਤੀ ਰਾਜਨੀਤੀ ਵਿੱਚ ਚੱਲਦਾ। ਸੋ ਇਸ ਤਰ੍ਹਾਂ ਦਾ ਇੱਕ ਸਿਨੈਰੀਓ ਉੱਭਰ ਰਿਹਾ ਵੀ ਜੇ ਤਾਂ ਭਰੋਸੇ ਦਾ ਵੋਟ ਨਾ ਹਾਸਲ ਹੋਇਆ
ਤਾਂ 13 ਦਿਨਾਂ ਤੋਂ ਬਾਅਦ ਮੋਦੀ ਦੀ ਸਰਕਾਰ ਡਿੱਗ ਜਾਏਗੀ। ਜੇ ਭਰੋਸੇ ਦਾ ਵੋਟ ਹਾਸਲ ਹੋ ਜਾਂਦਾ ਤਾਂ ਇਟ ਵਿਲ ਕੰਟੀਨਿਊ। ਅਵਤਾਰ ਸਿੰਘ ਜੀ, ਦੂਸਰਾ ਜਿਹੜਾ ਰੁਝਾਨ ਆਪਾਂ ਕਹਿ ਸਕਦੇ ਹਾਂ ਕਿ ਰਾਹੁਲ ਗਾਂਧੀ ਨੂੰ ਅਜੇ ਐਜ਼ ਏ ਸੀਐਮ ਕੈਂਡੀਡੇਟ ਅੱਗੇ ਇੰਨਾ ਪ੍ਰਮੋਟ ਨਹੀਂ ਕੀਤਾ ਗਿਆ, ਅਤੇ ਕੀ ਜੇ ਇਹ ਨਹੀਂ ਹੁੰਦਾ ਤਾਂ ਫਿਰ ਦੂਸਰੇ ਬੰਨੇ ਕੀ ਰਾਹੁਲ ਗਾਂਧੀ ਦਾ ਕੋਈ ਚਾਂਸ ਹੈ, ਜਾਂ ਕਾਂਗਰਸ ਪਾਰਟੀ ਦੀ ਜਿਹੜੀ ਆਪਣੀ ਅੰਦਰਲੀ ਤੋੜਫੋੜੀ ਹੈਗੀ ਉਹ ਇਸ ਨੂੰ ਅੱਗੇ ਨਹੀਂ ਆਉਣ ਦਊਗੀ? ਨਹੀਂ ਨਹੀਂ, ਇਸ ਤਰ੍ਹਾਂ ਦਾ ਹੈਗਾ ਵੀ ਅਸਲ 'ਚ ਕਾਂਗਰਸ 'ਚ ਹੁਣ ਇੰਨੀ ਤੋੜਫੋੜ ਨਹੀਂ ਹੈਗੀ, ਕਿਉਂਕਿ ਜਿਸ ਤਰ੍ਹਾਂ ਦਾ ਪਿਛਲੀ ਵਾਰੀ ਉਹਨਾਂ ਨੂੰ ਸੱਟ ਵੱਜੀ ਹੈ ਜੀ, ਉਹਦੇ 'ਚੋਂ ਹੁਣ ਜਿਹੜੇ ਦਿੱਗਜ ਨੇਤਾ ਉਹ ਨਹੀਂ ਚਾਹੁੰਦੇ ਵੀ ਪਾਰਟੀ 'ਚ ਕੋਈ ਗੜਬੜ ਇਸ ਤਰ੍ਹਾਂ ਦੀ ਆਵੇ ਜੀ। ਸੋ ਰਾਹੁਲ ਗਾਂਧੀ ਵੈਸੇ ਸੋਨੀਆ ਗਾਂਧੀ ਦੀ ਉਹ ਚੱਲਦੀ ਹੈ, ਜਿੱਥੇ ਤੇ ਸੋਨੀਆ ਗਾਂਧੀ ਨੇ ਜਿਹਦੇ ਸਿਰ 'ਤੇ ਹੱਥ ਰੱਖਿਆ ਜੀ ਉਹੀ ਜਿਹੜਾ ਪ੍ਰਧਾਨ ਮੰਤਰੀ ਬਣੂਗਾ। ਹੁਣ ਦੂਜਾ ਜਿਹੜਾ ਸਨੈਰੀਓ ਆ ਰਿਹਾ ਵੀ ਭਾਜਪਾ ਨਹੀਂ ਬਣਾ ਪਾਉਂਦੀ ਜਾਂ ਬਣਾ ਕੇ ਸਰਕਾਰ ਟੁੱਟ ਜਾਂਦੀ ਆ ਜੀ, ਫਿਰ ਕੀ ਹੋਊਗਾ? ਫਿਰ ਉਹਦੇ 'ਚੋਂ ਹੈਗਾ ਵੀ ਰਾਹੁਲ ਗਾਂਧੀ ਦਾ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰਿਆ ਵੀ ਇੱਕ ਸਨੈਰੀਓ ਤਾਂ ਇਹ ਹੈਗਾ ਵੀ ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਮੰਤਰੀ ਦੇ ਤੌਰ 'ਤੇ ਪੇਸ਼ ਕਰ ਸਕਦੀ ਆ। ਉਹਦੇ 'ਚੋਂ ਇਹ ਹੈਗਾ ਵੀ ਬਹੁਤ ਸਾਰੀਆਂ ਜਿਹੜੀਆਂ ਵਿਰੋਧੀ ਧਿਰਾਂ ਦੇ ਸੀਨੀਅਰ ਨੇਤਾ ਜੀ ਉਹ ਰਾਹੁਲ ਗਾਂਧੀ ਨੂੰ ਨਹੀਂ ਚਾਹੁੰਦੇ, ਜਿਨ੍ਹਾਂ ਦੀ ਸਪੋਰਟ ਨਾਲ ਕਾਂਗਰਸ ਨੇ ਸਰਕਾਰ ਬਣਾਉਣੀ ਹੈਗੀ। ਹਾਂਜੀ ਬਿਲਕੁਲ, ਕਿਉਂਕਿ ਇੰਨੀਆਂ ਸੀਟਾਂ ਦਾ ਕਾਂਗਰਸ ਕੋਲ ਵੀ ਨਹੀਂ, ਕੋਈ ਇੰਨਾ ਉਹਨਾਂ ਨੂੰ ਕਾਂਗਰਸ ਨੂੰ 120 ਤੱਕ, ਕੋਈ ਤਾਂ ਕਹਿ ਰਿਹਾ ਵੀ 100 ਵੀ ਮਸੀ ਮਿਲਣੀਆਂ ਨੇ, ਠੀਕ ਵੀ 100 ਦੇ ਨੇੜੇ ਤੇੜੇ ਮਿਲਿਆ, 99, 98, 100, 105 ਜਿਹੜੀ ਹਾਂ ਵੀ ਇੱਥੇ ਤੱਕ ਕਹਿ ਰਹੇ ਨੇ ਵੀ ਇਹ ਤੋਂ ਜ਼ਿਆਦਾ ਨਹੀਂ ਮਿਲਿਆ, ਵੀ 3 ਦਾ ਅੰਕੜਾ ਜਿਹੜਾ 100 ਦਾ ਅੰਕੜਾ ਮਸੀ ਪਾਰ ਹੋਣਾ। ਕੁਛ ਰੁਝਾਨ ਕਹਿ ਰਹੇ ਨੇ ਵੀ 100-120 ਤੱਕ ਜਾ ਸਕਦੀ ਆ। ਆਪਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਕਰਿਆ ਸੀਗਾ ਵੀ 120 ਤੱਕ ਆਪਣੀ ਸੰਭਾਵਨਾ ਹੈਗੀ ਆ, ਕਿਉਂਕਿ ਸਾਊਥ ਇੰਡੀਆ 'ਚੋਂ ਕਾਫੀ ਸੀਟਾਂ ਲਿਜਾਣ ਦੀ ਸੰਭਾਵਨਾ ਤੇ ਕੁਛ ਸੀਟਾਂ ਮਹਾਰਾਸ਼ਟਰ 'ਚੋਂ ਤੇ ਗੁਜਰਾਤ 'ਚੋਂ ਵੀ ਈਵਨ ਸੰਭਾਵਨਾ ਗਾ, ਬਾਕੀ ਤਾਂ 23 ਤਰੀਕ ਨੂੰ ਪਤਾ ਲੱਗੂਗਾ ਪ੍ਰੈਡਿਕਸ਼ਨਸ ਨੇ ਜੀ ਜੀ ਵੀ ਇਹ ਲੈ ਕੇ। ਸੋ ਉਹਦੇ 'ਚੋਂ ਜਿਹੜੀਆਂ ਵਿਰੋਧੀ ਨੇਤਾਵਾਂ ਨੇ ਜਿਨ੍ਹਾਂ ਨੇ ਕਾਂਗਰਸ ਨੂੰ ਹਮਾਇਤ ਦੇਣੀ ਆ ਵੀ ਉਹ ਜਦੋਂ ਉਹ ਸੀਨੀਅਰ ਨੇ ਰਾਹੁਲ ਗਾਂਧੀ ਨਾਲੋਂ ਜੀ, ਉਹਨਾਂ ਨੂੰ ਲੱਗਦਾ ਵੀ ਰਾਹੁਲ ਗਾਂਧੀ ਐਜ਼ ਏ ਪ੍ਰਾਈਮ ਮਿਨਿਸਟਰ ਸਾਨੂੰ ਮਨਜ਼ੂਰ ਨਹੀਂ। ਸੋ ਉਸ ਸਿਨੈਰੀਓ 'ਚ ਰਾਹੁਲ ਗਾਂਧੀ ਨੇ ਵੈਸੇ ਕਹਿ ਦਿੱਤਾ ਹੋਇਆ ਵੀ ਮੈਂ ਪ੍ਰਧਾਨ ਮੰਤਰੀ ਬਣਨ ਲਈ ਗਰੀਡੀ ਨਹੀਂ ਹੈਗਾ, ਲਾਲਚੀ ਨਹੀਂ ਹੈਗਾ, ਮੈਂ ਇਹ ਤਿਆਗ ਕਰ ਸਕਦਾ, ਪਰ ਆਪਣਾ ਮੇਨ ਨਿਸ਼ਾਨਾ ਨਰਿੰਦਰ ਮੋਦੀ ਦੇ ਭਾਜਪਾ ਨੂੰ ਬਾਹਰ ਦਾ ਰਸਤਾ ਦਿਖਾਉਣ ਦਾ। ਸੋ ਉਸ ਸਿਨੈਰੀਓ ਵਿੱਚ ਸਭ ਤੋਂ ਜ਼ਿਆਦਾ ਕੰਟੈਂਡਰ ਜਿਹੜਾ ਵੱਡਾ ਹੈਗਾ ਬੀਬੀ ਮਾਇਆਵਤੀ ਆ। ਅੱਛਾ ਜੀ, ਵੀ ਬੀਬੀ ਮਾਇਆਵਤੀ ਨੂੰ ਐਜ਼ ਏ ਪ੍ਰਧਾਨ ਮੰਤਰੀ ਪੇਸ਼ ਹੋ ਰਿਹਾ ਹਾਲ ਦੀ ਘੜੀ, ਕਿਉਂਕਿ ਉਸ ਮੋਰਚੇ ਵਿੱਚ ਜਿਹੜਾ ਤੀਜਾ ਚੰਦਰ ਬਾਬੂ ਨਾਇਡੂ, ਸ਼ਰਦ ਪਵਾਰ, ਇਹ ਬੀਬੀ ਮਾਇਆਵਤੀ, ਅਖਿਲੇਸ਼ ਯਾਦਵ ਤੇ ਮਮਤਾ ਬੈਨਰਜੀ, ਹੁਣ 2 ਸਪਾਇਰੈਂਟ ਔਰਤਾਂ ਨੇ ਮਮਤਾ ਬੈਨਰਜੀ ਔਰ ਮਾਇਆਵਤੀ। ਹੁਣ ਜੇ ਤਾਂ ਇਹਨਾਂ ਵਿੱਚ ਕੋਈ ਲੈ ਦੇ ਹੋ ਜਾਂਦਾ ਵੀ ਇੱਕ ਜਣੇ ਨੂੰ ਉਹ ਚਾਂਸ ਦੇ ਦਿੰਦੀ ਆ, ਨਹੀਂ ਜੇ ਉੱਥੇ ਗੜਬੜ ਸ਼ੁਰੂ ਹੋ ਗਈ ਜਾਂ ਗੜਬੜ ਕਰਾਈ ਵੀ ਜਾਊਗੀ ਵੀ ਨਾ ਬਣ ਦਿੱਤਾ ਜਾਵੇ, ਫਿਰ ਕੋਈ ਹੋ ਸਕਦਾ ਜੇ ਮਾਇਆਵਤੀ ਦੇ ਨਾਂ ਤੇ ਹੋ ਜਾਂਦੀ ਆ, ਕਿਉਂਕਿ ਉਹ ਹੈਗੀ ਆ ਕੰਟੈਂਡਰ ਮੇਨ, ਤਾਂ ਇਹ ਹੋ ਸਕਦਾ ਵੀ ਮਾਇਆਵਤੀ ਦੀ ਅਗਵਾਈ ਹੇਠ ਸਰਕਾਰ ਬਣੇ, ਉਹਨੂੰ ਕਾਂਗਰਸ ਬਾਹਰੋਂ ਸਪੋਰਟ ਦੇਵੇ ਜਿਵੇਂ ਦੇਵਗੌੜਾ ਦੀ ਸਰਕਾਰ ਨੂੰ ਕਾਂਗਰਸ ਨੇ ਦਿੱਤੀ ਸੀ ਜਦੋਂ 1996 'ਚ ਜਦੋਂ ਵਾਜਪੇਈ ਦੀ ਸਰਕਾਰ ਟੁੱਟ ਗਈ ਸੀ ਨਾ, ਫਿਰ HD ਦੇਵਗੌੜਾ ਦੀ ਸਰਕਾਰ ਬਣੀ ਸੀ, ਉਹ ਪ੍ਰਧਾਨ ਮੰਤਰੀ ਬਣੇ ਸੀ, ਕਾਂਗਰਸ ਉਹਨੂੰ ਬਾਹਰੋਂ ਹਮਾਇਤ ਦਿੱਤੀ ਸੀ। ਸੋ ਉਹਦੇ 'ਚੋਂ ਹੁਣ ਕਿਉਂਕਿ ਆਪਾਂ ਦੇਖ ਰਹੇ ਹਾਂ ਵੀ 19 ਤਰੀਕ ਵਾਲੀਆਂ ਵੋਟਾਂ ਪੈਣ ਤੋਂ ਪਹਿਲਾਂ ਹੀ ਵਿਰੋਧੀ ਧਿਰ ਦੇ ਨੇਤਾ ਜਿਹੜੇ ਦਿੱਲੀ ਵਿੱਚ ਆ ਗਏ ਹੋਏ ਆ, ਉਹਨਾਂ ਨੇ ਰਾਹੁਲ ਗਾਂਧੀ ਨਾਲ ਗੱਲਬਾਤ ਕੀਤੀ ਹੈ, ਬੀਬੀ ਸੋਨੀਆ ਗਾਂਧੀ ਨਾਲ ਗੱਲਬਾਤ ਕੀਤੀ ਹੈ, ਚੰਦਰ ਬਾਬੂ ਨਾਇਡੂ ਹੋਰ ਲੋਕਾਂ ਨੂੰ ਮਿਲੇ ਨੇ ਜਾ ਕੇ, ਈਵਨ ਅਖਿਲੇਸ਼ ਯਾਦਵ ਨੂੰ ਮਿਲੇ ਨੇ ਚੰਦਰ ਬਾਬੂ ਨਾਇਡੂ। ਸੋ ਇਹਦਾ ਮਤਲਬ ਜਿਹੜੀਆਂ ਸਰਗਰਮੀਆਂ ਨੇ ਵਿਰੋਧੀ ਧਿਰ ਦੇ, ਸਾਨੂੰ ਚੰਦਰ ਬਾਬੂ ਨਾਇਡੂ ਤੇ ਆਉਂਦਾ ਵੀ ਉਹ ਲਾਲਚੀ ਪੋਲੀਟੀਸ਼ੀਅਨ ਆ, ਕਈ ਵਾਰੀ ਉਹ ਲਾਲਚ ਵਿੱਚ ਆ ਕੇ ਭਾਜਪਾ ਨਾਲ ਨਾ ਜਾ ਰਲੇ, ਜੇ ਚੰਦਰ ਬਾਬੂ ਨਾਇਡੂ ਟੁੱਟ ਜਾਂਦਾ ਇਸ ਮੋਰਚੇ ਤੋਂ, ਫਿਰ ਇਹਦਾ ਭਵਿੱਖ ਆ ਜਿਹੜਾ ਖਤਰੇ 'ਚ ਆ ਸਕਦਾ। ਸੋ ਚੰਦਰ ਬਾਬੂ ਨਾਇਡੂ ਸਭ ਤੋਂ ਕਮਜ਼ੋਰ ਕੜੀ ਆ ਇਸ ਮੋਰਚੇ ਤੇ। ਚੰਦਰ ਬਾਬੂ ਨਾਇਡੂ ਤੇ ਉਹਦੇ ਕੋਲ ਕਿੰਨੀਆਂ ਕੁ ਸੀਟਾਂ ਹੋਣ ਦੀ ਜਿਹੜੀ ਸੰਭਾਵਨਾ? ਉਹਨਾਂ 20-22 ਸੀਟਾਂ ਜਿੱਦਾਂ ਲੈ ਕੇ ਜਾ ਸਕਦਾ, ਔਰ ਇੰਨੀਆਂ ਕਿ ਮੇਰਾ ਖਿਆਲ ਬੀਜੇਪੀ ਨੂੰ ਚਾਹੀਦੀਆਂ ਹੁੰਦੀਆਂ। ਉਹ ਸਭ ਤੋਂ ਕਮਜ਼ੋਰ ਕੜੀ ਆ ਵੀ ਉੱਥੋਂ ਜੇ ਉਹ ਖਿਸਕ ਜਾਂਦਾ, ਹਾਲੇ ਤਾਂ ਉਹ ਸਰਗਰਮ ਹੈਗਾ ਤੀਜੇ ਮੋਰਚੇ ਨੂੰ ਬਣਾਉਣ 'ਚ, ਕਿਉਂਕਿ ਨਰਿੰਦਰ ਮੋਦੀ ਦੇ ਉਹ ਬਹੁਤ ਜ਼ਿਆਦਾ ਖਿਲਾਫ਼ ਬੋਲਦਾ ਰਹੇ ਆ, ਪਰ ਰਾਜਨੀਤੀ 'ਚ ਕੁਛ ਵੀ ਸੰਭਵ ਹੈ, ਜੋ ਪਿੱਛੇ ਬੁਲਾਇਆ ਗਿਆ ਈਵਨ ਨਰਿੰਦਰ ਮੋਦੀ ਵੀ ਮਾਫ਼ ਕਰ ਸਕਦੇ ਉਹਨਾਂ ਨੂੰ, ਤੇ ਇਹ ਵੀ ਕਹਿ ਸਕਦਾ ਮੇਰੇ ਤੋਂ ਗਲਤੀ ਹੋ ਗਈ। ਜਗਮੀਤ ਸਿੰਘ ਬਰਾੜ ਉਹਨਾਂ ਦੀ ਬੈਸਟ ਐਗਜ਼ਾਮਪਲ ਆ, ਹਾਂ ਜਗਮੀਤ ਸਿੰਘ ਬਰਾੜ ਬੈਸਟ ਐਗਜ਼ਾਮਪਲ ਆ ਵੀ ਜਿਹੜਾ ਬੰਦਾ ਅਕਾਲੀਆਂ ਦੇ ਖਿਲਾਫ਼ ਇੰਨਾ ਜ਼ਿਆਦਾ ਅੱਗ ਬਬੂਲਾ ਹੋ ਕੇ ਬੋਲਦਾ ਸੀ, ਅੱਜ ਉਹਨਾਂ ਲਈ ਵੋਟਾਂ ਮੰਗ ਰਿਹਾ। ਸੋ ਇਸ ਤਰ੍ਹਾਂ ਦੇ ਜਿਹੜੇ ਸਿਨੈਰੀਓ ਆ ਉੱਭਰਦੇ ਰਹਿੰਦੇ ਆ। ਸੋ ਜੇ ਚੰਦਰ ਬਾਬੂ ਨਾਇਡੂ ਡਟ ਕੇ ਖੜੇ ਰਹੇ ਤਾਂ ਹੋ ਸਕਦਾ ਵੀ ਗੈਰ ਬੀਜੇਪੀ ਤੇ ਗੈਰ ਕਾਂਗਰਸ ਜਿਹੜੀ ਸਰਕਾਰ ਹੈ
ਉਹ ਦੇਖਣ ਨੂੰ ਮਿਲੇ ਜਿਹੜੀ ਕਲੇਸ਼ਨ ਵਾਲੀ ਹੋਊਗੀ। ਬਿਲਕੁਲ ਜੀ, ਕਾਫ਼ੀ ਇੰਟਰਸਟਿੰਗ ਰਹੇਗਾ ਜੇ ਆਪਾਂ ਕਹੀਏ ਕਿ ਜੋ ਨਤੀਜੇ ਜਦੋਂ ਆਉਣਗੇ 23 ਨੂੰ, ਤਾਂ ਬਹੁਤ ਸਾਰਾ ਜਿੱਦਾਂ ਕਹੀਏ ਕਿ ਪੂਰੇ ਦੇਸ਼ ਦੇ ਨਾਲ, ਭਾਰਤ ਦੇ ਨਾਲ ਜਿਹੜੇ ਜਿਹੜੇ ਲੋਕ ਸੰਬੰਧ ਰੱਖਦੇ ਨੇ, ਉਹਨਾਂ ਦੀਆਂ ਜਿਹੜੀਆਂ ਨਿਗਾਹਾਂ ਨੇ ਉਹ ਰਹਿਣਗੀਆਂ ਕਿ ਕਿਹਦੀ ਸਰਕਾਰ ਬਣਦੀ ਹੈਗੀ ਹੈ, ਕੀ BJP ਦੁਬਾਰਾ ਆਉਂਦੀ ਹੈ ਜਾਂ ਨਹੀਂ ਆਉਂਦੀ। ਅਤੇ ਅਵਤਾਰ ਸਿੰਘ ਜੀ, ਪਿਛਲੇ ਦਿਨੀ ਟਾਈਮਸ ਮੈਗਜ਼ੀਨ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਆਰਟੀਕਲ ਸੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹਨਾਂ ਦੇ ਜਿੱਦਾਂ ਖਿਲਾਫ਼ ਲੱਗਾ ਸੀ, ਕੀ ਸੀਗਾ ਉਹ ਆਰਟੀਕਲ, ਕੀ ਸੀਗਾ ਉਸ ਦੇ ਵਿੱਚ, ਕੀ ਸੀਗਾ, ਕਿਸ ਨੇ ਜਿੱਦਾਂ ਉਹ ਆਰਟੀਕਲ? ਅੱਛਾ, ਉਹ ਜਿਹੜੇ ਆਪਣੇ ਨਾ ਤਵਲੀਨ ਸਿੰਘ ਹੈਗੇ ਆ ਪੱਤਰਕਾਰ, ਜੀ ਭਾਰਤ ਦੀ ਬਹੁਤ ਸੀਨੀਅਰ ਪੱਤਰਕਾਰ ਆ, ਉਹਨਾਂ ਦਾ ਬੇਟਾ ਹੈਗਾ, ਉਹਦਾ ਆਰਟੀਕਲ ਸੀ, ਉਹ ਟਾਈਮਜ਼ ਲਈ ਕੰਮ ਕਰਦਾ ਅੱਜ ਕੱਲ੍ਹ, ਉਹਨੇ ਜਰਨਲਿਜ਼ਮ ਦਾ ਕੀਤਾ ਜੀ, ਤੇ ਉਹ ਟਾਈਮਜ਼ ਲਈ ਕੰਮ ਕਰਦੇ, ਉਹਨਾਂ ਆਤਿਸ਼ ਤਸੀਰ ਆ ਉਹਨਾਂ ਦਾ ਨਾਮ ਨਾ, ਜੀ ਉਹਨਾਂ ਦਾ ਸੀਗਾ ਵੀ ਦੀ ਗ੍ਰੇਟ ਡਿਵਾਈਡਰ ਆਫ ਇੰਡੀਆ, ਉਹਨਾਂ ਦੇ ਟਾਈਮਜ਼ ਦੇ ਮੇਨ ਸਟੋਰੀ ਆ ਜਿਹੜੀ ਉਹ ਕਰੀ ਸੀਗੀ। ਆਮ ਤੌਰ ਤੇ ਜਿਹੜੇ ਇੰਟਰਨੈਸ਼ਨਲ ਮੈਗਜ਼ੀਨਸ ਆ ਜਾਂ ਨਿਊਜ਼ ਪੇਪਰ ਆ, ਉਹ ਇੰਟਰਨੈਸ਼ਨਲ ਨਿਊਜ਼ ਸਟੋਰੀਜ਼ ਕਰਦੇ ਰਹਿੰਦੇ ਹੈਗੇ ਆ, ਉਹਦੇ 'ਚੋਂ ਉਹ ਪੂਰੇ ਵਰਲਡ ਵਾਈਡ ਹੀ ਕਰਦੇ ਹੈਗੇ ਆ, ਕਦੀ ਅਫਰੀਕਾ ਬਾਰੇ ਕਰ ਲਈ, ਕਦੀ ਇੰਗਲੈਂਡ ਬਾਰੇ ਕਰ ਲਈ, ਬ੍ਰੈਕਸਿਟ ਬਾਰੇ ਕਿੰਨੀਆਂ ਹੋਈਆਂ ਜਾਂ ਹੋਰ ਥਾਵਾਂ 'ਤੇ, ਮਤਲਬ ਕਿ ਜਿਹੜੀ ਉਹ ਕਰਦੇ ਹੈਗੇ ਨੇ। ਟਾਈਮ ਦਾ ਹੈਗਾ ਵੀ ਹਰ ਵਾਰ, ਹਰ ਹਫ਼ਤੇ ਉਹਦੀ ਜਿਹੜੀ ਇੰਟਰਨੈਸ਼ਨਲ ਸਟੋਰੀ ਹੁੰਦੀ। ਸੋ ਦੋ ਹਫ਼ਤੇ ਪਹਿਲਾਂ ਉਹਨਾਂ ਦੀ ਜਿਹੜੀ ਸਟੋਰੀ ਸੀ ਪ੍ਰਧਾਨ ਮੰਤਰੀ ਬਾਰੇ ਸੀਗੀ, ਨਰਿੰਦਰ ਮੋਦੀ ਬਾਰੇ, ਉਹ ਕਹਿੰਦਾ ਵੀ ਇਹਨੇ ਨਰਿੰਦਰ ਮੋਦੀ ਨੇ ਇੱਕ ਦੁਸ਼ਮਣੀ ਵਾਲੀ ਜਿਹੜੀ ਸੁਸਾਇਟੀ ਆ ਉਹ ਕ੍ਰੀਏਟ ਕਰ ਦਿੱਤੀ ਹੈ, ਵੀ ਜਿਹੜੇ ਇੱਕ ਤਰ੍ਹਾਂ ਨਾਲ ਰਾਜਨੀਤਿਕ ਵਿਰੋਧ ਸੀ ਜੀ, ਉਹਦਾ ਉਹਨਾਂ ਨੂੰ ਦੁਸ਼ਮਣੀ ਵਿੱਚ ਬਦਲਤਾ ਹੋਇਆ, ਦੇਸ਼ ਵਿੱਚ ਮਤਲਬ ਕਿ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਦਾ ਪਾੜਾ ਪਾ ਦਿੱਤਾ ਹੋਇਆ ਵੀ ਲੋਕ ਇੱਕ ਦੂਜੇ ਦੇ ਲਹੂ ਦੇ ਪਿਆਸੇ ਹੋ ਗਏ ਹੋਏ ਆ। ਸੋ ਵੀ ਇਹ ਜਿਹੜੀ ਰਾਜਨੀਤੀ ਆ, ਉਹਨੇ ਬਹੁਤ ਸਾਰੇ ਵਿਦਵਾਨਾਂ ਦਾ, ਇੰਟਰਨੈਸ਼ਨਲ ਵਿਦਵਾਨਾਂ ਦਾ ਹਵਾਲਾ ਦੇ ਕੇ ਦੱਸਿਆ ਵੀ ਜਿਸ ਕਿਸਮ ਦੀ ਰਾਜਨੀਤਿਕ ਲੀਹ 'ਤੇ ਭਾਰਤੀ ਜਨਤਾ ਪਾਰਟੀ ਆ ਨਰਿੰਦਰ ਮੋਦੀ ਚੱਲ ਰਹੇ ਆ, ਉਹ ਇੱਕ ਤਰ੍ਹਾਂ ਨਾਲ ਫਾਸ਼ਿਜ਼ਮ ਵੱਲ ਜਾਂਦਾ ਰਾਹ ਹੈ, ਵੀ ਦੇਸ਼ ਨੂੰ ਫਾਸ਼ਿਸਟ ਫੋਰਸਿਸ ਆ ਜਿਹੜੀਆਂ ਚਲਾ ਰਹੀਆਂ ਹੈਗੀਆਂ। ਸੋ ਇਸ ਤਰ੍ਹਾਂ ਦੇ ਇਹ ਬਹੁਤ ਸਾਰੇ, ਹੁਣ ਉਹਦੇ ਬਾਰੇ ਬਹੁਤ ਸਾਰੇ ਨੈਗੇਟਿਵ ਵੀ ਆਏ ਆ, ਪੋਜ਼ਿਟਿਵ ਵੀ ਆਏ ਆ, ਦੋਹਾਂ ਤਰ੍ਹਾਂ ਦੇ ਜਿਹੜੇ ਰਿਐਕਸ਼ਨ ਆਏ। BJP ਵੱਲੋਂ ਇੱਕ ਆਪਾਂ ਕਹੀਏ ਕਿ ਜਿਹੜਾ BJP ਦਾ ਹਮਾਇਤੀ ਧੜਾ ਸੀ, ਉਹਨਾਂ ਵੱਲੋਂ ਇੱਕ ਵੱਡਾ ਇੱਥੇ ਰਿਐਕਸ਼ਨ ਆਇਆ ਹੈਗਾ। ਹਾਂਜੀ ਹਾਂਜੀ, ਆਮ ਤੌਰ 'ਤੇ ਇਹ ਹੁੰਦਾ ਵੀ ਇਹ ਇਕੱਲਾ ਇਹ ਨਹੀਂ ਵੀ ਨਰਿੰਦਰ ਮੋਦੀ ਬਾਰੇ ਆਇਆ, ਉਹ ਤੋਂ ਪਹਿਲਾਂ ਸੋਨੀਆ ਗਾਂਧੀ ਬਾਰੇ ਸਟੋਰੀ ਆਈ ਆ, ਈਵਨ ਵਾਜਪਾਈ ਦੀ ਸਰਕਾਰ ਸੀ ਜਦੋਂ, ਉਹਦੇ ਬਾਰੇ ਇਹ ਸੀਗਾ ਵੀ ਵਨ ਫਰੇਜਾਈਲ ਓਲਡ ਮੈਨ ਇਜ਼ ਲੀਡਿੰਗ ਇੰਡੀਆ, ਵੀ ਉਹ ਬੁੱਢਾ ਹੋ ਗਿਆ ਜਿਹਦੀ ਮਤਲਬ ਕਿ ਕੁਛ ਨਹੀਂ ਚੱਲਦਾ ਨਹੀਂ ਕੁਛ, ਵੀ ਉਹਦੀ ਕੋਈ ਸੇ ਨਹੀਂ ਹੈਗੀ ਆ ਕੁਛ ਨਹੀਂ, ਵੀ ਉਹ ਫਰੇਜਾਈਲ ਜਿਹੜਾ ਓਲਡ ਮੈਨ ਆ ਹਨਾ, ਵੀ ਉਹ ਇੰਡੀਆ ਨੂੰ ਚਲਾ ਰਿਹਾ। ਬਹੁਤ ਤਿੱਖਾ ਸੀਗਾ ਅਟਲ ਬਿਹਾਰੀ ਵਾਜਪਾਈ ਬਾਰੇ ਵੀ, ਈਵਨ ਮਨਮੋਹਨ ਸਿੰਘ ਬਾਰੇ ਸੀਗਾ, ਡਾਕਟਰ ਮਨਮੋਹਨ, ਪਿਛਲੀਆਂ ਇਲੈਕਸ਼ਨਾਂ ਹੋਈਆਂ ਜਿਹੜੀਆਂ, ਉਹ ਤੋਂ ਕੁਛ ਹਫ਼ਤੇ ਪਹਿਲਾਂ ਆਇਆ ਸੀਗਾ ਅੰਡਰ ਅਚੀਵਰ, ਉਹਨਾਂ ਦੀ ਮੇਨ ਸਟੋਰੀ ਸੀ ਵੀ ਜਿੰਨਾ ਇਕਨੋਮਿਕਲੀ ਉਹਨਾਂ ਨੂੰ ਚਾਹੀਦਾ ਸੀ ਜਿਹੜਾ ਫੋਰਨ ਡਾਇਰੈਕਟ ਇਨਵੈਸਟਮੈਂਟ, ਉਹ ਅਚੀਵ ਨਹੀਂ ਕਰ ਸਕਦੇ, ਜਿਹੜਾ ਇਨਵੈਸਟਮੈਂਟ ਦਾ ਲੈਵਲ ਸੀਗਾ ਉਹ ਇੰਡੈਕਸ ਪੁਆਇੰਟ 'ਤੇ ਉਹਦੀ ਗਰੋਥ ਲੈਵਲ ਨੂੰ ਉਸ ਤਰ੍ਹਾਂ ਨਹੀਂ ਲੈ। ਸੋ ਇਹ ਸਟਿੰਗਿੰਗ ਸਟੋਰੀਜ਼ ਹੁੰਦੀਆਂ, ਇੰਟਰਨੈਸ਼ਨਲ ਮੈਗਜ਼ੀਨਸ ਵਿੱਚ ਆਉਂਦੀਆਂ। ਆਮ ਤੌਰ 'ਤੇ ਸਰਕਾਰਾਂ ਆਪਣਾ ਇੰਟਰੋਸਪੈਕਟ ਤਾਂ ਕਰਦੀਆਂ ਵੀ ਅੰਦਰ ਝਾਤੀ ਮਾਰਦੀਆਂ, ਪਰ ਇਸ ਤਰ੍ਹਾਂ ਉਹਦੇ ਖਿਲਾਫ਼ ਰਿਐਕਟ ਨਹੀਂ ਕਰਦੀ ਹੁੰਦੀ ਹੈ ਪਹਿਲੀ ਵਾਰ। ਈਵਨ ਇਹ ਤੋਂ ਜ਼ਿਆਦਾ ਜੇ ਮੈਂ ਦੇਖਿਆ ਜਾਵੇ, ਜਿਹੜਾ ਜਦੋਂ ਨਰਿੰਦਰ ਮੋਦੀ ਇੱਥੇ ਇੰਗਲੈਂਡ ਆਏ ਸੀ ਨਾ ਜੀ, ਤਾਂ ਅਜੀਤ ਭੱਟਾਚਾਰੀਆ ਦਾ ਜਿਹੜਾ ਦਾ ਗਾਰਡੀਅਨ ਵਿੱਚ ਛਪਿਆ ਸੀ ਉਹ ਬਹੁਤ ਜ਼ਿਆਦਾ ਤਿੱਖਾ ਸੀ, ਇਹਦੇ ਨਾਲੋਂ ਵੀ ਜ਼ਿਆਦਾ ਤਿੱਖਾ ਸੀ। ਉਹਨਾਂ ਦਾ ਸਪਸ਼ਟ ਸੀਗਾ ਵੀ ਇਹ ਹਿੰਦੂ ਤਾਲਿਬਾਨ ਇਜ਼ ਲੀਡਿੰਗ ਇੰਡੀਆ, ਰੂਲਿੰਗ ਇੰਡੀਆ, ਜਾਣੀ ਬਹੁਤ ਉੱਦਾਂ ਉਹ ਲਿਖਤ ਪੱਖੋਂ ਬਹੁਤ ਅੱਛਾ ਸੀ। ਉਹਨੇ ਬਕਾਇਦਾ ਲਿਖਿਆ ਵੀ ਇੱਕ ਉਹ ਬੰਦਾ ਰੂਲ ਕਰ ਰਿਹਾ ਜਿਹਦੀ ਸਮੁੱਚੀ ਲਾਈਫ ਦਾ ਸਟਾਈਲ ਹੀ ਅਨਡੈਮੋਕ੍ਰੇਟਿਕ ਸੰਸਥਾਵਾਂ ਵਿੱਚ ਰਿਹਾ, ਵੀ ਉਹਦਾ ਜਿਹੜਾ ਉਹ ਉਹਨਾਂ ਅਨਡੈਮੋਕ੍ਰੇਟਿਕ ਸੰਸਥਾਵਾਂ ਵਿੱਚ ਵਿਚਰਦਾ ਰਿਹਾ, ਖਾਸ ਕਰਕੇ ਸੰਘ ਪਰਿਵਾਰ ਅਤੇ ਉਹਦੇ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਜਿਹੜੀਆਂ ਡੈਮੋਕ੍ਰੇਸੀ ਨੂੰ ਮਤਲਬ ਕਿ ਅੱਗੇ ਪ੍ਰੋਲੋਂਗ ਹੀ ਨਹੀਂ ਕਰਨਾ ਚਾਹੁੰਦੀਆਂ, ਜਿਹੜੀਆਂ ਫੁੱਲ ਸਟਾਪ ਲਾ ਦੇਣਾ ਚਾਹੁੰਦੀਆਂ, ਅਤੇ ਉਹ ਹੈ, ਇਟ ਵਾਸ ਵੈਰੀ ਯੂ ਕੈਨ ਸੇ ਵੀ ਬਹੁਤ ਵਧੀਆ ਪੀਸ ਆਫ ਇੰਗਲਿਸ਼ ਸੀਗਾ ਹਨਾ, ਵੀ ਪਰ ਉਹਦੇ ਬਾਵਜੂਦ ਵੀ ਉਹਦੇ ਖਿਲਾਫ਼ ਕਦੀ ਉਹ ਆਇਆ ਨਹੀਂ। ਲੇਕਿਨ BJP ਦਾ ਜਿਹੜਾ ਓਫੀਸ਼ੀਅਲ ਉਹ ਨਹੀਂ ਸੀ ਆਇਆ, ਵਿਰੋਧ ਨਹੀਂ ਸੀ ਆਇਆ, ਭਾਰਤ ਦੇ ਮੀਡੀਆ ਨੇ ਸਟੋਰੀਆਂ ਚਲਾਈਆਂ ਸੀ ਦਾ ਗਾਰਡੀਅਨ ਦੇ ਖਿਲਾਫ਼, ਪਰ ਓਫੀਸ਼ੀਅਲ ਨਹੀਂ ਸੀ। ਹੁਣ ਸੰਬਿਤ ਪਾਤਰਾ ਦਾ ਅਤੇ ਹੋਰ ਲੋਕਾਂ ਦੀ ਪ੍ਰੈਸ ਕਾਨਫਰੰਸ 'ਤੇ ਉਹਦਾ ਆਰਟੀਕਲ ਵੀ ਆਇਆ ਹੈਗਾ। ਸੋ ਇਸ ਤਰ੍ਹਾਂ ਜਦੋਂ ਇੰਟਰਨੈਸ਼ਨਲ ਛਪਦਾ ਹੈਗਾ ਤਾਂ ਵੱਡੀਆਂ ਪਾਰਟੀਆਂ ਇਗਨੋਰ ਕਰ ਜਾਂਦੀਆਂ, ਮਤਲਬ ਇੱਥੇ ਇਗਨੋਰ ਨਹੀਂ ਕੀਤਾ ਗਿਆ, ਇੱਥੇ ਇਗਨੋਰ ਨਹੀਂ ਕੀਤਾ ਉਹਨਾਂ ਨੇ, ਜਿੱਦਾਂ ਆਪਣੀ ਡਿਫੈਂਸ ਲੈਂਡ, ਸੋ ਇਹਦੇ 'ਚ ਕਮਜ਼ੋਰੀ ਹੁੰਦੀ ਹੈ ਤੁਹਾਡੀ ਜਦੋਂ ਡਿਫੈਂਸ ਲੈਂਦੇ ਹੋ ਨਾ, ਵੀ ਉਹਨੂੰ ਇਗਨੋਰ ਕਰ ਦਿੰਦੀਆਂ ਹੁੰਦੀਆਂ, ਪਰ ਉਹਨਾਂ ਨੇ ਇੱਕ ਤਰ੍ਹਾਂ ਨਾਲ ਹੁਣ ਰਬਾਊਸਟ ਆ, ਇੱਕ ਖਾਸ ਪੋਲੀਟੀਕਲ ਸਿਚੁਏਸ਼ਨ ਵਿੱਚ ਰਹਿ ਰਹੇ ਆ, ਉਹਦੇ 'ਚ ਉਹਨਾਂ ਨੇ ਰਿਐਕਟ ਕਰਿਆ ਤਾਂ ਉਹ ਕਿਤੇ ਨਾ ਕਿਤੇ ਨੈਗੇਟਿਵਲੀ ਇਫੈਕਟ ਕਰਦਾ ਉਹਨਾਂ ਨੂੰ। ਜੀ ਬਿਲਕੁਲ ਜੀ, ਅਤੇ ਦਰਸ਼ਕਾਂ ਨੂੰ ਇਹ ਵੀ ਦੱਸ ਚੱਲੀਏ ਕਿ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੀ ਹੈ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਹੈਗੀ ਹੈ, ਔਰ ਇਹ ਵੀ ਦੱਸ ਚੱਲੀਏ ਕਿ ਪਿਛਲੇ 5 ਸਾਲਾਂ ਦੇ ਵਿੱਚ ਉਹਨਾਂ ਨੇ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਹੈਗੀ ਹੈ,
ਕਿਸ ਤਰੀਕੇ ਦੀ ਰਹੀ ਹੈ ਪ੍ਰੈਸ ਕਾਨਫਰੰਸ ਅਵਤਾਰ ਸਿੰਘ ਜੀ? ਕੀ ਉਹਨਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਜਾਂ ਨਹੀਂ ਦਿੱਤੇ? ਕਿਸ ਤਰ੍ਹਾਂ ਦਾ ਮਾਹੌਲ ਸੀ? ਇੱਕ ਤਾਂ ਜਿਸ ਤਰ੍ਹਾਂ ਤੁਸੀਂ ਆਖਿਆ ਵੀ ਪਿਛਲੇ 5 ਸਾਲਾਂ 'ਚ ਉਹਨਾਂ ਨੇ ਪਹਿਲੀ ਵਾਰ ਪ੍ਰੈਸ ਦਾ ਸਾਹਮਣਾ ਕੀਤਾ, ਯਾਨੀ ਪ੍ਰਧਾਨ ਮੰਤਰੀ ਦਾ ਸਟਾਈਲ ਹੀ ਆ ਵੀ ਦੂਰੋਂ ਆਉਂਦੇ ਆ ਜੀ ਜੀ ਤੇ ਭਾਸ਼ਣ ਕਰਕੇ ਚਲਾ ਜਾਂਦੇ ਆ, ਸਵਾਲ ਕੋਈ ਨਹੀਂ ਜਾਂ ਕਿਸੇ ਟੀਵੀ ਪ੍ਰੋਗਰਾਮਾਂ ਦੇ ਵਿੱਚ ਦੇਖੇ ਜਾ ਸਕਦੇ ਹਾਂ, ਯਾਨੀ ਉਸ ਤਰ੍ਹਾਂ ਵੀ ਆਮ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ। ਇਹ ਇੱਕ ਕਮਜ਼ੋਰ ਲੀਡਰ ਦੀ ਨਿਸ਼ਾਨੀ ਆ ਵੀ ਜਿਹੜਾ ਕਮਜ਼ੋਰ ਲੀਡਰ ਆ ਉਹ ਪ੍ਰੈਸ ਦਾ ਸਾਹਮਣਾ ਕਰਨ ਤੋਂ ਡਰਦਾ, ਜਿਹਦੇ ਕੋਲ ਦਿਖਾਉਣ ਲਈ ਕੁਛ ਨਹੀਂ, ਜਿਹਦੇ ਕੋਲ ਉਸ ਤਰ੍ਹਾਂ ਦਾ ਐਕਸਪਰਟਾਈਜ਼ ਨਹੀਂ ਹੈਗਾ, ਜਿਹੜਾ ਉਸ ਲੈਵਲ ਦਾ ਇੰਟਲੈਕਚੁਅਲ ਨਹੀਂ ਹੈਗਾ। ਕਿਉਂਕਿ ਹੁਣ ਜਿਹੜੇ ਜਰਨਲਿਸਟ ਆ ਹਨਾ, ਉਹਨਾਂ ਦਾ ਇੱਕ ਜਿਹੜਾ ਇੰਟਲੈਕਚੁਅਲ ਲੈਵਲ ਆ ਉਹ ਹੁੰਦਾ ਇਕਾਨਮੀ ਬਾਰੇ ਵੱਖਰੇ। ਹੁਣ ਜਦੋਂ ਇੰਟਰਨੈਸ਼ਨਲ ਪ੍ਰੈਸ ਬੈਠੀ ਹੋਣੀ ਆ, ਉਹਨਾਂ ਦਾ ਵਰਲਡ ਇਕਾਨਮੀ ਬਾਰੇ, ਦੇਸ਼ ਦੀ ਇਕਾਨਮੀ ਬਾਰੇ, ਦੇਸ਼ ਦੀ ਗਰੀਬੀ ਬਾਰੇ, ਐਜੂਕੇਸ਼ਨ ਬਾਰੇ, ਹਾਇਰ ਐਜੂਕੇਸ਼ਨ ਬਾਰੇ, ਟੈਕਨੀਕਲ ਐਜੂਕੇਸ਼ਨ ਬਾਰੇ ਜਾਂ ਹੈਲਥ ਸਿਸਟਮ ਬਾਰੇ ਬਹੁਤ ਸਾਰੇ ਸਵਾਲ ਹੁੰਦੇ ਨੇ। ਪਰ ਜਿਹੜਾ ਕਮਜ਼ੋਰ ਲੀਡਰ ਆ ਉਹ ਫਿਰ ਇਸ ਇੰਟਲੈਕਟ ਦਾ ਸਾਹਮਣਾ ਨਹੀਂ ਕਰਦਾ। ਸੋ ਇਹੀ ਹੋਇਆ ਵੀ ਨਰਿੰਦਰ ਮੋਦੀ ਉਹਨਾਂ ਨੇ ਪਿਛਲੇ 5 ਸਾਲਾਂ ਤੋਂ ਪ੍ਰੈਸ ਦਾ ਸਾਹਮਣਾ ਨਹੀਂ ਕੀਤਾ। ਹੁਣ ਵੀ ਜਿਹੜੀ ਲਾਸਟ ਪ੍ਰੈਸ ਫਸਟ ਜਾਂ ਲਾਸਟ ਆਪਾਂ ਕਹਿ ਸਕਦੇ ਹਾਂ ਵੀ ਪਹਿਲੀ ਤੇ ਆਖਰੀ ਆ ਨਾ, ਉਹ ਤੋਂ ਬਾਅਦ ਤਾਂ ਨਤੀਜੇ ਆ ਜਾਣਗੇ, ਅਗਲੀ ਟਰਮ ਹੋਊਗੀ ਉਹਦੇ 'ਚ ਪਤਾ ਲੱਗੂਗਾ ਕੀ ਹੁੰਦਾ ਹੈਗਾ ਜੀ। ਪਰ ਉਹਦੇ 'ਚੋਂ ਉਹ ਬੈਠੇ ਰਹੇ ਆ, ਉਹਨਾਂ ਨੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਹਾਲਾਂਕਿ ਪ੍ਰੈਸ ਕਾਨਫਰੰਸ ਪ੍ਰਧਾਨ ਮੰਤਰੀ ਦੀ ਸੀ ਜੀ, ਹਨਾ, ਸਾਰੇ ਪੱਤਰਕਾਰਾਂ ਨੂੰ ਉਹਨਾਂ ਤੋਂ ਐਜ਼ ਏ ਪ੍ਰਧਾਨ ਮੰਤਰੀ ਸਵਾਲ ਪੁੱਛਣੇ ਸਨ ਵੀ ਤੁਸੀਂ ਦੇਸ਼ ਨੂੰ ਲੀਡ ਕਰਿਆ ਤੇ ਪਿਛਲੇ 5 ਸਾਲ ਦਾ ਲੇਖਾ ਜੋਖਾ ਦਿਓ, ਪਰ ਉਹਨਾਂ ਨੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਇਹ ਕਹਿ ਦਿੱਤਾ ਵੀ ਸਾਰੇ ਸਵਾਲਾਂ ਦੇ ਜਵਾਬ ਅਮਿਤ ਸ਼ਾਹ ਦੇਣਗੇ। ਹੁਣ ਅਕਸਰ ਪ੍ਰੈਸ ਤਾਂ ਉਹਨਾਂ ਨੂੰ ਸੰਬੋਧਿਤ ਸੀ ਜੀ, ਅਮਿਤ ਸ਼ਾਹ ਇਜ਼ ਨੋ ਵੇਅਰ ਇਨ ਦੀ ਸੀਨ, ਉਹ ਤਾਂ ਇੱਕ ਬੀਜੇਪੀ ਰਾਸ਼ਟਰੀ ਪਾਰਟੀ ਆ, ਉਹਦਾ ਪ੍ਰਧਾਨ ਹੈ, ਉਹ ਪ੍ਰਧਾਨ ਮੰਤਰੀ ਨਹੀਂ ਹੈ। ਹੀ ਗਾਟ ਨੋ ਰਿਸਪੋਂਸੀਬਿਲਟੀ ਅਬਾਊਟ ਇੰਡੀਆ, ਹਨਾ, ਪ੍ਰਧਾਨ ਮੰਤਰੀ ਰਿਸਪੋਂਸੀਬਲ ਆ ਵੀ ਜੋ ਕੁਛ ਪਿਛਲੇ 5 ਸਾਲਾਂ 'ਚ ਉਹਦੇ 'ਚ ਭਾਰਤ ਵਿੱਚ ਹੋਇਆ, ਪਰ ਉਹਨਾਂ ਨੇ ਕੋਈ ਵੀ ਜਵਾਬ ਨਹੀਂ ਦਿੱਤਾ। ਸੋ ਅਸੀਂ ਕਹਿ ਸਕਦੇ ਹਾਂ ਵੀ ਜਿਹੜਾ ਬੰਦਾ ਇਹ ਸ਼ੋ ਕਰਦਾ ਵੀ ਮੈਂ ਬਹੁਤ ਤਾਕਤਵਰ ਆ, ਬਹੁਤ ਖੁੰਖਾਰੂ ਜਾਂ ਬਹੁਤ ਸਟਰੋਂਗ ਰਾਸ਼ਟਰੀ ਨੇਤਾ ਹੈਗਾ, ਅਸਲ 'ਚ ਅੰਦਰੋਂ ਕਿੰਨਾ ਕਮਜ਼ੋਰ ਹੈ ਵੀ ਉਹ ਪ੍ਰੈਸ ਦਾ ਸਾਹਮਣਾ ਨਹੀਂ ਕਰ ਸਕਦਾ। ਇਹਦਾ ਮਤਲਬ ਸੱਚ ਉਹਦੇ ਪੱਲੇ ਨਹੀਂ ਹੈਗਾ, ਕਿਤੇ ਨਾ ਕਿਤੇ ਕਮਜ਼ੋਰੀ ਉਹਦੇ ਅੰਦਰ ਵਸੀ ਹੋਈ ਹੈ ਜੀ। ਅਵਤਾਰ ਸਿੰਘ ਜੀ, ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰ ਜਿਹੜੀ ਕਿ PM ਨਰਿੰਦਰ ਮੋਦੀ ਦਾ ਪਿਛਲੇ ਦਿਨੀ ਜਿਹੜਾ ਹੈ ਉਹਨਾਂ ਨੇ ਨਿਊਜ਼ ਨੇਸ਼ਨ ਨੂੰ ਇੰਟਰਵਿਊ ਦਿੱਤਾ, ਔਰ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ 1987-88 ਦੇ ਦੌਰਾਨ ਮੈਂ ਡਿਜੀਟਲ ਕੈਮਰਾ ਜਿਹੜਾ ਹੈ ਉਹਨਾਂ ਨੇ ਦੱਸਿਆ ਕਿ ਯੂਜ਼ ਕੀਤਾ ਸੀ, ਉਦੋਂ ਅਡਵਾਨੀ ਜੀ ਦੀ ਰੈਲੀ ਸੀ ਅਤੇ ਉਹ ਕੈਮਰਾ ਮੈਂ ਯੂਜ਼ ਕੀਤਾ, ਉਸ 'ਤੇ ਜਿਹੜੀਆਂ ਤਸਵੀਰਾਂ ਨੇ ਉਹ ਮੈਂ ਭੇਜ ਦਿੱਤੀਆਂ, ਈਮੇਲ ਕਰ ਦਿੱਤੀਆਂ, ਉਸ ਦਿਨ ਈਮੇਲ ਵੀ ਕੋਈ ਇੰਨੀ ਯੂਜ਼ ਨਹੀਂ ਸੀ ਕਰਦਾ ਅਤੇ ਉਹ ਤਸਵੀਰਾਂ ਜਿਹੜੀਆਂ ਉਹ ਛਪ ਕੇ ਆ ਗਈਆਂ ਜਦੋਂ, ਅਤੇ ਉਦੋਂ ਅਡਵਾਨੀ ਜੀ ਬਹੁਤ ਹੈਰਾਨ ਹੋਏ ਕਿ ਇਹ ਕਿੱਦਾਂ ਹੋ ਗਿਆ। ਕੀ ਕਹੋਗੇ ਤੁਸੀਂ ਉਹਨਾਂ ਦੇ ਇਸ 'ਤੇ, ਇਸ ਬਿਆਨ ਨੂੰ? ਔਰ ਇੰਡੀਆ ਟੂਡੇ ਨੇ ਇੱਕ ਫੈਕਟ ਚੈੱਕਰ ਜਿਹੜਾ ਹੈ ਉਹ ਵੀ ਇਸ 'ਤੇ ਜਿੱਦਾਂ ਲਗਾਇਆ ਹੋਇਆ। ਹਾਂ, ਇਕੱਲਾ ਇੰਡੀਆ ਟੂਡੇ ਨੇ ਨਹੀਂ, ਸਾਰੇ ਮੀਡੀਆ ਨੇ ਵੈਸੇ ਫੈਕਟ ਚੈੱਕ ਲਗਾਇਆ, ਯਾਨੀ ਉਹ ਫੈਕਟ ਚੈੱਕ 'ਚੋਂ ਇਹ ਆਇਆ ਵੀ ਇਹ ਗੱਲ ਸੰਭਵ ਨਹੀਂ ਹੈ। ਜਾਂ ਤਾਂ ਉਹ ਜਿਹੜਾ ਸਮਾਂ ਤੇ ਜਿਹੜਾ ਅੱਗੇ ਦਾ ਹੋ ਸਕਦਾ ਸਨ ਹੈ ਉਹ ਗਲਤ ਬੋਲ ਗਏ ਨੇ, ਕਿਉਂਕਿ ਕਈ ਵਾਰ ਕਨਫਿਊਜ਼ ਹੋ ਜਾਂਦਾ ਬੰਦਾ ਜਦੋਂ ਇੰਟਰਵਿਊ ਵਗੈਰਾ ਦਿੰਦਾ, ਜਾਨੀ ਦੋਹੇ ਤਰ੍ਹਾਂ ਦੀਆਂ ਸੰਭਾਵਨਾਵਾਂ ਨੇ ਹਨਾ, ਵੀ ਇੱਕ ਤਾਂ ਸਪਸ਼ਟ ਕਿਹਾ ਜਾ ਸਕਦਾ ਵੀ ਝੂਠ ਬੋਲੇ ਨੇ ਹਨਾ, ਚਲੋ ਉਹ ਇੰਡੀਅਨ ਮੀਡੀਆ ਨੇ ਉਹ ਨਹੀਂ ਕਿਹਾ, ਆਪਾਂ ਵੀ ਨਹੀਂ ਕਹਿੰਦੇ ਵੀ ਝੂਠ ਬੋਲੇ ਨੇ ਹਨਾ। ਯਾਨੀ ਦੂਜਾ ਫੈਕਟ ਇਹ ਆ ਵੀ ਉਹਨਾਂ ਤੋਂ ਸਨ ਜਿੱਦਾਂ 88 ਨਹੀਂ 98 ਹੋ ਸਕਦਾ, ਕਿਉਂਕਿ 1990 ਵਿੱਚ ਡਿਜੀਟਲ ਕੈਮਰਾ ਜਿਹੜਾ ਉਹ ਰਿਲੀਜ਼ ਹੋਇਆ ਅਮਰੀਕਾ ਵਿੱਚ ਜੀ ਜੀ। ਸੋ ਈਮੇਲਸ ਵੀ 1993-94 ਜੇ ਤੱਕ 94-95 ਤੱਕ ਹਾਲੇ ਫੈਕਸਾਂ ਹੀ ਚੱਲਦੀਆਂ ਸੀ, ਉਦੋਂ ਜੇ ਜਾ ਕੇ ਥੋੜਾ ਥੋੜਾ ਈਮੇਲਸ ਦਾ ਉਹ ਵੀ ਵੱਡੀਆਂ ਕੰਪਨੀਆਂ ਕੋਲ ਹੁੰਦੀ ਸੀ, ਆਮ ਜਿੱਦਾਂ ਹੁਣ ਆਪਾਂ ਨੂੰ ਐਕਸੈਸੀਬਲ ਆ ਇੱਦਾਂ ਨਹੀਂ ਸੀ ਹੁੰਦੀਆਂ। ਸੋ ਇਹ ਆਪਾਂ ਕਹਿ ਸਕਦੇ, ਮੇਰਾ ਖਿਆਲ 98-99 ਤੱਕ ਜਾ ਕੇ ਈਮੇਲਸ ਆ ਜਿਹੜੀਆਂ ਆਮ ਲੋਕ ਵਰਤਣ ਲੱਗੇ ਨੇ। ਸੋ ਜੇ ਤਾਂ ਹੋਵੇ ਵੀ ਉਹਨਾਂ ਦਾ ਉਹਨਾਂ ਤੋਂ ਗਲਤੀ ਹੋਈ ਹੈ ਵੀ ਸਨ ਦੁਬਾਰ ਗਲਤ ਬੋਲਿਆ ਗਿਆ, ਤਾਂ ਤਾਂ ਆਪਾਂ ਮੰਨ ਸਕਦੇ ਹਾਂ, ਪਰ ਉਹ ਫੈਕਟ ਚੈੱਕ ਵਿੱਚ ਉਹ ਠੀਕ ਨਹੀਂ ਆਉਂਦਾ। ਉਹ ਬਾਅਦ 'ਚੋਂ ਸਾਰਾ ਕੁਛ ਲਾਂਚ ਹੋਇਆ, ਇਹ ਹੁਣ ਪ੍ਰਧਾਨ ਮੰਤਰੀ ਜਾਣਦੇ ਆ ਵੀ ਉਹਨਾਂ ਨੇ ਕਿਸ ਸੰਦਰਭ ਵਿੱਚ। ਅਵਤਾਰ ਸਿੰਘ ਜੀ, ਪਿਛਲੇ ਦਿਨ ਹੀ ਇੱਕ ਹੋਰ ਜਿਹੜੀ ਟੀਵੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀਆਂ ਸਟ੍ਰਾਈਕਸ ਹੋਈਆਂ ਹੈਗੀਆਂ, ਜਿਹੜਾ ਏਅਰ ਸਟ੍ਰਾਈਕਸ ਜਿਹੜੀਆਂ ਭਾਰਤ ਨੇ ਕੀਤੀਆਂ ਹੈਗੀਆਂ ਬਾਲਾਕੋਟ ਵਾਲੇ ਮਸਲੇ ਤੋਂ ਬਾਅਦ 'ਚੋਂ, ਅਤੇ ਉਹਦੇ 'ਚ ਵੀ ਉਹਨਾਂ ਨੇ ਕਿਹਾ ਕਿ ਜਿਹੜੀ ਏਅਰਫੋਰਸ ਹੈਗੀ ਆ ਉਹ ਐਗਰੀ ਨਹੀਂ ਸੀ ਹੈਗੀ, ਉਹ ਨਹੀਂ ਚਾਹੁੰਦੇ ਸਨ ਕਿ ਸਟ੍ਰਾਈਕਸ ਅੱਗੇ ਕੀਤੀਆਂ ਜਾਣ ਕਿਉਂਕਿ ਵੈਦਰ ਸਹੀ ਨਹੀਂ ਸੀ ਹੈਗਾ, ਅਤੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਵੈਦਰ ਸਹੀ ਨਹੀਂ ਹੈਗਾ ਇਹ ਤੁਹਾਡੇ ਹੱਕ ਦੇ ਵਿੱਚ ਭੁਗਤੂਗਾ ਕਿ ਰਡਾਰ ਸਿਸਟਮ ਜਿਹੜੇ ਆਪਣੇ ਜਹਾਜ਼ ਹੈਗੇ ਆ ਉਹ ਨਹੀਂ ਆਉਣਗੇ ਅਤੇ ਤੁਸੀਂ ਜਿੱਦਾਂ ਗੋ ਹੈਡ ਕਰੋ। ਮਤਲਬ ਕਿ ਇਸ ਤਰ੍ਹਾਂ ਦੇ ਬਿਆਨ ਪ੍ਰਧਾਨ ਮੰਤਰੀ ਵੱਲੋਂ ਆਉਣੇ, ਇਹਨੂੰ ਕਿਸ ਤਰ੍ਹਾਂ ਤੁਸੀਂ ਲੈਂਦੇ ਹੈਗੇ? ਇਹ ਤਾਂ ਹੁਣ ਇਹ ਨਹੀਂ ਪਤਾ ਵੀ ਆ ਤਾਂ ਉਹਨਾਂ ਨੂੰ ਟੈਕਨੀਕਲੀ ਕਿਸੇ ਨੇ ਉਹ ਦੱਸਿਆ ਸੁਜੈਸਟ ਨਹੀਂ ਕੀਤਾ ਸੁਜੈਸਟ ਜਾਂ ਸੁਜੈਸਟ ਕੀਤਾ
ਜਿਹਾ ਨਹੀਂ ਕੀਤਾ ਨਾ, ਇੱਕ ਤਾਂ ਹੋ ਸਕਦਾ ਵੀ ਉਹਨਾਂ ਨੂੰ ਸੁਜੈਸ਼ਨ ਆਈ ਆ ਵੀ ਜਦੋਂ ਬੱਦਲ ਹੁੰਦੇ ਆ ਉਹਨਾਂ ਨੂੰ ਪਿੱਛੋਂ ਫੀਡਬੈਕ ਆਈ ਹੋਗੀ ਨੇ ਵੀ ਤਾਂ ਹੋ ਸਕਦਾ ਵੀ ਰਡਾਰ ਸਿਸਟਮ ਉਹਨਾਂ ਟੈਕਨੀਕਲੀ ਵਰਕ ਨਾ ਕਰਦਾ ਹੋਵੇ। ਮੈਂ ਐਕਸਪਰਟ ਨਹੀਂ ਹੈਗਾ ਰਡਾਰ ਸਿਸਟਮ ਬਾਰੇ, ਮੈਨੂੰ ਕੁਛ ਵੀ ਨਹੀਂ ਪਤਾ ਹਨਾ, ਜਸਟ ਮੈਂ ਤਾਂ ਜੋ ਮੀਡੀਆ 'ਚ ਪੜਿਆ ਉਹਦੇ ਹਿਸਾਬ ਨਾਲ ਆਪਾਂ ਗੱਲ ਕਰ ਰਹੇ ਹੈਗੇ ਹਾਂ ਵੀ ਜਾਂ ਫਿਰ ਉਹ ਜਿਸ ਤਰ੍ਹਾਂ ਉਹੀ ਆ ਵੀ ਬਿਲਕੁਲ ਹੀ ਜਿਹੜਾ ਡਿਸਟੋਰਟਡ ਵਿਊ ਆ ਉਹ ਦੇ ਕੇ ਚਲੇ ਗਏ ਨੇ ਵੀ ਉਹਨਾਂ ਨੇ ਇੱਕ ਤਰ੍ਹਾਂ ਨਾਲ ਸਵਾਲ ਨੂੰ ਗਲੋਂ ਲਾਉਣ ਦਾ ਸਾਰਾ ਗੱਲ ਕਰੇ। ਜੇ ਉਹਨਾਂ ਨੇ ਇਸ ਤਰ੍ਹਾਂ ਕਰਿਆ ਤਾਂ ਉਹਨਾਂ ਦੀ ਗਲਤੀ ਆ, ਉਹਨਾਂ ਨੂੰ ਆਪਣੀ ਗਲਤੀ ਆ ਜਿਹੜੀ ਮੰਨਣੀ ਚਾਹੀਦੀ ਆ ਵੀ ਟੈਕਨੀਕਲੀ ਜਾਂ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਟੈਕਨੋਲੋਜੀ ਬਾਰੇ ਜਾਂ ਹੋਰ ਇਸ ਤਰ੍ਹਾਂ ਦੇ ਮਸਲਿਆਂ ਬਾਰੇ ਇਸ ਤਰ੍ਹਾਂ ਦੀ ਜਿਹੜੀ ਗਲਤ ਬਿਆਨਬਾਜ਼ੀ ਕਰਦਾ ਉਹ ਚੰਗਾ ਨਹੀਂ ਲੱਗਦਾ। ਬਿਲਕੁਲ ਜੀ, ਔਰ ਕਿਤਨਾ ਕਿਤੇ ਜਿਹੜਾ ਹੈ ਦੇਸ਼ ਦਾ ਨਾਮ ਵੀ ਜਿਹੜਾ ਥੱਲੇ ਜਾਂਦਾ ਹੈਗਾ। 1984 ਜੇ ਆਪਾਂ ਨਵੰਬਰ ਦੀ ਗੱਲਬਾਤ ਕਰੀਏ, ਜਦੋਂ ਜਦੋਂ ਇਲੈਕਸ਼ਨਸ ਆਉਂਦੇ ਨੇ ਚਾਹੇ ਜਿਹੜੀ ਮਰਜ਼ੀ ਪਾਰਟੀ ਹੋਵੇ ਉਹ ਇਸ ਮੁੱਦੇ ਨੂੰ ਜਿਹੜਾ ਹੈ ਉਭਾਰਨ ਦੀ ਕੋਸ਼ਿਸ਼ ਕਰਦੀ ਹੈਗੀ ਆ ਅਤੇ ਵਾਰ ਵਾਰ ਜਿਹੜੇ ਹੈ ਇਨਸਾਫ਼ ਦੀ ਗੱਲ ਹੁੰਦੀ ਆ, ਭਾਵੇਂ ਕਿ ਅਜੇ ਤੱਕ ਇਨਸਾਫ਼ ਜਿਹੜਾ ਹੈ ਸਹੀ ਤਰੀਕੇ ਦੇ ਨਾਲ ਨਹੀਂ ਮਿਲਿਆ, 35 ਵਰੇ ਜਿਹੜੇ ਹੁਣ ਹੋ ਚੁੱਕੇ ਨੇ ਜੇ ਆਪਾਂ ਕਹੀਏ, ਅਤੇ ਪਰ ਫਿਰ ਵੀ ਜਿਹੜਾ ਹੈ ਪਾਰਟੀਆਂ ਵੱਲੋਂ ਇਸ ਨੂੰ ਜਿਹੜਾ ਆਪਣੇ ਹੱਕ ਦੇ ਵਿੱਚ ਭੁਗਤਾਉਣ ਲਈ ਜਾਂ ਆਪਣੇ ਵਿਰੋਧ ਦੇ ਵਿੱਚ ਭੁਗਤਾਉਣ ਲਈ ਇਸ ਮੁੱਦੇ ਨੂੰ ਜਿਹੜਾ ਹੈ ਯੂਜ਼ ਕੀਤਾ ਜਾਂਦਾ ਹੈ। ਅਤੇ ਪਿਛਲੇ ਦਿਨੀ ਜਿਹੜਾ ਹੈ ਇਹ ਮੁੱਦਾ ਕਾਫੀ ਉਭਾਰਿਆ ਗਿਆ ਕਿਉਂਕਿ ਨੌਰਥ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ, ਦਿੱਲੀ ਦੇ ਵਿੱਚ, ਹਰਿਆਣੇ ਦੇ ਵਿੱਚ ਇਲੈਕਸ਼ਨ ਹੋਣੇ ਸਨ ਅਤੇ ਇਸ ਦੇ ਨਾਲ ਕਾਫੀ ਜ਼ਿਆਦਾ ਸੰਬੰਧ ਜਿਹੜੀ ਕਮਿਊਨਿਟੀ ਉੱਥੇ ਰਹਿੰਦੀ ਹੈਗੀ ਆ। ਅਤੇ ਇਸ ਨੂੰ ਲੈ ਕੇ ਜਿਹੜਾ ਹੈ 1984 ਦੇ ਮੁੱਦੇ 'ਤੇ ਬੀਬੀ ਜਗਦੀਸ਼ ਕੌਰ ਦਾ ਉਹਨਾਂ ਨੂੰ ਜਿਹੜਾ ਹੈ ਬੁਲਾਇਆ ਗਿਆ ਕਿਸੇ ਸਟੇਜ ਦੇ ਉੱਪਰੋਂ। ਕੀ ਕਹੋਗੇ ਅਵਤਾਰ ਸਿੰਘ ਜੀ, ਬੀਬੀ ਜਗਦੀਸ਼ ਕੌਰ ਜੋ ਕਿ ਵਿਕਟਿਮ ਸਨ ਇਸ ਦੇ ਗਵਾਹ ਵੀ ਰਹੇ ਹੈਗੇ ਆ, ਉਹਨਾਂ ਨੂੰ ਇਸ ਤਰੀਕੇ ਦੀ ਬਿਆਨਬਾਜ਼ੀ ਤੁਸੀਂ ਕਿਸ ਤਰ੍ਹਾਂ ਲਈ? ਹਾਂਜੀ ਹਾਂਜੀ, ਉਹਨਾਂ ਨੂੰ ਬਠਿੰਡੇ ਵਿੱਚ ਲਿਆਇਆ ਗਿਆ, ਬੁਲਾਇਆ ਗਿਆ ਸਪੈਸ਼ਲੀ। ਹਾਂਜੀ ਹਾਂਜੀ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਨਾ ਬਠਿੰਡੇ 'ਚ ਰੈਲੀ ਕਰਨ ਲਈ, ਤਾਂ ਬੀਬੀ ਜਗਦੀਸ਼ ਕੌਰ ਲਗਭਗ 7 ਮਿੰਟ ਲਈ ਪ੍ਰਧਾਨ ਮੰਤਰੀ ਤੋਂ ਪਹਿਲਾਂ ਬੋਲੇ ਨੇ। ਅੱਛਾ ਜੀ, ਵੀ ਉਹਨਾਂ ਨੇ ਸਾਰਾ ਆਪਣਾ 1984 ਦਾ ਦੱਸਿਆ। ਸੋ ਅਸੀਂ ਇਹ ਗੱਲ ਮੰਨਦੇ ਹਾਂ ਵੀ ਬੀਬੀ ਜੀ ਦਾ ਸਤਿਕਾਰ ਹੈ, ਬੀਬੀ ਜੀ ਨੇ ਬਹੁਤ ਦੁੱਖ ਹੰਢਾਇਆ, ਭਾਰਤੀ ਸਿਸਟਮ ਨੇ ਉਹਨਾਂ ਨੂੰ ਬਹੁਤ ਰੋਲਿਆ, ਜਾਣੀ ਬੜਾ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਸਮੁੱਚੇ ਸਿਸਟਮ ਨੇ ਉਹਨਾਂ ਦੇ ਖਿਲਾਫ ਜੰਗ ਲੜੀ ਆ, ਉਹਨਾਂ ਦੇ ਪਰਿਵਾਰ ਦੇ ਜੀ ਮਾਰੇ ਗਏ, ਜਿਨ੍ਹਾਂ ਹਾਲਤਾਂ ਵਿੱਚ ਉਹ ਜੰਗ ਲੜੀ, ਉਹਨਾਂ ਨੇ ਜਿਸ ਇਨਸਾਫ ਦੀ ਲੜਾਈ ਲੜੀ ਉਹ ਬਹੁਤ ਦਰਦਨਾਕ ਹਾਲਤਾਂ ਸੀ, ਅਤੇ ਕੌਮ ਵੱਲੋਂ ਵੀ ਕਿਸੇ ਕਾਰਨ ਉਹਨਾਂ ਦੀ ਇੰਨੀ ਸਹਾਇਤਾ ਨਹੀਂ ਕੀਤੀ ਕੌਮੀ ਸੰਸਥਾਵਾਂ ਨੇ ਵੀ। ਸੋ ਇਕੱਲੇ ਹੀ ਜੰਗ ਲੜਦੇ ਰਹੇ, ਉਹਨਾਂ ਦੀ ਜੰਗ ਨੂੰ ਅਸੀਂ ਤਾਂ ਸਲਾਮ ਹੀ ਕਰ ਸਕਦੇ ਹਾਂ, ਬਿਲਕੁਲ ਉਹਨਾਂ ਦਾ ਸਤਿਕਾਰ ਹੈਗਾ। ਪਰ ਅਸੀਂ ਵੀ ਇੱਕ ਤਾਂ ਉਹਨਾਂ ਦੀ ਉਮਰ ਵਿਚਾਰਿਆਂ ਦੀ ਜ਼ਿਆਦਾ ਹੋ ਗਈ ਹੋਈ ਹੈ, ਸੋ ਅਸੀਂ ਬੀਬੀ ਜੀ ਨੂੰ ਬੇਨਤੀ ਕਰਦੇ ਹਾਂ ਵੀ ਇਸ ਦਰਦ ਨੂੰ ਕੋਈ ਵਰਤ ਜੇ ਤੁਹਾਡੇ ਲਈ, ਵੀ ਤੁਹਾਡੇ ਇਸ ਇਹਨੂੰ ਬਲੈਕਮੇਲ ਕਰ ਜੇ, ਵੀ ਬਹੁਤ ਸਾਰੇ ਇਹੋ ਜਿਹੇ ਸ਼ੈਤਾਨ ਅਤੇ ਚਲਾਕ ਪੋਲੀਟੀਸ਼ੀਅਨਸ ਆ ਜਿਹੜੇ ਤੁਹਾਡੇ ਇਸ ਦਰਦ ਨੂੰ ਆਪਣੇ ਹਿੱਤਾਂ ਲਈ, ਆਪਣੇ ਸਿਆਸੀ ਹਿੱਤਾਂ ਲਈ ਵਰਤ ਰਹੇ ਨੇ। ਸੋ ਅਸੀਂ ਬੀਬੀ ਜੀ ਨੂੰ ਬੇਨਤੀ ਕਰਾਂਗੇ ਵੀ ਆਪਣੇ ਆਪ ਨੂੰ ਵਰਤਣ ਨਾ ਦਿਓ, ਜਿਹੜਾ ਅਸਲੀ ਜੁਝਾਰੂ ਹੁੰਦਾ ਉਹ ਉਹਨੂੰ ਕੋਈ ਵਰਤ ਜੇ ਤਾਂ ਉਹਦਾ ਜੁਝਾਰੂਪਣਾ ਖਤਮ ਹੋ ਜਾਂਦਾ। ਜੁਝਾਰੂ ਉਹੀ ਆ ਜਿਹਨੂੰ ਕੋਈ ਵਰਤ ਨਾ ਸਕੇ, ਜਿਹਦੀ ਇਮਾਨਦਾਰੀ ਨੂੰ, ਜਿਹਦੀ ਪ੍ਰਤੀਬੱਧਤਾ ਨੂੰ, ਜਿਹਦੀ ਫਰਮਨੈਸ ਨੂੰ ਕੋਈ ਆਪਣੇ ਸਿਆਸੀ ਹਿੱਤਾਂ ਲਈ ਜਾਂ ਨਿੱਜੀ ਹਿੱਤਾਂ ਲਈ ਨਾ ਵਰਤੇ। ਸੋ ਅਕਾਲੀ ਦਲ ਦਾ ਇਹ ਲਗਾਤਾਰ ਅਸੀਂ ਦੁੱਖ ਨਾਲ ਕਹਿ ਸਕਦੇ ਹਾਂ ਵੀ ਅਕਾਲੀ ਦਲ ਦਾ ਇਹ ਰੁਝਾਨ ਰਿਹਾ, ਇਹ ਆਦਤ ਰਹੀ ਹੈ, ਖਾਸ ਕਰਕੇ ਵੱਡੇ ਬਾਦਲ ਸਾਹਿਬ ਦੀ, ਵੀ ਉਹ ਇਨਸਾਫ ਦਵਾਉਣ ਲਈ ਇੰਨੇ ਚਿੰਤਿਤ ਨਹੀਂ ਹੈਗੇ ਜਿੰਨਾ ਉਹਨਾਂ ਪੀੜਤਾਂ ਦੇ ਹੰਝੂਆਂ ਦਾ ਵਪਾਰ ਕਰ ਰਹੇ ਨੇ। ਇਸੇ ਤਰ੍ਹਾਂ ਹੀ ਜਿਹੜਾ ਲੁਧਿਆਣੇ ਵਿੱਚ ਦੰਗਾ ਪੀੜਤਾਂ ਦਾ ਗਰੁੱਪ ਬੈਠਾ ਹੈਗਾ, ਉਹਨੂੰ ਲਗਾਤਾਰ ਉਹਨਾਂ ਦਾ ਜਿਹੜਾ ਇੱਕ ਸਰਗਣਾ ਬਣਾਇਆ ਹੋਇਆ ਬੰਦਾ ਉਹ ਲਗਾਤਾਰ ਅਕਾਲੀ ਦਲ ਦੇ ਹੱਕ ਵਿੱਚ ਬਿਆਨਬਾਜ਼ੀ ਕਰਦਾ। ਜਦੋਂ ਸਰਨਾ ਭਰਾਵਾਂ ਦੇ ਖਿਲਾਫ਼ ਕੋਈ ਬਿਆਨਬਾਜ਼ੀ ਕਰਨੀ ਹੁੰਦੀ ਆ ਉਹਨੂੰ ਲੈ ਕੇ ਆਉਂਦੇ ਨੇ, ਫਿਰ ਜਿਹੜੀ ਉਹ ਇੱਕ ਤਰ੍ਹਾਂ ਦੇ ਹੱਥ ਟੋਕੇ ਬਣੇ ਹੋਏ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ, ਕੁਛ ਲੋਕਾਂ ਨੇ ਹੱਥ ਟੋਕੇ ਬਣਾ ਲਿਆ, ਉਹਨਾਂ ਨੂੰ ਛੋਟੀ ਛੋਟੀਆਂ ਬੁਰਕੀਆਂ ਪਾ ਕੇ ਉਹਨਾਂ ਦੇ ਸਵੈ ਮਾਣ ਨਾਲ ਸੌਦਾ ਹੋਇਆ ਹੋਇਆ। ਸੋ ਇਹ ਬਹੁਤ ਦੁਖਦਾਈ ਗੱਲ ਆ ਵੀ ਅਕਾਲੀ ਰਾਜਨੀਤੀ 'ਚ ਜਾਂ ਸਿੱਖ ਰਾਜਨੀਤੀ 'ਚ ਕੋਈ ਵੀ ਵਰਤਦਾ, ਜੇ ਕਾਂਗਰਸ ਵਰਤਦੀ ਆ ਜਾਂ ਪ੍ਰਧਾਨ ਮੰਤਰੀ ਮੋਦੀ ਵਰਤਦੇ ਆ ਜਾਂ ਅਕਾਲੀ ਦਲ ਵਰਤਦਾ, ਕੋਈ ਵੀ ਅਸਲ 'ਚ ਉਹਨਾਂ ਦੇ ਦਰਦ ਨੂੰ ਸਮਝਣ ਦੀ ਲੋੜ ਆ। ਮਤਲਬ ਕਾਰਵਾਈ ਤੇ ਇੰਨੀ ਤੁਸੀਂ ਕੀਤੀ ਨਹੀਂ, ਪਰ ਉਹਨੂੰ ਜਿਹੜਾ ਹੈਗਾ ਉਹਦੀ ਸੈਲਿੰਗ ਕਰ ਰਹੇ ਹੋ। ਹਾਂ ਬਿਲਕੁਲ, ਸੈਲਿੰਗ ਹੋ ਰਹੀ ਆ ਹੁਣ। ਜਿਹੜਾ ਸੱਜਣ ਕੁਮਾਰ ਦੀ ਜਿਹੜੀ ਉਹ ਕਨਵਿਕਸ਼ਨ ਹੋਈ ਆ ਉਹਦੀ ਵੀ ਸੈਲਿੰਗ, ਪੋਲੀਟੀਕਲ ਸੈਲਿੰਗ ਹੋ ਰਹੀ ਆ। ਪ੍ਰਧਾਨ ਮੰਤਰੀ ਨੇ ਇੱਥੇ ਤੱਕ ਕਿਹਾ ਵੀ ਸਾਡੇ ਹੁੰਦਿਆਂ ਇਹ ਹੋਇਆ ਹੈਗਾ, ਹਾਲਾਂਕਿ ਪੋਲੀਟਿਕਸ ਦਾ ਉਹਦੇ ਨਾਲ ਕੋਈ ਸੰਬੰਧ ਨਹੀਂ। ਉਹਦੇ 'ਚ ਸਮੁੱਚਾ ਸਿਹਰਾ ਹੈਗਾ ਜਿਹੜਾ CBI ਨੂੰ ਅਤੇ ਜਿਹੜੀ CBI ਦੀ ਵਕੀਲਾਂ ਦੀ ਟੀਮ ਸੀ, ਮਿਸਟਰ RS ਚੀਮਾ ਅਤੇ ਉਹਨਾਂ ਦੇ ਸਾਰੇ ਟੀਮ ਦਾ, ਉਹਨਾਂ ਨੂੰ ਸਿਰਾ ਜਾਂਦਾ ਵੀ ਉਹਨਾਂ ਨੇ ਪ੍ਰਤੀਬੱਧਤਾ ਨਾਲ ਇਨਵੈਸਟੀਗੇਸ਼ਨ ਕਰਕੇ ਉਹ ਕੇਸ ਨੂੰ ਉੱਥੇ ਤੱਕ ਲਿਆਂਦਾ ਵੀ ਸੱਜਣ ਕੁਮਾਰ ਦੀ ਕਨਵਿਕਸ਼ਨ ਹੋਈ ਆ, ਨਹੀਂ ਹੋਰ ਨਹੀਂ ਕੁਛ ਹੋਇਆ। ਜੇ ਪ੍ਰਧਾਨ ਮੰਤਰੀ ਵਾਕਈ ਸਿੱਖਾਂ ਦੇ ਸੁਹਿਰਦ ਸੀ ਤਾਂ ਉਹਨਾਂ ਨੂੰ ਚਾਹੀਦਾ ਸੀ ਵੀ ਜਿਹੜੇ ਸਿੱਖ ਨੌਜਵਾਨ ਆਪਣੀਆਂ ਜੇਲ੍ਹ ਟਰਮਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਦੀ ਰਿਹਾਈ ਕਰਦੇ, ਜੇ ਉਹ ਸਿੱਖਾਂ ਦੇ ਸੱਚੇ ਹਮਾਇਤੀ ਨੇ, ਹੈ ਨਾ।
ਇਹ ਤਾਂ ਬਣਦਾ ਸੀਗਾ ਵੀ ਇਹ ਪ੍ਰਧਾਨ ਮੰਤਰੀ ਦੇ ਕਰਨ ਵਾਲਾ ਕੰਮ ਹੈ, ਜਿਹੜਾ ਕਰ ਸਕਦੇ ਆ ਉਹ ਕਰ ਸਕਦੇ ਇੱਕ ਮਿੰਟ ਚ ਕਰ ਸਕਦੇ ਆ, ਔਰ ਇਸ ਦੇ ਵਿੱਚ ਕੁਝ ਗਲਤ ਵੀ ਨਹੀਂ ਹੈਗਾ, ਨਹੀਂ ਹੈਗਾ ਕਿਉਂਕਿ ਉਹ ਆਪਣੀ ਜੇਲ੍ਹ ਦੀਆਂ ਟਰਮਾਂ ਪੂਰੀਆਂ ਕਰ ਚੁੱਕੇ ਹੈਗਾ, ਇੱਕ ਜਾਇਜ਼ ਸਿੱਖਾਂ ਦੀ ਮੰਗ ਹੈ ਔਰ ਈਵਨ ਮੋਡਰੇਟ ਸਿੱਖਾਂ ਦੀ ਵੀ ਮੰਗ ਹੈਗੀ ਆ ਵੀ ਉਹਨਾਂ ਦਾ ਬਹੁਤ ਹੋ ਗਿਆ, 20-25 ਸਾਲ ਹੋ ਗਏ, ਉਹ ਹੈਗਾ ਸਰਕਾਰ ਦੇ ਹੱਥ 'ਚ, ਉਹ ਕਰ ਨਹੀਂ ਰਹੇ, ਉਹ ਜੋ ਅਦਾਲਤਾਂ ਦੇ ਥਰੂ ਆਪਣੇ ਆਪ ਹੋ ਰਿਹਾ ਉਹਦਾ ਸਿਰਾ ਲੈ ਰਹੇ ਨੇ, ਜਿਹੜੇ ਸਿੱਖਾਂ ਨੂੰ ਮੂਰਖ ਬਣਾ ਰਹੇ ਨੇ। ਸੋ ਇਹ ਬਿਲਕੁਲ ਅਸੀਂ ਬੀਬੀ ਜੀ ਨੂੰ ਵੀ ਬੇਨਤੀ ਕਰਾਂਗੇ ਵੀ ਕਿਸੇ ਇੱਕ ਪਾਰਟੀ ਲਈ ਇਸ ਤਰ੍ਹਾਂ ਨਾ ਕਰਨ, ਉਹ ਸਮੁੱਚੇ ਸਿੱਖਾਂ ਦੇ ਨੇ, ਵੀ ਸਿੱਖਾਂ ਦੀ ਅਤੇ ਪੰਥਕ ਧਿਰਾਂ ਦੀ ਜਾਂ ਜਜ਼ਬੇ ਵਾਲੇ ਸਿੱਖਾਂ ਦੀ ਹਮਾਇਤ ਉਹਨਾਂ ਨੂੰ ਬਹੁਤ ਜ਼ਰੂਰੀ ਹੈ। ਸੋ ਬੀਬੀ ਜੀ ਅੱਗੇ ਤੋਂ ਖਿਆਲ ਰੱਖਣ, ਸਾਡੀ ਇਹ ਬੇਨਤੀ ਹੈਗੀ ਆ। ਬਿਲਕੁਲ ਜੀ, ਔਰ ਦਰਸ਼ਕਾਂ ਨੂੰ ਦੱਸਦੇ ਚੱਲੀਏ ਕਿ ਭਾਰਤੀ ਮੀਡੀਆ ਦੇ ਵਿੱਚ ਡਿਬੇਟ ਦਾ ਇੱਕ ਜਿਹੜਾ ਵਿਸ਼ਾ ਹੈ ਉਹ ਵੀ ਬਣਿਆ ਹੋਇਆ ਔਰ ਵੱਖ ਵੱਖ ਪਾਰਟੀਆਂ ਦੇ ਜਿਹੜੇ ਬਿਆਨਸ ਨੇ ਉਹ ਇਹਦੇ 'ਤੇ ਆ ਰਹੇ ਨੇ। ਕਮਲ ਹਸਨ ਦੇ ਵੱਲੋਂ ਪਿਛਲੇ ਦਿਨੀ ਬਿਆਨ ਦਿੱਤਾ ਗਿਆ ਸੀ ਕਿ ਆਜ਼ਾਦ ਭਾਰਤ ਦਾ ਜਿਹੜਾ ਪਹਿਲਾ ਅੱਤਵਾਦੀ ਪਹਿਲਾ ਟੈਰਰਿਸਟ ਹੈ ਉਹ ਨੱਥੂ ਰਾਮ ਗੋਡਸੇ ਹੈ ਜਿਸ ਨੇ ਕਿ ਮਹਾਤਮਾ ਗਾਂਧੀ ਦਾ ਕਤਲ ਕੀਤਾ ਸੀ। ਅਤੇ ਇਸ ਤੋਂ ਬਾਅਦ ਬਹੁਤ ਸਾਰੇ ਪਾਰਟੀਆਂ ਦੇ ਬਿਆਨ ਆ ਰਹੇ ਨੇ, ਬੀਜੇਪੀ ਦੇ ਅਫੀਸ਼ੀਅਲਸ ਬਿਆਨ ਆ ਰਹੇ ਨੇ। ਅਵਤਾਰ ਸਿੰਘ ਜੀ, ਕੀ ਹੈ ਕੀ ਇਹ ਸਾਰਾ ਮਸਲਾ? ਇਹ ਕਾਫੀ ਵੈਸੇ ਦਿਲਚਸਪ ਡਿਬੇਟ ਸਾਹਮਣੇ ਆਈ ਆ ਅਤੇ ਅਸੀਂ ਦੇਖ ਰਹੇ ਹਾਂ ਵੀ ਜਦੋਂ ਦੀ ਅਸੀਂ ਸੋਝੀ ਸੰਭਾਲੀ ਆ ਉਹਦੇ 'ਚੋਂ ਰਾਜਨੀਤੀ ਦਾ ਜਿਸ ਤਰ੍ਹਾਂ ਦਾ ਕਰਮ ਸੀਗਾ ਵੀ ਉਹਦੇ 'ਚੋਂ ਟੈਰਰਿਜ਼ਮ ਹੁੰਦਾ ਸੀ ਪਰ ਟੈਰਰਿਜ਼ਮ ਡਿਫਾਈਨ ਨਹੀਂ ਸੀ ਹੋ ਰਿਹਾ, ਵੀ ਜਿਹੜੇ ਪੋਲੀਟੀਸ਼ੀਅਨਸ ਆ ਨਾ ਉਹ ਆਪਣੀਆਂ ਲੋੜਾਂ ਦੇ ਹਿਸਾਬ ਨਾਲ ਕਿਸੇ ਤੇ ਧੱਬਾ ਲਾ ਦਿੰਦੇ ਸੀਗੇ ਵੀ ਫਲਾਣਾ ਟੈਰਰਿਸਟ ਆ, ਆਪਣੇ ਟੈਰਰਿਜ਼ਮ ਨੂੰ ਮੰਨਦੇ ਨਹੀਂ ਸੀਗੇ ਹੁੰਦੇ। ਹੁਣ ਅਸਲ 'ਚ ਮੋਦੀ ਸਰਕਾਰ ਦਾ ਇਹ ਪਲੱਸ ਪੁਆਇੰਟ ਹੋਇਆ ਹਨਾ ਵੀ ਉਹਦੇ 'ਚੋਂ ਹੈਗਾ ਵੀ ਜਿਹੜੀਆਂ ਇਹ ਟਰਮਸ ਨੇ ਡਿਫਾਈਨ ਹੋਣ ਲੱਗੀਆਂ ਨੇ, ਆ ਪ੍ਰਾਗਿਆ ਸਿੰਘ ਦਾ ਬਾਹਰ ਆਉਣਾ, ਅਸੀਮਾ ਆਨੰਦ ਦਾ ਬਾਹਰ ਆਉਣਾ, ਫਿਰ ਉਹ ਅਦਾਲਤਾਂ ਦੀ ਜਿਹੜੀ ਕਮਜ਼ੋਰੀ ਆ ਜਾਂ ਅਦਾਲਤਾਂ ਦੀ ਕਿੱਦਾਂ ਬਾਂਹ ਮਰੋੜੀ ਜਾ ਰਹੀ ਆ, ਕਿਸ ਤਰ੍ਹਾਂ ਜਿਹੜੀਆਂ ਇਨਵੈਸਟੀਗੇਟਿਵ ਏਜੰਸੀਆਂ ਐਵੀਡੈਂਸ ਨਾਲ ਛੇੜਛਾੜ ਕਰਕੇ ਉਹਨਾਂ ਨੂੰ ਬਾਹਰ ਲਿਆਉਣ ਦਾ ਯਤਨ ਕਰਦੀਆਂ ਨੇ, ਉਹ ਸਾਰਾ ਕੁਝ ਸਾਡੇ ਸਾਹਮਣੇ ਆਇਆ। ਹੁਣ ਆਹ ਨੱਥੂ ਰਾਮ ਗੋਡਸੇ ਵਾਲੀ ਡਿਬੇਟ ਨੇ ਬਹੁਤ ਕੁਛ ਕਲੀਅਰ ਕਰਿਆ। ਕਮਲ ਹਸਨ ਕਹਿੰਦਾ ਵੀ ਪਹਿਲਾ ਟੈਰਰਿਸਟ ਸੀਗਾ ਨੱਥੂ ਰਾਮ ਗੋਡਸੇ ਜਿਹੜਾ ਹਿੰਦੂ ਸੀ, ਨਾਲੇ ਆਜ਼ਾਦ ਭਾਰਤ ਦਾ ਇਹ ਲੱਗ ਰਿਹਾ ਨਾ ਵੀ ਹਿੰਦੂ ਟੈਰਰਿਸਟ ਨਹੀਂ ਹੋ ਸਕਦੇ, ਉਹ ਪਹਿਲਾ ਟੈਰਰਿਸਟ ਹੀ ਹਿੰਦੂ ਸੀ। ਹਾਂ, ਈਵਨ ਪ੍ਰਧਾਨ ਮੰਤਰੀ ਨੇ ਵੀ ਕਿਹਾ ਵੀ ਪਿਛਲੇ 5000 ਸਾਲਾਂ 'ਚ ਹਿੰਦੂਆਂ ਨੇ ਕਦੇ ਟੈਰਰਿਜ਼ਮ ਨਹੀਂ ਕਰਿਆ, ਤੇ ਉਹ ਗੱਲ ਹੁਣ ਉਹਨੇ ਉਠਾਈ ਵੀ ਦੇਸ਼ ਦਾ ਜਿਹੜਾ ਰਾਸ਼ਟਰਪਿਤਾ ਸੀ, ਜਿਹੜਾ ਦੇਸ਼ ਦਾ ਭਾਰਤ ਦਾ ਰਾਸ਼ਟਰਪਿਤਾ, ਵੀ ਉਹਨੂੰ ਕਤਲ ਕਰਨ ਵਾਲਾ ਹਿੰਦੂ ਪਹਿਲਾ ਟੈਰਰਿਸਟ ਸੀਗਾ, ਉਹਦੇ ਤੇ ਬਹੁਤ ਸਾਰੇ ਲੋਕਾਂ ਦੇ ਬਿਆਨ ਆਏ। ਭਾਰਤ ਦੀ ਡਿਫੈਂਸ ਮਿਨਿਸਟਰ ਆ ਜਿਹੜੀ ਮਿਸਿਜ਼ ਨਿਰਮਲਾ ਸੀਤਾਰਮਨ, ਉਹਦਾ ਆਇਆ ਕਹਿੰਦੀ ਕਮਲ ਹਸਨ ਡਜ਼ ਨਾਟ ਨੋ ਦ ਡਿਫਰੈਂਸ ਬਿਟਵੀਨ ਐਂਡ ਅਸੈਸੀਨੇਸ਼ਨ ਐਂਡ ਟੈਰਰਿਜ਼ਮ। ਸੋ ਆਹ ਸੀ ਗੱਲ, ਮਤਲਬ ਉਹ ਕਹਿੰਦੇ ਕਿ ਉਹ ਅਸੈਸੀਨੇਸ਼ਨ ਸੀਗਾ, ਉਹ ਟੈਰਰਿਜ਼ਮ ਨਹੀਂ ਸੀ। ਬਿਲਕੁਲ ਹਾਂ, ਇਹ ਜਿਹੜੀਆਂ ਡੈਫੀਨੇਸ਼ਨ ਕਲੀਅਰ ਹੋ ਰਹੀ ਹੈ ਨਾ, ਖਾਸ ਕਰਕੇ ਜਿਹੜੇ ਟੌਪ ਦੇ ਪੋਲੀਟੀਸ਼ੀਅਨਸ ਆ ਜਾਂ ਟੌਪ ਦੇ ਵਿਦਵਾਨ ਆ, ਉਹ ਖਾਸ ਕਰਕੇ ਹਿੰਦੂ ਮੈਂਟੈਲਿਟੀ ਨਾਲ ਜੁੜੇ ਹੋਏ ਜਿਹੜੇ ਵਿਦਵਾਨ। ਅਵਤਾਰ ਸਿੰਘ ਜੀ, ਇਸ 'ਤੇ ਜਿਹੜੀ ਡਿਬੇਟ ਹੈ ਉਹ ਹੋਰ ਅੱਗੇ ਨਹੀਂ ਲੈ ਕੇ ਜਾਣੀ ਚਾਹੀਦੀ ਜੇ ਆਪਾਂ ਇਹਨੂੰ ਆਪਣੇ ਪੰਜਾਬ ਦੇ ਟਰਮਸ ਦੇ ਵਿੱਚ? ਹਾਂ ਬਿਲਕੁਲ ਬਿਲਕੁਲ, ਤਾਂ ਹੀ ਮੈਂ ਕਹਿ ਰਿਹਾ ਨਾ ਵੀ ਡੈਫੀਨੇਸ਼ਨਸ ਕਲੀਅਰ ਹੋ ਰਹੀਆਂ ਨੇ, ਘੱਟੋ ਘੱਟ ਕਲੀਅਰ ਤਾਂ ਹੋਈਆਂ ਨਾ। ਹੁਣ ਨਿਰਮਲਾ ਸੀਤਾ ਰਾਮ ਇੱਕ ਡਿਫੈਂਸ ਮਿਨਿਸਟਰ ਆ ਇੰਡੀਆ ਦੇ, ਉਹ ਕਹਿ ਰਹੀ ਆ ਵੀ ਦੇਰ ਇਜ਼ ਡਿਫਰੈਂਸ ਬਿਟਵੀਨ ਅਸੈਸੀਨੇਸ਼ਨ ਐਂਡ ਟੈਰਰਿਜ਼ਮ, ਹਰੇਕ ਬੰਦਾ ਗੋਲੀ ਨਾਲ ਕਤਲ ਹੋਇਆ ਉਹ ਟੈਰਰਿਜ਼ਮ ਨਹੀਂ ਹੁੰਦਾ, ਇਹ ਵਾਰ ਵਾਰ ਈਵਨ ਘੱਟ ਗਿਣਤੀਆਂ ਕਹਿ ਰਹੀਆਂ ਨੇ ਵੀ ਸਾਰਾ ਕੁਝ ਟੈਰਰਿਜ਼ਮ ਨਹੀਂ ਹੈਗਾ ਸਿੱਖਾਂ ਤੇ ਜਾਂ ਹੋਰ ਘੱਟ ਗਿਣਤੀਆਂ ਤੇ, ਟੈਰਰਿਜ਼ਮ ਥੋਪਿਆ ਜਾ ਰਿਹਾ ਹੈਗਾ। ਇਹਦੇ ਬਾਰੇ ਮੈਂ ਇੱਕ ਕਿਤਾਬ ਹੈਗੀ ਆ ਉਹ ਪੜ੍ਹੀ ਸੀ, ਹੁਣ ਮੈਨੂੰ ਔਥਰ ਦਾ ਨਾਂ ਹੁਣੇ ਯਾਦ ਸੀ ਭੁੱਲ ਗਿਆ, ਉਹਨਾਂ ਦਾ ਹੈਗਾ ਵੀ ਅੰਡਰਸਟੈਂਡਿੰਗ ਰਿਲੀਜੀਅਸ ਵਾਇਲੈਂਸ ਜੀ ਆਊਟਸਾਈਡ ਦੀ ਬਾਕਸ ਆਫ ਟੈਰਰਿਜ਼ਮ, ਵੀ ਰਿਲੀਜੀਅਸ ਵਾਇਲੈਂਸ ਨੂੰ ਅੰਡਰਸਟੈਂਡ ਜੇ ਕਰਨਾ ਆਊਟਸਾਈਡ ਦੀ ਬਾਕਸ ਆਫ ਟੈਰਰਿਜ਼ਮ, ਉਹਨੂੰ ਟੈਰਰਿਜ਼ਮ ਦੇ ਬਾਕਸ ਤੋਂ ਬਾਹਰ ਪੜ੍ਹ ਕੇ ਦੇਖੋ, ਉਹਦੇ 'ਚ ਫਿਰ ਉਹਨੇ ਜਿਹੜਾ ਰਿਲੀਜੀਅਸ ਵਾਇਲੈਂਸ ਆ ਜਾਂ ਜਿਹੜੀ ਸਾਰੀ ਧਰਮ ਦੇ ਨਾਂ ਤੇ ਹੁੰਦੀ ਆ ਵੀ ਉਹਨਾਂ ਦੀਆਂ ਟ੍ਰੈਡੀਸ਼ਨਸ ਨਾਲ ਜੁੜਿਆ ਹੁੰਦਾ ਵਾਇਲੈਂਸ ਦਾ। ਇਸੇ ਤਰ੍ਹਾਂ ਕੈਲੀਫੋਰਨੀ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਨੇ, ਯੂਨੀਵਰਸਿਟੀ ਦੇ ਮਿਸਟਰ ਮਾਰਕ ਜ਼ਕਰਬਰ, ਬਹੁਤ ਅੱਛੇ ਵਿਦਵਾਨ ਆ, ਹਿਸਟਰੀ ਦੇ ਬਹੁਤ ਵੱਡੇ ਵਿਦਵਾਨ, ਉਹਨਾਂ ਨੇ ਸਿੱਖਾਂ ਬਾਰੇ ਕਿਤਾਬਾਂ ਲਿਖੀਆਂ ਨੇ, ਪੰਜਾਬ ਬਾਰੇ ਲਿਖਿਆ ਨੇ, ਹੋਰ ਬਹੁਤ ਸਾਰੇ ਧਰਮਾਂ ਬਾਰੇ ਲਿਖਿਆ, ਈਵਨ ਪੰਜਾਬ ਵਿੱਚ ਜਿਹੜਾ ਰਾਧਾ ਸਵਾਮੀ ਸੈਕਟ ਆ ਉਹਦੇ ਬਾਰੇ ਵੀ ਕਿਤਾਬ ਆਈ ਆ ਉਹਨਾਂ ਦੀ, ਤੇ ਉਹਨਾਂ ਨੇ ਇੱਕ ਐਡਿਟ ਕੀਤੀ ਹੋਈ ਕਿਤਾਬ ਹੈਗੀ ਆ ਵਾਇਲੈਂਸ ਇਨ ਗਲੋਬਲ ਰਿਲੀਜੀਅਸ ਟ੍ਰੈਡੀਸ਼ਨਸ, ਵੀ ਪੂਰੇ ਸੰਸਾਰ ਦੀਆਂ ਜਿਹੜੀਆਂ ਰਿਲੀਜੀਅਸ ਟ੍ਰੈਡੀਸ਼ਨਸ ਆ ਉਹਦੇ ਵਿੱਚ ਵਾਇਲੈਂਸ ਦਾ ਕੀ ਥਾਂ ਹੈ, ਉਹਦੇ ਵਿੱਚ ਸਿੱਖ ਵਾਇਲੈਂਸ ਬਾਰੇ ਹੈਗਾ ਹੈ ਨਾ ਜੀ ਜੀ। ਸਿੰਥੀਆ ਕੈਂਪਲੇ ਮਹਿਬੂਦ ਜਿਨ੍ਹਾਂ ਨੇ ਸਿੱਖ ਖਾੜਕੂਵਾਦ ਬਾਰੇ ਬਹੁਤ ਵਧੀਆ ਕਿਤਾਬ ਲਿਖੀ ਆ, ਉਹਨਾਂ ਦਾ ਆਰਟੀਕਲ ਹੈਗਾ ਵੀ ਅੰਡਰਸਟੈਂਡਿੰਗ ਰਿਲੀਜੀਅਸ ਵਾਇਲੈਂਸ ਇਨ ਸਿੱਖਇਜ਼ਮ, ਉਹਨਾਂ ਨੇ ਫਿਰ ਸਿੱਖਾਂ ਦੀ ਜਿਹੜੀ ਜੁਝਾਰੂ ਪਰੰਪਰਾ ਹੈਗੀ ਆ ਜਿਹੜੀ ਇਨਸਾਫ਼ ਲੈਣ ਦਾ, ਜਦੋਂ ਕਹਿੰਦੇ ਨਾ ਵੀ ਸਾਰੇ ਹੀਲੇ ਮੁੱਕ ਜਾਣ ਜਿਹੜਾ ਗੁਰੂ ਸਾਹਿਬ ਦਾ, ਉਹਨੂੰ ਫਿਰ ਇੰਗਲਿਸ਼ 'ਚ ਡਿਫਾਈਨ ਕਰਕੇ ਸਾਰੀ ਜਿਹੜੀ ਰਿਲੀਜੀਅਸ
ਵਾਇਲੈਂਸ ਦੀ ਟੈਰਰਿਜ਼ਮ ਹੈਗੀ ਆ ਜੀ ਜੀ ਉਹਨੂੰ ਸਿੱਖ ਜੁਝਾਰਵਾਦ ਨੂੰ ਉਹਨਾਂ ਨੇ ਡਿਫਾਈਨ ਕੀਤਾ ਹੈਗਾ ਸੋ ਉਹਨਾਂ ਨੂੰ ਹੁਣ ਮੰਨਣ ਨੂੰ ਤਿਆਰ ਨਹੀਂ ਸੀ ਭਾਰਤ ਦੇ ਪੋਲੀਟੀਸ਼ੀਅਨ ਵੀ ਭਾਰਤ ਦੇ ਵਿਦਵਾਨ ਵੀ ਪਰ ਹੁਣ ਕਿਉਂਕਿ ਉਹਨਾਂ ਦੇ ਸਾਹਮਣੇ ਆਪ ਚੈਲੰਜ ਖੜਾ ਹੋ ਗਿਆ ਲਖੋਰਾਮ ਗੌਂਡਸੇ ਵਾਲਾ ਹੁਣ ਉਹ ਕਹਿ ਰਹੇ ਨੇ ਵੀ ਦੇਅਰ ਇਜ਼ ਡਿਫਰੈਂਸ ਬਿਟਵੀਨ ਅਸੈਸੀਨੇਸ਼ਨ ਐਂਡ ਟੈਰਰਿਜ਼ਮ ਹੁਣ ਉਹਦੇ ਚੋਂ ਵੀ ਇੰਦਰਾ ਗਾਂਧੀ ਦੀ ਵੀ ਅਸੈਸੀਨੇਸ਼ਨ ਹੋਈ ਆ ਬਿਲਕੁਲ ਹਨਾ ਬੇਅੰਤ ਸਿੰਘ ਦੀ ਤੇ ਅਰੁਣ ਵੈਦਿਆ ਦੀ ਵੀ ਅਸੈਸੀਨੇਸ਼ਨ ਹੋਈ ਆ ਦੀਜ਼ ਵਰ ਅਸੈਸੀਨੇਸ਼ਨਸ ਦੇ ਵਰ ਨਾਟ ਟੈਰਰਿਜ਼ਮ ਹਾਂ ਇਹ ਟੈਰਰਿਜ਼ਮ ਨਹੀਂ ਸੀਗਾ ਸੋ ਇਹ ਡਿਫਾਈਨ ਹੋ ਰਿਹਾ ਕਲੀਅਰ ਹੋ ਰਿਹਾ ਸਿਸਟਮ ਹੌਲੀ 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 ਅਸੀਂ ਸਮਝਦੇ ਹਾਂ ਵੀ ਜੇ 5 ਸਾਲ ਨਰਿੰਦਰ ਮੋਦੀ ਉਹਨੇ ਹੋਰ ਆ ਜਾਣ ਤਾਂ ਇਸ ਤਰ੍ਹਾਂ ਦੀਆਂ ਡੈਫੀਨੇਸ਼ਨਸ ਕਲੀਅਰ ਹੋ ਜੇ ਸਾਰੀਆਂ ਇਹ ਲਗਾਤਾਰ ਅੰਡਰ ਦੀ ਰੈਪ ਜਾ ਰਹੀਆਂ ਸੀਗੀਆਂ ਆਪਾਂ ਵਾਰ ਵਾਰ ਕਹਿ ਰਹੇ ਹਾਂ ਵੀ ਇਹ ਕਲੀਅਰ ਨਹੀਂ ਹੋ ਰਿਹਾ ਇਹ ਚੰਗਾ ਕਦਮ ਹੈਗਾ ਵੀ ਘੱਟੋ ਘੱਟ ਕਲੈਰਿਟੀ ਤਾਂ ਆਵੇ ਵੀ ਕੀ ਟੈਰਰਿਜ਼ਮ ਆ ਕੀ ਪੋਲੀਟੀਕਲ ਵਾਇਲੈਂਸ ਆ ਪੋਲੀਟੀਕਲ ਵਾਇਲੈਂਸ ਨੂੰ ਟੈਰਰਿਜ਼ਮ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਸੋ ਕਿਤੇ ਨਾ ਕਿਤੇ ਉਹ ਜ਼ਰੂਰੀ ਹੋ ਜਾਂਦੀ ਹੈ ਬਿਲਕੁਲ ਜਿਸ ਤਰ੍ਹਾਂ ਹੁਣ ਜਿਹੜੀਆਂ ਧਿਰਾਂ ਇਹ ਕਹਿ ਰਹੀਆਂ ਨੇ ਵੀ ਨੱਥੂ ਰਾਮ ਗੌਂਡਸੇ ਦਾ ਠੀਕ ਹੈਗਾ ਉਹਦੇ ਚੋਂ ਪ੍ਰਾਗਿਆ ਸਿੰਘ ਠਾਕੁਰ ਬੋਲੀ ਹੈਗੀ ਆ ਬਿਲਕੁਲ ਇੱਕ ਬੀਜੇਪੀ ਪ੍ਰਾਗਿਆ ਸਿੰਘ ਠਾਕੁਰ ਕਹਿੰਦੇ ਵੀ ਗੌਂਡਸੇ ਦਾ ਕਦਮ ਠੀਕ ਸੀ ਸ਼ੀ ਇਜ਼ ਗੋਇੰਗ ਟੂ ਬੀ ਮੈਂਬਰ ਆਫ ਪਾਰਲੀਮੈਂਟ ਉਹਨੇ ਕੱਲ੍ਹ ਨੂੰ ਕਾਨੂੰਨ ਬਣਾਉਣਾ ਔਰ ਕੱਲ ਨੂੰ ਉਹ ਜਾ ਕੇ ਪਾਰਲੀਮੈਂਟ ਜੀ ਬੈਠੀ ਹੋਊਗੀ ਬੈਠੀ ਆ ਨਾ ਮਤਲਬ ਕਿ ਇਸ ਤਰ੍ਹਾਂ ਇਹ ਡਿਫਾਈਨ ਹੋ ਰਿਹਾ ਇਹ ਪੋਜ਼ਿਟਿਵ ਸਾਈਨ ਆ ਇੰਡੀਅਨ ਸੋਸਾਇਟੀ ਵਿੱਚ ਜਿਹੜਾ ਵੀ ਲਗਾਤਾਰ ਥੱਲੇ ਦੱਬਿਆ ਹੋਇਆ ਸੀ ਹੁਣ ਕਲੀਅਰ ਹੋ ਰਿਹਾ ਸੀ ਡੈਫੀਨੇਸ਼ਨ ਜਿਹੜੀਆਂ ਸਾਹਮਣੇ ਆ ਰਹੀਆਂ ਸਾਹਮਣੇ ਅਸੀਂ ਇਹਦਾ ਸਵਾਗਤ ਕਰਦੇ ਆ ਵੀ ਇਹ ਡੈਫੀਨੇਸ਼ਨਸ ਕਲੀਅਰ ਹੋਣ ਸਵਾਗਤ ਸਾਰੀਆਂ ਬਾਕੀ ਘੱਟ ਗਿਣਤੀਆਂ ਜਿਹੜੀਆਂ ਆਪਣੇ ਲਈ ਸੰਘਰਸ਼ ਕਰਦੀਆਂ ਉਹਨਾਂ ਨੂੰ ਵੀ ਕੋਈ ਰਾਹ ਮਿਲੇ ਵੀ ਕਿੱਧਰ ਜਾਣਾ ਹੈਗਾ ਬਿਲਕੁਲ ਜੀ ਤੇ ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਇਸੇ ਤਰੀਕੇ ਦੇ ਨਾਲ ਪ੍ਰੋਗਰਾਮ ਜਾਰੀ ਰਹੇਗਾ ਤੁਸੀਂ ਦੇਖਦੇ ਰਹੋ ਅਕਾਲ ਚੈਨਲ ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ ਵੀਡੀਓਜ਼ ਕੈਚਅਪ ਟੀਵੀ ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ ਬ੍ਰੇਕ ਤੋਂ ਬਾਅਦ ਫਿਰ ਇੱਕ ਵਾਰੀ ਆਪ ਜੀ ਦਾ ਸਵਾਗਤ ਹੈ ਅਤੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਨਿਊਜ਼ ਪੁਆਇੰਟ ਪਿਛਲੇ ਦਿਨੀ ਵੈਸਟ ਬੰਗਾਲ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਹੈ ਚੋਣਾਂ ਦੇ ਟਾਈਮ 'ਤੇ ਵਾਇਲੈਂਸ ਹੋਇਆ ਹੈਗਾ ਰੈਲੀ ਦੇ ਦੌਰਾਨ ਜਿਹੜਾ ਹੈ ਵਾਇਲੈਂਸ ਸਾਹਮਣੇ ਦੇਖਣ ਨੂੰ ਆਇਆ ਅਵਤਾਰ ਸਿੰਘ ਜੀ ਕੀ ਸੀਗਾ ਇਹ ਸਾਰਾ ਮਸਲਾ ਹਾਂਜੀ ਦੋਹਾਂ ਧਿਰਾਂ ਦਰਮਿਆਨ ਕਿਉਂਕਿ ਅਮਿਤ ਸ਼ਾਹ ਨੇ ਉੱਥੇ ਰੋਡ ਸ਼ੋਅ ਕਰਨਾ ਸੀ ਜੀ ਅਤੇ ਦੋਹਾਂ ਧਿਰਾਂ ਦਰਮਿਆਨ ਇਸ ਵੇਲੇ ਭਾਰਤੀ ਜਨਤਾ ਪਾਰਟੀ ਸਭ ਤੋਂ ਜ਼ਿਆਦਾ ਧਿਆਨ ਆ ਜਿਹੜਾ ਪੱਛਮੀ ਬੰਗਾਲ 'ਤੇ ਦੇ ਰਹੀ ਆ ਉਹਨਾਂ ਨੂੰ ਲੱਗਦਾ ਵੀ ਕਾਂਗਰਸ ਨੇ ਜਾਂ ਤ੍ਰਿਣਮੂਲ ਕਾਂਗਰਸ ਨੇ ਜਿਸ ਤਰ੍ਹਾਂ ਕਾਮਰੇਡਾਂ ਦਾ ਕਿਲਾ ਫਤਿਹ ਕੀਤਾ ਵੀ ਅਸੀਂ ਕਿਤੇ ਨਾ ਕਿਤੇ ਉੱਥੇ ਹਿੰਦੂ ਫਾਸ਼ੀਵਾਦ ਦੀਆਂ ਜਾਂ ਜਿਹੜੀਆਂ ਉਹਨਾਂ ਦੀਆਂ ਟ੍ਰੈਡੀਸ਼ਨਸ ਆ ਹਿੰਦੂਇਜ਼ਮ ਦੀਆਂ ਪੋਲੀਟੀਕਲੀ ਵੀ ਉਹ ਲਾਈਏ ਅਤੇ ਉੱਥੇ ਇਹਦਾ ਤ੍ਰਿਣਮੂਲ ਕਾਂਗਰਸ ਦਾ ਜਿਹੜਾ ਰਾਜ ਖਤਮ ਕਰੀਏ ਸੋ ਉਹਦੇ ਲਈ ਪੋਲੀਟੀਕਲ ਸਰਗਰਮੀਆਂ ਕਰਨ ਨਾਲ ਉੱਥੇ ਦਹਿਸ਼ਤ ਦਾ ਮਾਹੌਲ ਆ ਜਿਹੜਾ ਬਣਾਇਆ ਜਾ ਰਿਹਾ ਦੋਹਾਂ ਧਿਰਾਂ ਵੱਲੋਂ ਹੀ ਬਣਾਇਆ ਜਾ ਰਿਹਾ ਪਰ ਉਹਦੇ 'ਚ ਜਿਹੜਾ ਹੁਣ ਵਾਇਲੈਂਸ ਹੋਈ ਆ ਉਹਦੇ 'ਚ ਜਿਹੜੇ ਐਵੀਡੈਂਸ ਸਾਹਮਣੇ ਆਏ ਖਾਸ ਕਰਕੇ ਇੰਡੀਅਨ ਐਕਸਪ੍ਰੈਸ ਨੇ ਬਹੁਤ ਸਾਰੀ ਰਿਪੋਰਟਿੰਗ ਕੀਤੀ ਆ ਉੱਥੋਂ ਉਹਦੇ 'ਚ ਦੋਸ਼ ਲੱਗ ਰਿਹਾ ਹੈਗਾ ਵੀ ਸਾਰਾ ਜਿਹੜਾ ਗੁੰਡਾਗਰਦੀ ਹੈਗੀ ਆ ਉਹ ਭਾਰਤੀ ਜਨਤਾ ਪਾਰਟੀ ਦੇ ਹਮਾਇਤੀਆਂ ਨੇ ਕੀਤੀ ਆ ਮਿਸਟਰ ਵਿਦਿਆ ਸਾਗਰ ਜਿਹੜੇ ਇੱਥੋਂ ਦੇ ਐਜੂਕੇਸ਼ਨਿਸਟ ਨੇ ਯੂਨੀਵਰਸਿਟੀ ਵਿੱਚ ਜਾ ਕੇ ਉਹਨਾਂ ਦਾ ਬੁੱਤ ਆ ਜਿਹੜਾ ਉਹ ਤੋੜ ਦਿੱਤਾ ਗਿਆ ਹੋਇਆ ਸੋ ਹੁਣ ਬੇਸ਼ੱਕ ਅਮਿਤ ਸ਼ਾਹ ਉਹਨੀ ਆਈਵਨ ਨਰਿੰਦਰ ਮੋਦੀ ਉਹਨੀ ਇਹ ਕਹਿ ਰਿਹਾ ਵੀ ਆਜ਼ਾਦ ਭਾਰਤ ਵਿੱਚ ਜਿਹੜਾ ਪੱਛਮੀ ਬੰਗਾਲ ਆ ਇੱਕ ਤਰ੍ਹਾਂ ਨਾਲ ਵਾਇਲੈਂਸ ਦਾ ਹੱਜ ਬਣ ਗਿਆ ਹੋਇਆ ਵੀ ਸੈਂਟਰ ਆਫ ਵਾਇਲੈਂਸ ਬਣ ਗਿਆ ਹੋਇਆ ਪਿਛਲੇ ਦਿਨੀ ਰੈਲੀਆਂ ਵਿੱਚ ਉਹਨਾਂ ਨੇ ਸੰਬੋਧਨ ਕਰਦੇ ਹੋਏ ਵੀ ਦੇਖਿਆ ਪਰ ਅਸੀਂ ਫਿਰ ਵੀ ਦੇਖ ਰਹੇ ਹਾਂ ਵੀ ਇਹ ਗੁਜਰਾਤ ਨਾਲੋਂ ਤਾਂ ਠੀਕ ਹੈ ਨਾ ਗੁਜਰਾਤ ਵਿੱਚ 3000 ਲੋਕਾਂ ਨੂੰ ਕਤਲ ਕੀਤਾ ਗਿਆ ਮਤਲਬ ਕਿ ਬੇਦਰਦੀ ਨਾਲ ਕਤਲ ਕੀਤਾ ਗਿਆ ਇਸ ਵਾਇਲੈਂਸ ਵਿੱਚ ਘੱਟੋ ਘੱਟ ਕਤਲ ਤਾਂ ਨਹੀਂ ਨਾ ਹੋਏ ਸੋ ਆਪਾਂ ਜਦੋਂ ਗੁਜਰਾਤ ਦੀ ਵਾਇਲੈਂਸ ਨੂੰ ਦੇਖਦੇ ਹਾਂ ਫਿਰ ਪੱਛਮੀ ਬੰਗਾਲ ਦੀ ਵਾਇਲੈਂਸ ਨੂੰ ਆਪਾਂ ਦੇਖਿਆ ਇਹ ਕਹਿ ਰਹੇ ਮਤਲਬ ਕਿ ਤਾਂ ਬਹੁਤ ਬਹੁਤ ਕਿਣਕੇ ਮਾਤਰ ਹੈਗੀ ਆ ਜੀ 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 ਸੋ ਭਾਰਤੀ ਜਨਤਾ ਪਾਰਟੀ ਜਾਂ ਖਾਸ ਕਰਕੇ ਅਮਿਤ ਸ਼ਾਹ ਦਾ ਜਿਹੜਾ ਜਿਸ ਕਿਸਮ ਦਾ ਪੋਲੀਟੀਕਲ ਕੰਮ ਕਰਨ ਦਾ ਢੰਗ ਹੈਗਾ ਉਹਦੇ ਚੋਂ ਇਹ ਸਾਰੀ ਜਿਹੜੀ ਵਾਇਲੈਂਸ ਆ ਉਹ ਹੁਣ ਅਥੋਰੀਟੇਰੀਅਨ ਹੋਏ ਹੋਏ ਨੇ ਉਹਨਾਂ ਨੂੰ ਲੱਗਦਾ ਵੀ ਅਸੀਂ ਸਾਰਾ ਕੁਛ ਧੱਕੇ ਨਾਲ ਹੀ ਕਾਬਜ ਕਰ ਸਕਦੇ ਹੈਗੇ ਸੋ ਇਹਦੇ 'ਚ ਬਹੁਤਾ ਕਸੂਰ ਆ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਹਾਂ ਫਿਰ ਗੁੱਸੇ ਵਿੱਚ ਆਏ ਤ੍ਰਿਣਮੂਲ ਕਾਂਗਰਸ ਦੇ ਹਮਾਇਤੀਆਂ ਨੇ ਵੀ ਹਿੰਸਕ ਹੋਏ ਆ ਉਹ ਉਹਨਾਂ ਨੇ ਵੀ ਜਵਾਬ ਦਿੱਤਾ ਹੈਗਾ ਪਰ ਜਿਸ ਅਥੋਰੀਟੇਰੀਅਨ ਢੰਗ ਨਾਲ ਨਾਨ ਡੈਮੋਕ੍ਰੈਟਿਕ ਪ੍ਰੋਸੈਸ 'ਚ ਜਾ ਕੇ ਇਹ ਪੱਛਮੀ ਬੰਗਾਲ ਨੂੰ ਜਿੱਤਣਾ ਚਾਹੁੰਦੇ ਆ ਉੱਥੇ ਦਹਿਸ਼ਤ ਪਾਉਣੀ ਚਾਹੁੰਦੇ ਹੈਗੇ ਆ ਉਹ ਉੱਥੋਂ ਦੇ ਲੋਕਾਂ ਨੇ ਜਿੱਦਾਂ
ਰਜਿਸਟਰ ਕਰਿਆ ਤੇ ਉਹਦਾ ਵਿਰੋਧ ਕਰਿਆ ਹੈ। ਅਵਤਾਰ ਸਿੰਘ ਜੀ, ਹੋਰ ਵੀ ਜਿਹੜੀ ਇੱਥੇ ਲੈ ਕੇ ਨਾ ਗੱਲਬਾਤ ਜਿਹੜੀ ਆ ਜਾਂ ਮੀਡੀਆ ਦੇ ਵਿੱਚ ਜਾਂ ਆਪਾਂ ਕਹੀਏ ਕਿ ਸੋਸ਼ਲ ਮੀਡੀਆ ਦੇ ਵਿੱਚ ਕਾਫੀ ਜਿੱਦਾਂ ਫੈਕਟਸ ਜਿਹੜੇ ਸਾਹਮਣੇ ਆ ਰਹੇ ਆ ਕਿ ਜਿਹੜੇ ਬੰਗਾਲ ਦੇ ਲੋਕ ਹੈਗੇ ਆ ਉਹ ਆਪਣੀ ਜਿਹੜੀ ਪਰਸਨਲ ਆਈਡੈਂਟੀ ਨੂੰ, ਪਰਸਨਲ ਕਲਚਰ ਨੂੰ ਲੈ ਕੇ ਜਿਹੜਾ ਹੈਗਾ ਕਾਫੀ ਜ਼ਿਆਦਾ ਜਿੱਦਾਂ ਹੈਗੇ ਆ ਜਾਗਰੂਕ ਹੈਗੇ ਆ, ਔਰ ਉਹ ਇਸ ਤਰੀਕੇ ਦੀਆਂ ਜਿਹੜੀਆਂ ਕਾਰਵਾਈਆਂ ਉਹ ਜ਼ਿਆਦਾ ਆਪਣੇ ਅੰਦਰ ਜਿਹੜੀਆਂ ਨਹੀਂ ਆਉਣ ਦਿੰਦੇ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਇਹ ਉਹਨਾਂ ਦਾ ਆਪਣੀ ਜਿਹੜੀ ਯੂਨੀਕ ਆਈਡੈਂਟੀ ਆ ਬੰਗਾਲੀ, ਉਹਦੇ ਬਾਰੇ ਬਹੁਤ ਅਵੇਅਰ ਰੱਖਾ। ਕਿਸੇ ਟਾਈਮ ਸਿੱਖਾਂ ਵਿੱਚ ਇਹ ਹੁੰਦਾ ਸੀ ਪਰ ਸਿੱਖਾਂ 'ਚ ਉਹ ਖੋਰਾ ਲੱਗ ਗਿਆ, ਵਿਪਰਨ ਕੀ ਰੀਤ ਨੇ ਸਿੱਖਾਂ ਨੂੰ ਉਹ ਖੋਰ ਦਿੱਤਾ ਹੋਇਆ। ਸਿੱਖ ਆਪਣੀ ਕੌਮੀ ਆਈਡੈਂਟੀ ਬਾਰੇ ਜਿਸ ਤਰ੍ਹਾਂ ਕਾਫੀ ਨਹੀਂ ਹੈਗੇ, ਉਹ ਮੁੱਖ ਧਾਰਾ ਭਾਰਤੀ ਜਿਹੜੀ ਟ੍ਰੈਡੀਸ਼ਨ ਆ ਉਹਦੇ ਵਿੱਚ ਲਿਪਤ ਹੁੰਦੇ ਜਾ ਰਹੇ, ਉਹਦੇ ਵਿੱਚ ਲਪੇਟੇ ਜਾ ਰਹੇ ਆ, ਪਰ ਬੰਗਾਲੀਆਂ ਨੇ ਆਪਣੇ ਉਸ ਨਿਆਰੇਪਣ ਨੂੰ ਕਾਇਮ ਰੱਖਿਆ। ਈਵਨ ਤੁਸੀਂ ਦੇਖੋ ਜਦੋਂ 1947 ਤੋਂ ਪਹਿਲਾਂ ਦਾ ਜਿਹੜਾ ਸਾਰਾ ਸਨੈਰੀਓ ਹੈ ਨਾ, ਉਹਦੇ 'ਚ ਅੰਗਰੇਜ਼ਾਂ ਦੀ ਇੱਕ ਤਰ੍ਹਾਂ ਨਾਲ ਉੱਥੇ ਉਹਨਾਂ ਦੀ ਇੱਕ ਤਰ੍ਹਾਂ ਨਾਲ ਰਾਜਧਾਨੀ ਹੁੰਦੀ ਸੀ ਕਿਸੇ ਟਾਈਮ, ਹੋਰ ਕਲਕੱਤਾ। ਹਾਂਜੀ ਕਲਕੱਤਾ ਜੀ, ਅਤੇ ਉਹ ਜਿਹੜੇ ਅੰਗਰੇਜ਼ ਵਿਦਵਾਨਾਂ ਨੇ ਉੱਥੇ ਰਹਿ ਕੇ ਉਹ ਸਾਰੇ ਕੁਛ ਨੂੰ ਦੇਖਿਆ ਹੈਗਾ ਹੈ ਨਾ, ਅਤੇ ਉਹ ਈਵਨ ਹੋਮੀ ਭਾਬਾ ਦਾ ਮੈਂ ਉਹਨਾਂ ਦੀ ਜਿਹੜੀ ਬਾਇਓਗ੍ਰਾਫੀ ਹੈ ਹੋਮੀ ਭਾਬਾ ਦੀ ਉਹ ਮੈਂ ਪੜ੍ਹੀ ਸੀ, ਅਤੇ ਉਹਦੇ 'ਚੋਂ ਉਹ ਸਾਰਾ ਜਿਸ ਤਰ੍ਹਾਂ ਬੰਗਾਲ ਦੀ ਯੂਨੀਕ ਆਈਡੈਂਟੀ ਬਾਰੇ ਨਾ ਉਹ ਗੱਲ ਕਰਦੇ ਹੈਗੇ, ਅਤੇ ਹੁਣ ਵੀ ਉਹ ਪ੍ਰਜ਼ਰਵਡ ਹੈਗੀ ਆ, ਉਹ ਬਾਕੀ ਲੋਕਾਂ ਨੂੰ ਹਿੰਦੁਸਤਾਨੀ ਕਹਿ ਕੇ ਸੰਬੋਧਨ ਕਰਦੇ ਆ, ਆਪਣੇ ਆਪ ਨੂੰ ਬੰਗਾਲੀ ਕਹਿੰਦੇ ਆ, ਜਿਹੜੇ ਬੰਗਾਲ ਤੋਂ ਬਾਹਰ ਦੇ ਉਹਨਾਂ ਨੂੰ ਹਿੰਦੁਸਤਾਨੀ ਜਾਂ ਪਾਨ ਚਬਾਉਣ ਵਾਲੇ ਵੀ ਇਹ ਪਾਨ ਚੱਪ ਚੱਪ ਕੇ ਥੁੱਕੀ ਜਾਂਦੇ ਆ, ਉਹਨਾਂ ਨੂੰ ਹਿੰਦੁਸਤਾਨੀ ਦੇ ਤਰਜ ਉਹਨਾਂ ਨੇ ਡਿਫਰੈਂਸ ਰੱਖਿਆ ਹੋਇਆ, ਇੱਕ ਬਕਾਇਦਾ ਐਨ ਬਾਇਫੋਰਕੇਟਡ ਡਿਫਰੈਂਸ ਹੈ ਵੀ ਉਹ ਹਿੰਦੁਸਤਾਨੀ ਅਸੀਂ ਬੰਗਾਲੀ ਆ, ਉਹਨਾਂ ਨੂੰ ਆਪਣੀਆਂ ਆਪਣੀ ਬੋਲੀ ਅਤੇ ਆਪਣੇ ਸੱਭਿਆਚਾਰ ਅਤੇ ਆਪਣੀਆਂ ਟ੍ਰੈਡੀਸ਼ਨਸ ਅਤੇ ਆਪਣੀਆਂ ਰਵਾਇਤਾਂ ਅਤੇ ਸੰਸਕਾਰਾਂ 'ਤੇ ਇੱਕ ਮਾਣ ਹੈ, ਅਤੇ ਉਹ ਨਹੀਂ ਚਾਹੁੰਦੇ ਵੀ ਕੋਈ ਬਾਹਰ ਲਾ ਕੇ ਇਹਨਾਂ ਨੂੰ ਪਲੀਤ ਕਰੇ। ਸੋ ਇਸ ਅਵੇਅਰਨੈਸ ਆਫ ਆਈਡੈਂਟੀ 'ਚੋਂ ਇਹ ਕ੍ਰਾਈਸਿਸ ਆ ਰਿਹਾ। ਜਿਹੜੀ ਬੀਜੇਪੀ ਆ ਉਹ ਆਪਣਾ ਜਿਹੜਾ ਵੱਡਾ ਪ੍ਰੋਜੈਕਟ ਹੈਗਾ ਵੀ ਪੂਰੇ ਦੇਸ਼ ਨੂੰ ਇੱਕ ਕੌਮ ਬਣਾ ਦੇਣਾ, ਉਸ ਪ੍ਰੋਜੈਕਟ 'ਤੇ ਕੰਮ ਕਰ ਰਹੇ ਵੀ ਇਹਨਾਂ ਨੂੰ ਮਲ ਦਿਓ ਰੱਖ ਕੇ, ਵੀ ਇੱਕੋ ਹੀ ਕਿਸਮ ਦੀ ਜਿਹੜੀ ਰਾਜਨੀਤੀ ਆ ਜਾਂ ਹਿੰਦੂ ਟ੍ਰੈਡੀਸ਼ਨ ਆ ਜਿਹੜੀ ਉਹਨੂੰ ਡੋਮੀਨੇਟ ਕਰਨਾ ਚਾਹੁੰਦੇ ਆ, ਅਤੇ ਇਹਦੇ 'ਚੋਂ ਇਹ ਆ ਰਿਹਾ ਵੀ ਜਿਹੜੀ ਨਾ ਮਜੋਰਿਟੇਰੀਅਨਿਜ਼ਮ ਆ। ਈਵਨ ਮੈਂ ਵਲਾਦੀਮੀਰ ਪੁਤਿਨ ਦਾ ਦੇਖ ਰਿਹਾ ਸੀਗਾ, ਇੱਕ ਦਿਨ ਇੱਕ ਪ੍ਰੋਗਰਾਮ ਸੀਗਾ ਅਲ ਜਜ਼ੀਰਾ 'ਤੇ ਆ ਰਿਹਾ, ਉਹਨਾਂ ਨੇ ਮਿਊਨਿਕ ਵਿੱਚ ਕਾਨਫਰੰਸ ਹੋ ਰਹੀ ਸੀਗੀ ਨੈਟੋ ਬਾਰੇ ਜਾਂ ਕਿਸ ਤਰ੍ਹਾਂ, ਉਹ ਕਹਿੰਦਾ ਵੀ ਡੈਮੋਕ੍ਰੇਸੀ ਕੀ ਆ, ਕਹਿੰਦਾ ਡੈਮੋਕ੍ਰੇਸੀ ਇਸ ਵੇਲੇ ਜੋ ਡੈਮੋਕ੍ਰੇਸੀ ਦਾ ਹਾਲ ਹੋ ਗਿਆ ਹੋਇਆ ਉਹ ਹੈਗਾ ਵੀ ਮਜੋਰਿਟੇਰੀਅਨ ਜਿਹੜੀ ਕੌਮ ਹੈ ਉਹ ਆਪਣੀਆਂ ਵਿਲ ਆ ਜਿਹੜੀ ਉਹ ਇੰਪੋਜ਼ ਕਰ ਰਹੀ ਹੈ ਮਿਨੋਰਿਟੀਜ਼ ਤੇ, ਔਰ ਆਪਣੇ ਆਪ ਨੂੰ ਕਹਿ ਰਹੀ ਕਿ ਆ ਡੈਮੋਕ੍ਰੇਸੀ। ਹਾਂ ਵੀ ਆ ਡੈਮੋਕ੍ਰੇਸੀ ਹੈਗੀ, ਕਹਿੰਦਾ ਆ ਡੈਮੋਕ੍ਰੇਸੀ ਇਸ ਵੇਲੇ ਜਿਹੜੀ ਮੈਜੋਰਿਟੀ ਕੌਮ ਹੈ ਨਾ ਉਹ ਮਿਨੋਰਿਟੀਜ਼ ਦੇ ਕੰਸਰਨਸ ਨੂੰ ਸੁਣੇ ਤੋਂ ਬਿਨਾਂ ਹੀ ਆਪਣੇ ਵਿਲ ਇੰਪੋਜ਼ ਕਰ ਰਹੀ ਹੈਗੀ। ਸੋ ਅਸੀਂ ਦੇਖ ਰਹੇ ਵੀ ਇਹ ਬਿਲਕੁਲ ਕੰਕਰੀਟ ਡੈਫੀਨੇਸ਼ਨ ਆ, ਭਾਰਤ ਵਿੱਚ ਇਸੇ ਤਰ੍ਹਾਂ ਹੋ ਰਿਹਾ ਵੀ ਮਜੋਰਿਟੀ ਜਿਹੜੀ ਹਿੰਦੂ ਕਮਿਊਨਿਟੀ ਹੈਗੀ ਆ, ਹਿੰਦੂ ਕੌਮ ਹੈਗੀ ਆ, ਉਹ ਆਪਣੇ ਵਿਲ ਨੂੰ ਆਪਣੀਆਂ ਧਾਰਮਿਕ ਟ੍ਰੈਡੀਸ਼ਨਸ ਨੂੰ ਜਾਂ ਸਾਰਿਆਂ ਨੂੰ ਉਹ ਮਿਨੋਰਿਟੀਜ਼ ਦੀਆਂ ਜਿਹੜੀਆਂ ਯੂਨੀਕ ਟ੍ਰੈਡੀਸ਼ਨਸ ਆ। ਹੁਣ ਮੁਸਲਮਾਨਾਂ ਨੂੰ ਕਿਹਾ ਜਾਂਦਾ ਵਾਰ ਵਾਰ ਫੜ ਫੜ ਕੇ ਕੁੱਟ ਕੁੱਟ ਕੇ ਕਿਹਾ ਜਾਂਦਾ ਵੀ ਭਾਰਤ ਮਾਤਾ ਕੀ ਜੈ ਕਹੋ ਹੈ ਨਾ, ਹੁਣ ਭਾਰਤ ਮਾਤਾ ਕੀ ਜੈ ਇੱਕ ਹਿੰਦੂ ਟ੍ਰੈਡੀਸ਼ਨ ਦਾ ਨਾਰਾ ਹੈਗਾ, ਇਹ ਨਹੀਂ ਹੈਗਾ ਵੀ ਉਹ ਦੇਸ਼ ਭਗਤੀ ਨਾਲ ਨਹੀਂ ਉਹਦਾ ਕੋਈ ਸੰਬੰਧ ਹੈਗਾ, ਹਨਾ ਮੁਸਲਿਮ ਕੁੱਡ ਵੀ ਮੋਰ ਪੈਟਰੀਓਟ ਦੈਨ ਹਿੰਦੂ ਹਨਾ, ਪਰ ਜਦੋਂ ਤੁਸੀਂ ਕਹਿੰਦੇ ਵੀ ਇਹ ਜ਼ਬਰਦਸਤ ਉਹਨਾਂ ਦੇ ਉਹਦੇ ਵਿੱਚ ਨਹੀਂ ਹੈਗਾ। ਸਿੱਖਾਂ ਨੂੰ ਵੀ ਇੱਦਾਂ ਕਿਹਾ ਗਿਆ ਵੀ ਤੁਸੀਂ 10 ਗੁਰੂ ਸਾਹਿਬਾਨ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਣਾ, ਸਿੱਖਾਂ ਨੂੰ ਇਹ ਹੁਕਮ ਹੈ ਵੀ ਕਿਸੇ ਮੰਦਿਰ ਵਿੱਚ ਜਾ ਕੇ ਟਾਲਾ ਨਹੀਂ ਖੜਕਾਉਣੇ, ਬਿਲਕੁਲ ਅਸੀਂ ਵਿਰੋਧ ਨਹੀਂ ਕਰਦੇ, ਉਹਨਾਂ ਦੀ ਆਪਣੀ ਰਵਾਇਤ ਉਹ ਕਰਨ, ਪਰ ਸਿੱਖਾਂ ਵਾਸਤੇ ਉਹਨਾਂ ਨੇ ਜੈ ਸ਼੍ਰੀ ਰਾਮ ਨਹੀਂ ਕਹਿਣਾ, ਉਹਨਾਂ ਨੇ ਮਾਤਾ ਦੀ ਜੈ ਨਹੀਂ ਕਹਿਣੀ, ਹਾਲਾਂਕਿ ਇਹ ਕਿਸੇ ਨਫ਼ਰਤ 'ਚੋਂ ਨਹੀਂ ਹੈਗਾ, ਸਾਡੇ ਆਪਣੇ ਨਿਆਰੇਪਣ ਨੂੰ ਉਹਦੇ ਰੱਖਣ 'ਚੋਂ ਹੈਗਾ। ਜਦੋਂ ਤੁਸੀਂ ਧੱਕੇ ਨਾਲ ਕਹੋਗੇ ਵੀ ਨਹੀਂ ਤੁਸੀਂ ਤਾਂ ਦੇਸ਼ ਭਗਤ ਸਿੱਖ ਹੋਵੋਗੇ ਜੇ ਜੈ ਕਹੋਗੇ ਮਾਤਾ ਦੀ ਜੈ, ਮਤਲਬ ਕਿ ਬਿਲਕੁਲ ਸਿੱਖਾਂ ਲਈ ਬੋਲੇ ਸੋ ਨਿਹਾਲ। ਹੁਣ ਸਿੱਖਾਂ ਲਈ ਰਾਸ਼ਟਰ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆ, ਮਹਾਤਮਾ ਗਾਂਧੀ ਨਹੀਂ ਹੈਗੇ। ਸਿੱਖਾਂ ਲਈ ਸ਼ਹੀਦੇ ਆਜ਼ਮ ਗੁਰੂ ਅਰਜਨ ਦੇਵ ਜੀ ਆ, ਭਗਤ ਸਿੰਘ ਨਹੀਂ ਹੈਗਾ, ਸਿੱਖਾਂ ਦੇ ਆਪਣੇ ਸ਼ਹੀਦੇ ਆਜ਼ਮ ਔਰ ਰਾਸ਼ਟਰ ਪਿਤਾ ਹੈਗੇ ਨੇ। ਸੋ ਇਸ ਟ੍ਰੈਡੀਸ਼ਨ ਜਦੋਂ ਇਹ ਕਲੈਸ਼ ਆਉਂਦਾ, ਜਦੋਂ ਮਜੋਰਿਟੀ ਜਿਹੜੀ ਕੌਮ ਹੈ ਉਹ ਆਪਣੀ ਵਿਲ ਇੰਪੋਜ਼ ਕਰਦੀ ਹੈ, ਉਦੋਂ ਡੈਮੋਕ੍ਰੇਸੀ ਦਾ ਜਿਹੜਾ ਜਨਾਜ਼ਾ ਨਿਕਲਦਾ ਹੈਗਾ, ਜਦੋਂ ਤੁਸੀਂ ਸਤਿਕਾਰ ਨਹੀਂ ਕਰਦੇ ਹੈਗੇ। ਸੋ ਇਹ ਹੈਗਾ ਵੀ ਬੰਗਾਲ ਵਾਲਾ ਜਿਹੜਾ ਸਿਸਟਮ ਇਹ ਹੋ ਰਿਹਾ ਵੀ ਮਜੋਰਿਟੀ ਦਾ ਅਥੋਰਿਟੇਰੀਅਨਿਜ਼ਮ ਆ ਜਿਹੜਾ ਉਹ ਬੰਗਾਲ 'ਤੇ ਇੰਪੋਜ਼ ਕਰਨ ਦੀ ਕੋਸ਼ਿਸ਼। ਅਵਤਾਰ ਸਿੰਘ ਜੀ, ਇੱਕ ਜਗ੍ਹਾ 'ਤੇ ਮੈਂ ਹੋਰ ਵੀ ਤੁਸੀਂ ਬੰਗਾਲ ਅਤੇ ਪੰਜਾਬ ਦਾ ਕੰਪੈਰੀਜ਼ਨ ਕੀਤਾ, ਉਹ ਕਹਿੰਦੇ ਕਿ ਜਦੋਂ ਭਾਰਤ ਦੀ ਵੰਡ ਹੋਈ ਆ
ਤੇ ਉਦੋਂ ਵੀ ਜਾਂ ਤੇ ਬੰਗਾਲ ਦੀ ਵੰਡ ਕੀਤੀ ਗਈ ਜਾਂ ਪੰਜਾਬ ਦੀ ਵੰਡ ਹੋਈ, ਕਿਉਂਕਿ ਇਹ ਦੋਨੋਂ ਜਿਹੜੇ ਖਿੱਤੇ ਹੈਗੇ ਆਪਣੇ ਆਪ ਦੇ ਵਿੱਚ ਇੰਨੇ ਜ਼ਿਆਦਾ ਸਟਰੋਂਗ ਸਨ, ਯੂਨੀਕ ਸੀ ਤੇ ਸਟਰੋਂਗ ਸੀ ਇਹਨਾਂ ਦਾ, ਪੰਜਾਬ ਦੀ ਤੇ ਬਾਅਦ ਦੇ ਵਿੱਚ ਹੋਰ ਵੀ ਜ਼ਿਆਦਾ ਇੰਨੀ ਵੰਡ ਕੀਤੀ ਹੋਈ ਤੇ ਆਪਣੇ ਪੈਰਾਂ ਤੇ ਖੜਾ ਹੀ ਨਾ ਹੋ ਸਕੇ, ਬਿਲਕੁਲ ਬਿਲਕੁਲ ਇਸੇ ਤਰ੍ਹਾਂ ਵੀ ਬੰਗਾਲ ਨੂੰ ਵੰਡਿਆ ਗਿਆ ਜੀ ਬੰਗਾਲ। ਫਿਰ ਤੁਸੀਂ ਦੇਖੋ ਨਾ ਵੀ ਬੰਗਾਲ ਦੀ ਜਿਹੜੀ ਆਪਣੀ ਯੂਨੀਕ ਟ੍ਰੈਡੀਸ਼ਨ ਸੀ ਉਹ ਕਿੰਨੀ ਮਜ਼ਬੂਤ ਸੀ ਵੀ ਉਹ ਪਾਕਿਸਤਾਨ ਨਾਲੋਂ ਵੀ ਵੱਖਰੇ ਹੋ ਗਏ ਹਨਾ, ਹਾਲਾਂਕਿ ਧਰਮ ਇੱਕੋ ਹੋਣ ਦੇ ਨਾਤੇ ਵੀ ਜੀ 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 ਬੰਗਲਾਦੇਸ਼ੀਆਂ ਨੇ ਜਿਹੜੀ ਆਪਣੀ ਯੂਨੀਕ ਆਈਡੈਂਟੀ ਸੀ ਨਾ ਉਹਨੂੰ ਇਸ ਲੈਵਲ ਤੱਕ ਉਹ ਰੱਖਿਆ। ਉਹ ਚਲੋ ਇਹ ਹੈਗਾ ਵੀ ਭਾਰਤ ਨੇ ਹਮਾਇਤ ਕੀਤੀ, ਜਿਹੜੀ ਮੁਕਤੀ ਵਾਹਿਨੀ ਸੀ ਉਹ ਭਾਰਤ ਦੀਆਂ ਜਾਂ ਭਾਰਤ ਦੀ ਇੰਟੈਲੀਜੈਂਸ ਨੇ ਉੱਥੇ ਵਰਕ ਕੀਤਾ, ਪਰ ਕਿਸੇ ਵੀ ਕੌਮ ਨੂੰ ਜਦੋਂ ਆਜ਼ਾਦ ਹੋਣਾ ਹੁੰਦਾ ਨਾ, ਜਸਟ ਤੁਸੀਂ ਬਾਹਰੋਂ ਫੌਜੀ ਹਮਾਇਤ ਦੇ ਕੇ ਉਹਦੀ ਆਜ਼ਾਦੀ ਨਹੀਂ ਲਿਆ ਸਕਦੇ, ਉਹਦੇ ਅੰਦਰ ਜਦੋਂ ਤੱਕ ਉਹਦੇ ਅੰਦਰ ਉਹ ਚਿਣਗ ਨਹੀਂ ਪਈ। ਤੁਸੀਂ ਕਿੰਨਾ ਮਰਜ਼ੀ ਜ਼ੋਰ ਲਾ ਲਓ, ਜਿਹਦੇ ਅੰਦਰ ਚਿਣਗ ਨਹੀਂ ਹੈਗੀ, ਚਾਹੇ ਉਹਨੂੰ ਰਾਕਟ ਦੇ ਦਿਓ, ਚਾਹੇ ਹਵਾਈ ਜਹਾਜ਼ ਲੈ ਕੇ ਦੇ ਦਿਓ ਵੀ ਤੂੰ ਹਮਲਾ ਕਰਕੇ ਆ, ਉਹ ਨਹੀਂ ਕਰ ਸਕਦਾ। ਜਿਹਦੇ ਅੰਦਰ ਆਜ਼ਾਦ ਹੋਣ ਦੀ ਉਹ ਜਿਹੜੀ ਕਲੈਰਿਟੀ ਨਹੀਂ ਹੈਗੀ ਦੂਜੀ ਕੌਮ ਨਾਲੋਂ, ਜੀ ਜੀ ਜੀ, ਵੀ ਜਦੋਂ ਤੱਕ ਉਹ ਕਲੈਰਿਟੀ ਉਹ ਫਰਮਨੈਸ ਉਹ ਕਮਿਟਮੈਂਟ ਸ਼ਹੀਦ ਹੋ ਜਾਣ ਦੀ ਆਪਣੇ ਧਰਮ ਲਈ ਆਪਣੀ ਕੌਮ ਲਈ, ਜਦੋਂ ਉਹ ਨਹੀਂ ਪਈ ਤਾਂ ਮਤਲਬ ਕਿ ਜਿੰਨੀ ਮਰਜ਼ੀ ਬਾਹਰੋਂ ਸਹਾਇਤਾ ਮਿਲ ਜਾਵੇ। ਹੁਣ ਅਮੈਰੀਕਾ ਨੇ ਜ਼ੋਰ ਲਾ ਲਿਆ, ਚਾਹੇ ਸੀਰੀਆ 'ਚ ਦੇਖ ਲਓ, ਸੀਰੀਆ 'ਚ ਕਿੱਡੀ ਵੱਡੀ ਜਿਹੜੀ ਸੀਰੀਅਨ ਸਰਕਾਰ ਤੋਂ ਜਿਹੜੀ ਬਾਗੀ ਧਿਰ ਸੀ ਜੀ ਉਹਨੂੰ ਕਿੰਨਾ ਕੁਛ ਦਿੱਤਾ, ਟੈਂਕ ਤੱਕ ਗਏ ਆ, ਜਰਮਨੀ ਤੋਂ ਗਏ ਆ, ਇੰਗਲੈਂਡ ਤੋਂ ਗਏ ਆ, ਪਰ ਉਹ ਨਹੀਂ ਕਰ ਸਕੇ ਕਿਉਂਕਿ ਉਹ ਜਜ਼ਬਾ ਉਸ ਤਰ੍ਹਾਂ ਦਾ ਨਹੀਂ ਹੈਗਾ, ਮਤਲਬ ਕਿਤੇ ਨਾ ਕਿਤੇ ਜਿਹੜਾ ਅੰਦਰਲਾ ਜਜ਼ਬਾ ਹੈ ਉਹ ਜਿਹੜੀ ਲੋੜ ਹੈ। ਬਿਲਕੁਲ ਬਿਲਕੁਲ, ਉਹ ਵਾਰ ਇੱਕ ਈਵਨ ਜਰਮਨ ਸਰਕਾਰ ਨੇ ਕਰਿਆ ਸੀਗਾ, ਮੈਂ ਬੈਂਜਾਮਿਨ ਐਕਸਿਨ ਦਾ ਪੜਿਆ ਸੀਗਾ ਜਿਹੜਾ ਨੈਸ਼ਨਲਿਜ਼ਮ ਬਾਰੇ ਥੀਸਿਸ ਆ, ਉਹਨਾਂ ਨੇ ਲਿਖਿਆ ਵੀ ਜਰਮਨ ਨੇ ਬਹੁਤ ਸਾਰੇ ਥਾਵਾਂ ਤੋਂ ਉਹਨਾਂ ਨੇ ਕੋਟਸ ਦਿੱਤੇ ਆ ਵੀ ਜਰਮਨ ਨੇ ਇਸ ਕੌਮ ਨੂੰ ਇਸ ਕੌਮ ਨੂੰ ਇਸ ਕੌਮ ਨੂੰ ਬੜੇ ਹਥਿਆਰ ਦਿੱਤੇ, ਲੌਜਿਸਟਿਕ ਸਪੋਰਟ ਦਿੱਤੀ, ਪਰ ਕਹਿੰਦਾ ਵੀ ਉਹਨਾਂ ਦੇ ਆਪਣੇ ਅੰਦਰ ਹੀ ਕੁਛ ਨਹੀਂ ਸੀ। ਉਹ ਆਜ਼ਾਦ ਹੋਣ ਦੀ ਜਿਹੜੀ ਰੀਝ ਆ ਬੰਗਾਲੀਆਂ ਦਾ, ਫਿਰ ਯੂਨੀਕ ਕਰੈਕਟਰ ਆ ਨਾ ਵੀ ਪਾਕਿਸਤਾਨ ਨਾਲ ਆਜ਼ਾਦ ਹੋਣ ਤੋਂ ਬਾਅਦ ਵੀ ਆਪਣੀ ਵੱਖਰੀ ਆਜ਼ਾਦੀ ਉਹਨਾਂ ਨੇ ਲੈ ਲਈ ਹੋਈ ਆ। ਸੋ ਜਦੋਂ ਨੈਸ਼ਨਲਿਜ਼ਮ ਦੇ ਆਸਪੈਕਟਸ ਨੂੰ ਆਪਾਂ ਦੇਖਦੇ ਹਾਂ, ਸੋ ਬੰਗਾਲੀ ਜਿਹੜਾ ਬੰਗਾਲੀ ਨੈਸ਼ਨਲਿਜ਼ਮ ਆ ਉਹਨੂੰ ਇਸ ਆਸਪੈਕਟ ਤੋਂ ਦੇਖਣਾ ਬਣਦਾ ਹੈਗਾ ਵੀ ਧਰਮ ਇੱਕ ਹੋਣ ਦੇ ਬਾਵਜੂਦ ਵੀ, ਕਿਉਂਕਿ ਬੋਲੀ ਤੇ ਜਿਹੜੀਆਂ ਟ੍ਰੈਡੀਸ਼ਨ ਸੀਗੀਆਂ ਉਹ ਜ਼ਿਆਦਾ ਭਾਰੂ ਹੋ ਗਈਆਂ ਧਰਮ ਤੇ। ਸੋ ਇਸ ਕਰਕੇ ਬੰਗਾਲ ਵਾਲਾ ਜਿਹੜਾ ਚੱਕਰ ਆ ਇਹਨੂੰ ਇਸ ਪੰਜਾਬ ਦੇ ਵਿੱਚ ਪਿਛਲੇ ਦਿਨੀ ਜਿਹੜਾ ਹੈ ਕਾਂਗਰਸ ਦੇ ਵਿੱਚ ਜਿਹੜੀ ਹੈ ਕਾਫੀ ਜਿਹੜੀ ਹਿਲਜੁਲ ਦੇਖਣ ਨੂੰ ਮਿਲੀ, ਜਾਂ ਆਪਾਂ ਜੇ ਦੂਜੇ ਸ਼ਬਦਾਂ ਦੇ ਵਿੱਚ ਕਹੀ ਕਿ ਤੋੜ ਫੋੜ ਵੀ ਜਿਹੜੀ ਦੇਖਣ ਨੂੰ ਹੈ ਉਹ ਮਿਲੀ ਹੈਗੀ ਆ। ਇੱਕ ਧੜਾ ਜਿਹੜਾ ਹੈ ਨਵਜੋਤ ਸਿੰਘ ਸਿੱਧੂ ਵਾਲਾ ਤੇ ਦੂਸਰੇ ਬੰਨੇ ਕੈਪਟਨ ਅਮਰਿੰਦਰ ਸਿੰਘ ਵਾਲਾ। ਅਵਤਾਰ ਸਿੰਘ ਜੀ ਕੀ ਹੈ ਸਾਰਾ ਮਸਲਾ ਕੀ? ਹਾਂਜੀ, ਇਹ ਮਸਲਾ ਤਾਂ ਕਾਫੀ ਦੇਰ ਤੋਂ ਸੁਲਕ ਰਿਹਾ ਜਦੋਂ ਦੀ ਸਰਕਾਰ ਬਣੀ ਆ। ਜੀ ਜੀ, ਮਸਲਾ ਤਾਂ ਉਦੋਂ ਦੇ ਸੁਲਕ ਰਿਹਾ ਵੀ ਲੀਡਰ ਕੌਣ ਹੈ, ਕੈਪਟਨ ਅਮਰਿੰਦਰ ਸਿੰਘ ਆ ਜਾਂ ਨਵਜੋਤ ਸਿੰਘ ਸਿੱਧੂ ਆ। ਨਵਜੋਤ ਸਿੰਘ ਸਿੱਧੂ ਨੇ ਵਾਰ ਵਾਰ ਆਪਣੀ ਲੀਡਰਸ਼ਿਪ ਦੀਆਂ ਇੱਛਾਵਾਂ ਨੂੰ ਜ਼ਾਹਰ ਵੀ ਕਰਿਆ ਤੇ ਬਹੁਤ ਥਾਵਾਂ ਤੇ ਉਹਨਾਂ ਨੇ ਕੈਪਟਨ ਸਾਹਿਬ ਨੂੰ ਲੀਡਰ ਰਹਿਣ ਦਾ ਵੀ ਕਰਿਆ ਹੈਗਾ। ਉਹਨਾਂ ਨੂੰ ਆਪਣਾ ਜਿੱਦਾਂ ਇਹ ਕਿਹਾ ਵੀ ਇਹ ਮੇਰੇ ਪਿਤਾ ਸਮਾਨ ਨੇ ਕਿ ਮੈਂ ਇਹਨਾਂ ਦਾ ਬੱਚਾ ਹੈਗਾ ਵੀ ਮੈਂ ਜਿਹੜੀ ਮੰਗ ਕਰਦਾ ਮੈਂ ਇਹ ਕਹਿੰਦਾ ਵੀ ਉਹ ਪੂਰੀ ਕਰੋ ਹਨਾ। ਇੱਕ ਕਲੈਸ਼ ਦੇ ਵਿੱਚ ਰਿਲੇਸ਼ਨਸ ਵੀ ਰਹੇ ਨੇ ਜੀ ਜੀ ਹਨਾ। ਤੁਸੀਂ ਦੇਖਿਆ ਹੋਣਾ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਆਂ ਬਾਰੇ ਡਿਬੇਟ ਹੋਈ ਸੀ, ਉਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਹੱਥ ਜੋੜ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰੀ ਆ ਵੀ ਗੁਰੂ ਦੇ ਦੋਸ਼ੀਆਂ ਨੂੰ ਨਾ ਬਖਸ਼, ਵੀ ਜੇ ਤੂੰ ਗੁਰੂ ਦੇ ਦੋਸ਼ੀਆਂ ਨੂੰ ਬਖਸ਼ਦਾ ਵੀ ਮੈਂ ਇੱਕ ਪੱਲਾ ਫੜ ਕੇ ਇੱਕ ਬੱਚਾ ਹੋਣ ਦੇ ਨਾਤੇ ਤੇਰੀ ਵੀ ਉਹ ਗੱਲ ਕਰਦਾ। ਜਿਹੜੀ ਜਦੋਂ ਫਿਰ ਉਹਦੀ ਉਸ ਇੰਨੀ ਪਿਆਰੀ ਔਰ ਜਿਹੜੀ ਅਰਜ਼ ਸੀ ਇੰਨੀ ਸਪਿਰਚੁਅਲ ਅਰਜ਼ ਸੀ ਉਹਨੂੰ ਨਹੀਂ ਸੁਣਿਆ ਗਿਆ ਤਾਂ ਫਿਰ ਉਹ ਕਿਤੇ ਨਾ ਕਿਤੇ ਉਹ ਫਿਰ ਰੇਜ ਵਿੱਚ ਵੀ ਆ ਜਾਂਦਾ, ਗੁੱਸੇ ਵਿੱਚ ਵੀ। ਤੇ ਦੂਜਾ ਉਹਦੀ ਵਾਈਫ ਨੂੰ ਜਿੱਦਾਂ ਟਿਕਟ ਨਹੀਂ ਦਿੱਤੀ ਗਈ ਉਹਦੇ 'ਚ ਉਹ ਸਪਸ਼ਟ ਰੂਪ ਵਿੱਚ ਉਹ ਦੋਸ਼ ਲਾ ਰਹੇ ਨੇ ਵੀ ਕੈਪਟਨ ਅਮਰਿੰਦਰ ਸਿੰਘ ਤੇ ਆਸ਼ਾ ਕੁਮਾਰੀ ਨੇ ਰਲ ਕੇ ਮੇਰੀ ਪਤਨੀ ਨੂੰ, ਹਾਲਾਂਕਿ ਉਹ ਅਸਲ ਕੰਟੈਂਡਰ ਸੀਗੇ ਅੰਮ੍ਰਿਤਸਰ ਦੇ, ਲਗਾਤਾਰ ਉਹ ਰਹੇ ਹੈਗੇ ਆ। ਸੋ ਇਹ ਧੜੇਬਾਜ਼ੀ ਆ ਜਿਹੜੀ ਚੱਲ ਰਹੀ ਹੈ, ਕੈਪਟਨ ਵਾਲਾ ਧੜਾ ਅਸੀਂ ਸਮਝਦੇ ਹਾਂ ਵੀ ਥੋੜ੍ਹੀ ਜ਼ਿਆਦਤੀ ਕਰ ਰਿਹਾ ਹੈਗਾ। ਨਵਜੋਤ ਸਿੰਘ ਸਿੱਧੂ ਵਰਗਾ ਲੀਡਰ ਕਿਸੇ ਪਾਰਟੀ ਲਈ ਪਾਰਟੀ ਨੂੰ ਮਜ਼ਬੂਤ ਕਰਨ ਦਾ ਮੰਜ਼ਰ ਬਣ ਸਕਦਾ ਹੈਗਾ, ਪਰ ਜੇ ਤੁਸੀਂ ਕਲੈਸ਼ 'ਚ ਕਰਕੇ ਵੀ ਇਹਨੂੰ ਭਜਾ ਕੇ ਰੱਖੋ। ਇਹੀ ਅਕਾਲੀਆਂ ਦਾ ਸੀਗਾ ਜਦੋਂ ਉਹ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਆਫ ਪਾਰਲੀਮੈਂਟ ਸੀ, ਅਕਾਲੀਆਂ ਨੇ ਕਿਹਾ ਹੋਇਆ ਸੀ ਵੀ ਇਹਨੂੰ ਪੰਜਾਬ ਤੋਂ ਬਾਹਰ ਰੱਖੋ ਵੀ ਪੰਜਾਬ 'ਚ ਸਾਡਾ ਰਾਜ ਹੈ, ਪੰਜਾਬ 'ਚ ਅਸੀਂ ਡਿਸਾਈਡ ਕਰਾਂਗੇ, ਨਵਜੋਤ ਸਿੱਧੂ ਨਹੀਂ ਕਰੂਗਾ। ਉਹੀ ਗੱਲ ਹੁਣ ਕੈਪਟਨ ਕਰ ਰਹੇ ਆ ਵੀ ਉਹਨੂੰ ਪੰਜਾਬ ਤੋਂ ਬਾਹਰ ਭਜਾਉਣਾ ਚਾਹੁੰਦਾ ਵੀ ਇੰਡੀਆ 'ਚ ਜਿੱਥੇ ਮਰਜ਼ੀ ਰੈਲੀਆਂ ਕਰਦਾ, ਫਿਰ ਕੋਈ ਟੈਨਸ਼ਨ ਨਹੀਂ। ਹਾਂ, ਕੋਈ ਟੈਨਸ਼ਨ ਨਹੀਂ ਵੀ ਉਹੀ ਹੈ ਨਾ ਵੀ ਰਾਜੇ ਅਸੀਂ ਆ, ਇਹ ਤਾਂ ਜਿਸ ਤਰ੍ਹਾਂ ਇੱਕ ਤਨਖਾਹ 'ਤੇ ਰੱਖਿਆ ਹੋਇਆ ਸੀ ਬੰਦਾ। ਤੇ ਅਵਤਾਰ ਸਿੰਘ ਜੀ, ਇਸ ਦੇ ਨਾਲ ਜੇ ਆਪਾਂ ਕਹੀਏ ਕਿ ਬਠਿੰਡੇ 'ਚ ਉਹਨਾਂ ਨੇ ਇਹ ਵੀ ਕਿਹਾ ਕਿ ਫਰੈਂਡਲੀ ਮੈਚ ਹੋ ਰਿਹਾ। ਹਾਂ ਬਿਲਕੁਲ, ਉਹੀ ਹੈ ਨਾ ਵੀ ਉਸ ਕਲੈਸ਼ 'ਚੋਂ ਕਹਿ ਰਿਹਾ, ਮਤਲਬ ਕਾਂਗਰਸ ਪਾਰਟੀ ਦਾ ਹੀ ਬੰਦਾ ਇਹ ਕਹਿ ਰਿਹਾ ਹੋਵੇ ਕਿ ਫਰੈਂਡਲੀ ਮੈਚ ਹੋ ਰਿਹਾ ਕਾਂਗਰਸ ਦੇ ਅਕਾਲੀ ਦਲ ਤੇ। ਬਹੁਤ ਇਕੱਲੇ ਨਵਜੋਤ ਸਿੰਘ ਸਿੱਧੂ ਜੀ ਨੇ, ਆਮ ਤੌਰ 'ਤੇ ਲੋਕਾਂ ਦੀ ਹੁਣ ਗੱਲ ਚੱਲ ਰਹੀ ਹੈ ਵੀ ਪਟਿਆਲੇ ਅਤੇ ਬਠਿੰਡੇ ਵਿੱਚ ਫਰੈਂਡਲੀ ਮੈਚ ਹੋ ਰਿਹਾ। ਪਟਿਆਲੇ 'ਚੋਂ ਅਕਾਲੀ ਦਲ ਮਹਾਰਾਣੀ ਪ੍ਰਨੀਤ ਕੌਰ ਨੂੰ ਵੋਟਾਂ ਪਵਾ ਰਿਹਾ,
ਤੇ ਕਾਂ ਬਠਿੰਡੇ 'ਚ ਜਿਹੜੀ ਕਾਂਗਰਸ ਆ ਉਹ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵੋਟਾਂ ਪਵਾ ਰਹੀ। ਸੋ ਉਹ ਕਹਿੰਦੇ ਵੀ ਰਲ ਮਿਲ ਕੇ ਜਿਸ ਤਰ੍ਹਾਂ ਵਿਧਾਨ ਸਭਾ ਚੋਣਾਂ 'ਚ ਅਕਾਲੀਆਂ ਨੇ ਆਪਣੀ ਵੋਟ ਡਾਈਵਰਟ ਕੀਤੀ ਆ ਕਾਂਗਰਸ ਨੂੰ ਵੀ ਤਾਂ ਉਹ ਕਿਉਂਕਿ ਆਮ ਆਦਮੀ ਪਾਰਟੀ ਨਾ ਆ ਜਾਵੇ, ਇਸੇ ਚੱਕਰ 'ਚ ਹੁਣ ਉਹ ਚੱਲ ਰਿਹਾ ਵੀ ਅੰਦਰ ਖਾਤੇ। ਸੋ ਇਹ ਬਹੁਤ ਗਲਤ ਕਿਸਮ ਦੀ ਟਰੈਡੀਸ਼ਨ ਚੱਲ ਰਹੀ ਆ, ਜਿਹੜੇ ਪਾਰਟੀ ਵਰਕਰ ਸਾਰੀ ਉਮਰ ਡੰਡੇ ਖਾ ਕੇ ਇੱਕ ਦੂਜੇ ਨਾਲ ਦੁਸ਼ਮਣੀਆਂ ਪਗਾ ਕੇ ਲੜਦੇ ਮਰ ਜਾਂਦੇ ਆ ਪਾਰਟੀ ਲਈ, ਪਾਰਟੀ ਦੇ ਲੀਡਰ ਆਪਸ 'ਚ ਗਿੱਠ-ਮਿੱਠ ਨੇ, ਤੇ ਉਹ ਆਪ ਉੱਪਰੇ ਲੈਵਲ ਤੇ ਕਿੰਨਾ ਕੁਛ ਲੈ ਦੇ ਕਰ ਰਹੇ ਨੇ। ਇਹ ਬਿਲਕੁਲ ਡੈਮੋਕ੍ਰੇਸੀ ਦੀਆਂ ਜਿਹੜੀਆਂ ਮਾਨਤਾਵਾਂ ਨੇ ਉਹਦੇ ਖਿਲਾਫ ਆ। ਜੇ ਕੈਪਟਨ ਅਮਰਿੰਦਰ ਸਿੰਘ ਇਸ ਤਰ੍ਹਾਂ ਕਰ ਰਹੇ ਆ ਤਾਂ ਇਹ ਨਿਖੇਧੀਯੋਗ ਕਾਰਜ ਹੈਗਾ। ਬਿਲਕੁਲ ਜੀ, ਔਰ ਪੰਜਾਬ ਦੇ ਲੋਕਾਂ ਨੂੰ ਵੀ ਜਿਹੜਾ ਹੈ ਇਸ ਦੇ ਬਾਰੇ ਸੋਚਣ ਦੀ ਲੋੜ ਹੈ ਕਿ ਇਹ ਹੋ ਕੀ ਰਿਹਾ ਹੈ। ਅਤੇ ਹੁਣ ਆਪਾਂ ਕੁਛ ਜਿਹੜੀਆਂ ਮਹੱਤਵਪੂਰਨ ਸੀਟਾਂ ਨੇ ਜਿੱਥੇ ਚੋਣ ਹੋਈ ਹੈਗੀ ਆ ਉਹਨਾਂ ਬਾਰੇ ਜਿਹੜੀ ਆਪਾਂ ਗੱਲਬਾਤ ਹੈ ਉਹ ਕਰਨੀ ਹੈਗੀ ਆ। ਅਵਤਾਰ ਸਿੰਘ ਜੀ, ਅਨੰਦਪੁਰ ਸਾਹਿਬ ਨੂੰ ਪੰਥਕ ਸੀਟ ਵਜੋਂ ਕਿਹਾ ਜਾਂਦਾ ਕਿਉਂਕਿ ਉੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੈ, ਕੀ ਉਸ ਉੱਥੋਂ ਦਾ ਤੁਸੀਂ ਕੀ ਸਿਨੈਰੀਓ ਦੇਖਦੇ ਹੈਗੇ ਹੋ? ਉਸ ਸਿਨੈਰੀਓ 'ਚੋਂ ਜਿੱਦਾਂ ਇਹ ਹੈਗਾ ਵੀ ਕੈਪਟਨ ਜਿਹੜੇ ਪ੍ਰੇਮ ਸਿੰਘ ਚੰਦੂਮਾਜਰਾ ਬਹੁਤ ਜ਼ਿਆਦਾ ਨਹੀਂ ਪਛੜੇ ਪਰ ਪਛੜ ਗਏ ਹੋਏ ਨੇ, ਉਹਨਾਂ 'ਚੋਂ ਕਾਂਗਰਸ ਦੀ ਜਿਹੜੀ ਧੜੇਬੰਦੀ ਖਤਮ ਹੋ ਗਈ ਹੋਈ ਹੈ ਅਤੇ ਉਹ ਇੱਕਜੁੱਟ ਹੋ ਕੇ ਉਹਨਾਂ ਨੇ ਉਹ ਕਰ ਲਈ ਹੋਈ ਹੈ, ਅਤੇ ਉਹਦੇ ਕਰਕੇ ਜਿਸ ਤਰ੍ਹਾਂ 'ਤੇ ਵੀ ਅਕਾਲੀ ਦਲ ਤੋਂ ਉਹ ਖਫਾ ਨੇ ਥੋੜ੍ਹੇ ਜਿਹੇ ਵੀ, ਕਿਉਂਕਿ ਪਿਛਲੇ 10 ਸਾਲਾਂ 'ਚ ਅਕਾਲੀ ਦਲ ਨੇ ਉਹਨਾਂ ਲਈ ਕੁਛ ਨਹੀਂ ਕਰਿਆ ਅਤੇ ਕਾਂਗਰਸ ਨੇ ਕਿਤੇ ਨਾ ਕਿਤੇ ਡਿਵੈਲਪਮੈਂਟ ਦਾ ਜਾਂ ਜਿਹੜਾ ਹੋਰ ਹੈਗਾ ਪੱਤਾ ਜਾਂ ਅਗਲੇ 3 ਸਾਲਾਂ 'ਚ ਹੋਰ ਡਿਵੈਲਪਮੈਂਟ ਕਰ ਦੇਣ ਦੇ, ਕਿਉਂਕਿ 3 ਸਾਲ ਪਏ ਆ ਨਾ ਸਰਕਾਰ ਦੇ, ਵੀ ਉਹਦੇ 'ਚੋਂ ਜਿਹੜੇ ਉਹ ਭਰੋਸੇ ਦੇ ਰਹੇ ਨੇ ਉਹਦੇ 'ਚੋਂ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਐਡਵਾਂਟੇਜ ਆ ਜਿਹੜੀ ਮਨੀਸ਼ ਤਿਵਾੜੀ ਨੂੰ ਮਿਲ ਰਹੀ ਆ। ਅਤੇ ਜੇ ਪ੍ਰੇਮ ਸਿੰਘ ਚੰਦੂਮਾਜਰਾ ਦਾ ਕੋਈ ਮਿਰੈਕਲ ਹੁੰਦਾ ਤਾਂ ਉਹ ਜਿੱਤ ਸਕਦੇ, ਜਾਣੀ ਥੋੜ੍ਹਾ ਥੋੜ੍ਹਾ ਫਰਕ ਹੈ, ਇਹਦਾ ਬਹੁਤ ਜ਼ਿਆਦਾ ਗੈਪ ਨਹੀਂ ਹੈਗਾ। ਪਰ ਗੈਪ ਹੈਗਾ, ਹਾਂ ਗੈਪ ਹੈਗਾ, 25-30-40 ਜਾਂ 50 ਹਜ਼ਾਰ ਵੋਟਾਂ ਤੱਕ ਜਿਹੜਾ ਗੈਪ ਹੈ ਉਹ ਪੈ ਚੁੱਕਿਆ ਹੋਇਆ ਤਿਵਾੜੀ ਦੇ ਹੱਕ 'ਚ, ਜਿਹੜਾ ਉਹ ਪੋਜ਼ਿਟਿਵ ਜਾ ਰਿਹਾ ਹੈ। ਬਿਲਕੁਲ ਜੀ, ਔਰ ਦੂਸਰੇ ਬੰਨੇ ਜੇ ਆਪਾਂ ਗੱਲਬਾਤ ਕਰੀਏ ਆਮ ਆਦਮੀ ਪਾਰਟੀ ਦੀ, ਪਿਛਲੇ ਦਿਨੀ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਪ੍ਰੈਜ਼ੀਡੈਂਟ ਕਹਿ ਲਈਏ ਜਾਂ ਆਪਾਂ ਕਹਿ ਲਈਏ ਕਿ ਜੋ ਦਿੱਲੀ ਤੋਂ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ, ਉਹ ਵੀ ਉੱਥੇ ਆ ਕੇ ਜਿਹੜਾ ਹੈ ਸੰਗਰੂਰ ਦੇ ਵਿੱਚ ਭਗਵੰਤ ਮਾਨ ਦੇ ਲਈ ਜਿਹੜਾ ਹੈ ਪ੍ਰਚਾਰ ਕਰਦੇ ਜਿਹੜੇ ਦੇਖੇ ਗਏ। ਔਰ ਆਮ ਆਦਮੀ ਪਾਰਟੀ ਦੇ ਕੋਲ ਇੱਕੋ ਇੱਕ ਜਿਹੜੀ ਕਹੀਏ ਕਿ ਸੀਟ ਹੈਗੀ ਆ ਜਿਹੜੀ ਉਹ ਜਿੱਤਣ ਦੀ ਕੋਸ਼ਿਸ਼ ਕਰ ਸਕਦੇ ਨੇ ਅਤੇ ਉਹ ਭਗਵੰਤ ਮਾਨ ਵਾਲੀ ਸੀਟ ਹੈਗੀ ਆ। ਅਵਤਾਰ ਸਿੰਘ ਜੀ ਕੀ ਕਹੋਗੇ ਤੁਸੀਂ? ਹਾਂ, ਇੰਗਲਿਸ਼ ਟ੍ਰਿਬਿਊਨ ਨੇ ਵੀ ਇਹੀ ਲਾਇਆ ਵੀ ਦੇ ਆਰ ਗੋਇੰਗ ਟੂ ਬੈਂਕ ਔਨ ਸੰਗਰੂਰ ਆਉਣ ਲਈ, ਹੈ ਨਾ, ਵੀ ਉਹ ਜ਼ੋਰ ਲਾ ਰਹੇ ਨੇ, ਜ਼ੋਰ ਲਾ ਰਹੇ ਆ ਸਾਰਾ, ਅਤੇ ਉਹਨਾਂ ਨੂੰ ਇਹ ਆ ਵੀ ਸਾਡਾ ਇਮੇਜ ਬਚ ਜੂਗਾ ਜੇ ਇੱਕ ਸੀਟ ਵੀ ਰਹਿ ਗਈ, ਜੇ ਸੀਟ ਰਹਿ ਗਈ ਹੋਈ ਹੈ। ਅਤੇ ਵੈਸੇ ਉਹਨਾਂ ਦੀ ਜਿਹੜੀ ਅਰਵਿੰਦ ਕੇਜਰੀਵਾਲ ਦੀ ਕਾਫੀ ਰੈਲੀ ਸਕਸੈਸਫੁਲ ਰਹੀ ਆ, ਜੇ ਆਪਾਂ ਅਸਲ 'ਚ ਸਕਸੈਸ ਨੂੰ ਇੱਦਾਂ ਨੋਟ ਕਰਦੇ ਹਾਂ ਵੀ ਕਿੰਨੇ ਲੋਕ ਆਏ ਨੇ, ਆਪਣੇ ਕੋਲ ਹੋਰ ਕੋਈ ਪੈਰਾਮੀਟਰ ਨਹੀਂ ਹੁੰਦਾ, ਹੁਣ ਲੋਕ ਆਏ ਨੇ ਲਿਆਂਦੇ ਗਏ ਨੇ ਇਹ ਸਾਰਿਆਂ 'ਚ ਹੀ ਚੱਲਦਾ, ਹੈ ਨਾ। ਚਲੋ ਆਪਾਂ ਕਿਸੇ ਦੇ ਦੋਸ਼ ਨਹੀਂ ਲਾਉਂਦੇ ਪਰ ਜਿਸ ਤਰ੍ਹਾਂ ਲੋਕਾਂ ਦੇ ਆਏ ਨੂੰ ਆਪਾਂ ਜੇ ਪੈਰਾਮੀਟਰ ਜੰਮ ਕੇ ਦੇਖੀਏ ਤਾਂ ਕਾਫੀ ਵੱਡੀ ਗਿਣਤੀ ਵਿੱਚ ਲੋਕ ਸੀ। ਸੋ ਜੇ ਇਸ ਲੈਵਲ ਤੇ ਉਹਨਾਂ ਦੀ ਹੈਗੀ ਆ ਮੂਵਮੈਂਟ ਤਾਂ ਕੋਈ ਕਾਰਨ ਨਹੀਂ ਵੀ ਭਗਵੰਤ ਮਾਨ ਸੀਟ ਨਾ ਕੱਢਣ, ਤੇ ਵੀ ਇਹ ਹੋ ਸਕਦਾ। ਹਾਲਾਂਕਿ ਲੜਾਈ ਆਪਾਂ ਮੰਨ ਰਹੇ ਸੀਗੇ ਕੇਵਲ ਸਿੰਘ ਢਿੱਲੋਂ ਤੇ ਪਰਮਿੰਦਰ ਸਿੰਘ ਢੀਂਡਸਾ ਦੇ ਦਰਮਿਆਨ, ਹੈ ਨਾ, ਪਰ ਤੇ ਜੇ ਭਗਵੰਤ ਮਾਨ ਵਾਲਾ ਫੈਕਟਰ ਇੰਨਾ ਮਜ਼ਬੂਤ ਹੈਗਾ ਜਾਂ ਪਾਰਟੀ ਨੇ ਸਮੁੱਚੇ ਪੰਜਾਬ 'ਚੋਂ ਪਾਰਟੀ ਵਰਕਰਾਂ ਨੇ ਆ ਕੇ ਸੰਗਰੂਰ 'ਚ ਕੰਮ ਕੀਤਾ ਤਾਂ ਕੋਈ ਗੱਲ ਨਹੀਂ ਵੀ ਭਗਵੰਤ ਮਾਨ ਵੀ ਉੱਥੋਂ ਜੇਤੂ ਜਿਹੜੇ ਦੁਬਾਰਾ ਜੇਤੂ ਹੈ। ਹਾਂਜੀ ਹਾਂਜੀ, ਹੋ ਸਕਦਾ। ਔਰ ਜੇ ਆਪਾਂ ਉਹੀ ਸੰਗਰੂਰ ਸੀਟ ਦੀ ਗੱਲ ਕਰੀਏ, ਪਿਛਲੇ ਦਿਨੀ ਲੱਖਾਂ ਸਧਾਣਾ ਨੇ ਵੀ ਜਿਹੜੀ ਹੈ ਇੱਕ ਰੈਲੀ ਕੱਢੀ ਹੈਗੀ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਹੱਕ ਦੇ ਵਿੱਚ, ਉਹ ਰੈਲੀ ਦੇ ਵਿੱਚ ਵੀ ਭਰਵਾਂ ਇਕੱਠ ਦੇਖਣ ਨੂੰ ਮਿਲਿਆ, ਇਹਨੂੰ ਤੁਸੀਂ ਕਿਦਾਂ ਲੈਂਦੇ ਹੋ? ਹਾਂਜੀ, ਇਹ ਮਾਨ ਸਾਹਿਬ ਦੀਆਂ ਰੈਲੀਆਂ 'ਚ ਆਮ ਤੌਰ 'ਤੇ ਦੇਖਣ ਨੂੰ ਮਿਲਦਾ ਹੈਗਾ, ਹੈ ਨਾ, ਵੀ ਲੋਕ ਇਕੱਠੇ ਹੋ ਜਾਂਦੇ ਆ ਪਰ ਵੋਟਾਂ ਵੇਲੇ ਪਤਾ ਨਹੀਂ ਉਹਨਾਂ ਨੂੰ ਕੀ ਹੋ ਜਾਂਦਾ, ਮਤਲਬ ਲੋਕੀ ਫਿਰ ਸਪੋਰਟ ਕਰਦੇ ਆ, ਵੋਟ ਨਹੀਂ ਕਰਦੇ। ਹਾਂ, ਸਪੋਰਟ ਕਰਦੇ ਆ, ਜਿਹੜੀ ਉਹਨਾਂ ਦੇ ਜਜ਼ਬਿਆਂ ਨੂੰ ਸਮਝਦੇ ਆ, ਮਾਨ ਸਾਹਿਬ ਦੀ ਕੁਰਬਾਨੀ ਨੂੰ ਵੀ ਸਮਝਦੇ ਹੈਗੇ ਆ, ਹੈ ਨਾ, ਕਾਫੀ ਵੱਡੀ ਗਿਣਤੀ ਵਿੱਚ ਲੋਕ ਆ ਜਾਂਦੇ ਹੈਗੇ ਆ। ਈਵਨ ਬਹੁਤ ਦੇਰ ਪਹਿਲਾਂ ਤੁਸੀਂ ਦੇਖਿਆ ਇੱਕ ਵਾਰੀ ਜਗਰਾਉਂ 'ਚ ਰੈਲੀ ਹੋਈ ਸੀ ਤੇ ਜਗਰਾਉਂ 'ਚ ਮੇਰੇ ਖਿਆਲ 2-2.5 ਲੱਖ ਬੰਦਾ ਕਹਿੰਦੇ ਇਕੱਠਾ ਹੋ ਗਿਆ ਸੀਗਾ, ਪਰ ਜਦੋਂ ਵੋਟਾਂ ਪੈਂਦੀਆਂ ਫਿਰ ਉਹੀ ਹਜ਼ਾਰਾਂ 'ਚ ਹੀ ਆ ਜਾਂਦੀਆਂ ਹੈਗੀਆਂ। ਸੋ ਇਹ ਲੋਕਾਂ ਦਾ ਹੁਣ ਕਿਸ ਕਿਸਮ ਦਾ, ਉਹ ਆਖਰੀ ਦਿਨਾਂ 'ਚ ਆ ਕੇ ਵੋਟਾਂ ਖਰੀਦ ਲਈਆਂ ਜਾਂਦੀਆਂ, ਉਹਨਾਂ ਨੂੰ ਕਿਸੇ ਲਾਲਚ ਵਿੱਚ ਲੈ ਲਿਆ ਜਾਂਦਾ, ਫਿਰ ਉਹਨਾਂ 'ਚੋਂ ਪੰਥਕ ਜਜ਼ਬਾ ਕਿਤੇ ਨਾ ਕਿਤੇ ਖੁਰ ਜਾਂਦਾ ਹੈਗਾ, ਜਿਹੜਾ ਉਹ ਜਿਹੜੇ ਫੈਕਟਰ ਆ ਬਹੁਤ ਕਾਊਂਟ ਹੁੰਦੇ ਆ ਤੇ ਵੋਟਾਂ ਵਿੱਚ ਨਹੀਂ ਪਲਟਦਾ ਉਹ ਇਕੱਠ। ਲੋਕ ਮਾਨ ਸਾਹਿਬ ਨੂੰ ਪਿਆਰ ਕਰਦੇ ਆ ਉੱਥੇ, ਈਵਨ ਪੂਰੇ ਪੰਜਾਬ 'ਚ ਹੀ ਕਰਦੇ ਆ, ਪਰ ਵੋਟ ਉਸ ਲੈਵਲ ਤੇ ਵੋਟ ਨਹੀਂ ਪੈਂਦੀ ਹੈਗੀ, ਇਹਦੇ ਕਾਰਨ ਆ ਜਿਹੜੇ ਮਾਨ ਸਾਹਿਬ ਨੂੰ ਲੱਭਣੇ ਚਾਹੀਦੇ ਆ। ਬਿਲਕੁਲ ਜੀ, ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ UK ਦੀ। ਇੱਥੇ ਜਿਹੜੇ ਹੈ ਆਪਾਂ ਕਹੀਏ ਕਿ ਯੂਰੋਪੀਅਨ ਯੂਨੀਅਨ ਦੇ ਜਿਹੜੇ ਇਲੈਕਸ਼ਨਸ ਨੇ ਉਹ ਆ ਰਹੇ ਨੇ, ਅਵਤਾਰ ਸਿੰਘ ਜੀ ਕੀ ਮਾਹੌਲ ਕੀ ਹੈ? UK ਬਾਹਰ ਹੋਇਆ ਨਹੀਂ ਯੂਰੋਪੀਅਨ ਯੂਨੀਅਨ 'ਚ ਅਜੇ, ਪਰ ਜਿਹੜੇ 6 ਮਹੀਨੇ ਦੀ ਟਰਮ ਮਿਲੀ ਹੈ ਉਸ ਦੇ ਵਿੱਚ ਜਿਹੜੇ ਇਲੈਕਸ਼ਨ ਨੇ ਉਹ ਆਏ ਹੈਗੇ ਨੇ MEPs ਦੇ, ਕਾਫੀ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲਿਆ ਜੀ। ਮੁਕਾਬਲਾ ਕੀ ਹੈ, ਇਹ ਕਹਿ ਸਕਦੇ ਹਾਂ ਵੀ ਉਲਟ ਫੇਰ ਹੋਇਆ ਹੋਇਆ।
ਜਿਹੜੇ ਨੇਜਲ ਫਰਾਜ ਵਾਲੀ ਬ੍ਰੈਕਸਿਟ ਪਾਰਟੀ ਉਹਨੇ ਹੁਣੇ ਕਾਇਮ ਕੀਤੇ ਹਲੇ 6 ਮਹੀਨੇ ਪਹਿਲਾਂ ਹੀ, ਕਿਉਂਕਿ ਯੂਕਿਪ ਚੋਂ ਅਸਤੀਫਾ ਦੇ ਚੁੱਕੇ ਨੇ ਉਹ। ਅੱਛਾ, ਯੂਕਿਪ ਦੀ ਲੀਡਰਸ਼ਿਪ, ਪਹਿਲਾਂ ਲੀਡਰਸ਼ਿਪ ਤੋਂ ਅਸਤੀਫਾ ਦਿੱਤਾ, ਹੌਲੀ ਹੌਲੀ ਯੂਕਿਪ ਤੋਂ ਬਾਹਰ ਆ ਗਏ ਹੋਇਆ। ਉਹਨਾਂ ਨੇ 6 ਮਹੀਨੇ ਪਹਿਲਾਂ ਹੀ ਬ੍ਰੈਕਸਿਟ ਪਾਰਟੀ ਲਾਂਚ ਕੀਤੀ ਆ ਜੀ। ਇਸ ਵੇਲੇ ਟੌਪ ਆ, ਸਭ ਤੋਂ ਜ਼ਿਆਦਾ MEP ਕਹਿੰਦੇ ਉਹਨੇ ਚੁਣੇ ਜਾ ਰਹੇ ਆ, ਵੀ ਜਿਹੜੇ ਟ੍ਰੈਂਡ ਸਾਹਮਣੇ ਆ ਰਹੇ, ਇੱਕ ਨੰਬਰ 'ਤੇ ਬ੍ਰੈਕਸਿਟ ਪਾਰਟੀ ਹੈ, ਦੂਜੇ ਨੰਬਰ 'ਤੇ ਲਿਬਰਲ ਡੈਮੋਕਰੇਟ ਆ, ਫਿਰ ਲੇਬਰ ਆ, ਚੌਥੇ ਨੰਬਰ 'ਤੇ ਕੰਜ਼ਰਵੇਟਿਵ ਆ ਜੀ। ਵੀ ਕੰਜ਼ਰਵੇਟਿਵ ਦਾ ਤੁਸੀਂ ਦੇਖੋ ਵੀ MEP ਦੀਆਂ ਇਲੈਕਸ਼ਨਾਂ 'ਚ ਇੰਨਾ ਬੁਰਾ ਨੇ, ਇਸ ਤੋਂ ਪਹਿਲਾਂ ਜਿਹੜੀਆਂ ਕੌਂਸਲ ਵਾਲੀਆਂ ਇਲੈਕਸ਼ਨ ਜਿਹੜੀਆਂ ਹੋਈਆਂ ਉਸ ਦੇ ਵਿੱਚ ਵੀ ਲੋਕਾਂ ਨੇ ਜਿੱਦਾਂ ਨਕਾਰਤਾ ਹੋਇਆ, ਕੰਪਲੀਟ ਹੀ ਦਿੱਤੇ 1300 ਜਿੱਦਾਂ ਕੌਂਸਲਰ ਆ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਹਾਰੇ ਆ, ਪਰ ਉਹ ਹੁਣ ਉਹਨਾਂ ਦੇ ਆਪਣੇ ਅੰਦਰ ਅੰਦਰੂਨੀ ਜੰਗ ਆ ਜਿਹੜੀ ਛਿੜਪੀ ਹੋਈ ਆ ਜੀ। ਬੋਰਿਸ ਜੌਨਸਨ ਨੇ ਲੀਡਰਸ਼ਿਪ ਲਈ ਆਪਣੇ ਦਾਅਵੇ ਜਿਤਾਉਣੇ ਸ਼ੁਰੂ ਕਰ ਦਿੱਤੇ ਹੋਏ ਆ, ਤੇ ਇਵਨ ਜਿਹੜੀਆਂ ਬ੍ਰੈਕਸਿਟ ਦੀਆਂ ਟਾਕ ਸੀਗੀਆਂ ਪ੍ਰਧਾਨ ਮੰਤਰੀ ਤੇ ਜਰਮੀ ਕੋਰਬਿਨ ਦੀਆਂ, ਉਹ ਵੀ ਇੱਕ ਤਰ੍ਹਾਂ ਨਾਲ ਖਤਮ ਹੋ ਗਈਆਂ। ਜਰਮੀ ਕੋਰਬਿਨ ਨੇ ਦੋਸ਼ ਲਾਇਆ ਵੀ ਅਸੀਂ ਜਿੰਨਾ ਤੱਕ ਜਾ ਸਕਦੇ ਸੀ, ਜਿੰਨਾ ਕੁ ਖੁੱਲ੍ਹ ਦੇ ਸਕਦੇ ਸੀ ਉਨੀ ਦਿੱਤੀ ਹੈਗੀ ਆ, ਪਰ ਇਹ ਤੋਂ ਜ਼ਿਆਦਾ ਕਹਿੰਦੇ ਵੀ ਅਸੀਂ ਵੀ ਨਹੀਂ ਜਾ ਸਕਦੇ, ਇਸ ਲਈ ਪ੍ਰਧਾਨ ਮੰਤਰੀ ਨੇ ਸਿਸਟਮ ਨੂੰ ਅਨਸਟੇਬਲ ਕਰ ਦਿੱਤਾ ਹੋਇਆ, ਉਹ ਜਿੱਦ 'ਤੇ ਅੜੀ ਹੋਈ ਆ, ਉਹ ਫਿਰ ਹੁਣ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦੀ। ਸੋ ਹਾਲ ਦੀ ਘੜੀ ਸਾਨੂੰ ਨਹੀਂ ਲੱਗਦਾ ਵੀ ਅਕਤੂਬਰ 'ਚ ਜਾ ਕੇ ਵੀ ਕੋਈ ਫੈਸਲਾ ਹੋਊਗਾ, ਜਾਂ ਤਾਂ ਹੋਰ ਟਾਈਮ ਲੈ ਲਿਆ ਜਾਊਗਾ, ਲੀਡਰਸ਼ਿਪ ਚੇਂਜ ਹੋਊਗੀ, ਜਾਂ ਫਿਰ ਇਲੈਕਸ਼ਨਾਂ ਹੋਣਗੀਆਂ, ਅਤੇ ਬਹੁਤ ਵੱਡਾ ਘੜਮਾਸਾ ਜਿਹੜਾ ਹੁਣ ਇਹਦਾ ਕੋਈ ਵੀ ਸਿਰਾ ਨਹੀਂ ਦਿਖਦਾ ਆਪਾਂ। ਔਰ ਬੜੀ ਹੈਰਾਨੀ ਵਾਲੀ ਗੱਲ ਆ ਕਿ ਇਸ ਤਰੀਕੇ ਦੀ ਕੰਟਰੀ ਦੇ ਵਿੱਚ ਇਸ ਘੜਮਾਸ ਪੈ ਰਿਹਾ, ਵੀ ਨਹੀਂ ਤਾਂ ਡਿਪਲੋਮੈਟਿਕਲੀ ਹੁੰਦਾ ਵੀ ਬੜੇ ਸਿਆਣੇ ਨੇ ਜੀ, ਜਾਂ ਡਿਪਲੋਮੈਟਿਕਲੀ ਸਾਰਾ ਕੁਛ ਕਲੀਅਰ ਕਰ ਲੈਂਦੇ, ਪਰ ਨਹੀਂ ਇੱਥੇ ਘੜਮਾਸ ਪੈ ਗਿਆ। ਇਹ ਤਾਂ BJP ਤੇ ਕਾਂਗਰਸ ਵਾਲਾ ਜਿਹੜਾ ਉਹ ਹੈਗਾ ਨਾ ਵੀ ਐਗਜੈਕਟ ਆਪੋਜ਼ਿਟ ਪੋਲਸ ਤੇ ਖੜੇ ਆ, ਉਹ ਸਿਸਟਮ ਕ੍ਰੀਏਟ ਹੋ ਗਿਆ ਹੋਇਆ। ਬਿਲਕੁਲ ਜੀ, ਔਰ ਦੇਖਦੇ ਹਾਂ ਕਿ ਕੀ ਇਸ ਦੇ ਵਿੱਚ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਡਿਵੈਲਪਮੈਂਟਸ ਹੈ ਉਹ ਹੁੰਦੀ ਹੈਗੀ ਹੈ। ਅਤੇ ਜੇ ਆਪਾਂ ਦੁਨੀਆ ਦੀ ਗੱਲ ਕਰਦੇ ਹਾਂ ਤਾਂ ਚਾਈਨਾ ਅਤੇ US ਦੇ ਵਿੱਚ ਜਿਹੜੀ ਟ੍ਰੇਡ ਵਾਰ ਹੈ ਉਹ ਛਿੜ ਚੁੱਕੀ ਹੋਈ ਹੈ, ਕਾਫੀ ਸਾਰੇ ਜਿਹੜੇ ਸੈਂਕਸ਼ਨਸ ਨੇ ਉਹ ਲੱਗ ਚੁੱਕੇ ਨੇ, ਕੀ ਹੋ ਕੀ ਰਿਹਾ ਅਵਤਾਰ ਸਿੰਘ ਜੀ ਜੇ ਆਪਾਂ ਦੇਖੀਏ ਸਾਰੇ ਸਿਨੈਰੀਓ ਨੂੰ? ਜੇ ਸਾਰੇ ਸਿਨੈਰੀਓ ਦਾ ਇਹ ਹੋਇਆ, ਜਿਹੜੇ ਡੋਨਲਡ ਟਰੰਪ ਆ ਨਾ, ਮੇਰਾ ਖਿਆਲ ਜਿਹੜਾ ਉਹਨਾਂ ਨੇ ਇਹ ਲਾਇਆ ਸੀਗਾ ਵੀ ਮੇਡ ਇਨ ਅਮੈਰੀਕਾ, ਵੀ ਸਾਰੀਆਂ ਚੀਜ਼ਾਂ ਅਮੈਰੀਕਾ 'ਚ ਹੀ ਬਣਨੀਆਂ ਚਾਹੀਦੀਆਂ ਨੇ, ਉਹ ਕਿਤੇ ਨਾ ਕਿਤੇ ਆਪਣੇ ਉਸ ਸੁਪਨੇ ਨੂੰ ਪੂਰਾ ਕਰਨ ਲਈ ਚਾਈਨਾ ਵਿੱਚ ਜੋ ਕੁਛ ਪ੍ਰੋਡਿਊਸ ਹੋ ਕੇ ਅਮਰੀਕਾ 'ਚ ਆ ਰਿਹਾ, ਉਹਦੇ 'ਤੇ ਵੱਡੀਆਂ ਪਾਬੰਦੀਆਂ, ਟੈਕਸ ਜਾਂ ਚੁੰਗੀ ਕਹਿ ਲਓ ਵੀ ਚੁੰਗੀ ਲਾ ਰਹੇ ਨੇ ਜੀ। ਉਹਦੇ 'ਚੋਂ ਉਹ ਉਹਨਾਂ ਦਾ ਮੇਨ ਮਕਸਦ ਇਹ ਹੈਗਾ ਵੀ ਜਿਹੜੀਆਂ ਅਮੈਰੀਕਨ ਅਤੇ ਵੈਸਟਰਨ ਕੰਪਨੀਆਂ ਚਾਈਨਾ 'ਚ ਬੈਠੀਆਂ, ਉਹ ਇਹਨਾਂ ਟੈਕਸਾਂ ਦੀ ਮਾਰ ਝੱਲਣ ਦੀ ਬਜਾਏ ਅਮੈਰੀਕਾ 'ਚ ਹੀ ਆ ਜਾਣ ਜੀ, ਵੀ ਜਿੰਨਾ ਚਾਈਨਾ 'ਚ ਮਾਲ ਬਣਾ ਕੇ ਅਮੈਰੀਕਾ 'ਚ ਲਿਆ ਕੇ ਇੰਨਾ ਟੈਕਸ ਦੇਣ ਨਾਲੋਂ ਤਾਂ ਉਹ ਅਮੈਰੀਕਾ 'ਚ ਬਹਿ ਕੇ ਮਾਲ ਬਣਾਉਂਗੇ ਤਾਂ ਉਹਨਾਂ ਨੂੰ ਜ਼ਿਆਦਾ ਫਾਇਦਾ ਹੋਊਗਾ। ਸੋ ਅਮੈਰੀਕਾ ਦਾ ਜਿਹੜਾ ਸਿਸਟਮ ਆ ਉਹ ਇਹਦੇ 'ਤੇ ਚੱਲ ਰਿਹਾ ਹੈਗਾ। ਟਫ ਵਾਰ ਸ਼ੁਰੂ ਹੋ ਗਈ, $200 ਬਿਲੀਅਨ ਦੀਆਂ ਪਾਬੰਦੀਆਂ ਅਮੈਰੀਕਾ ਨੇ ਲਾਈਆਂ, ਪਰ ਦੂਜੇ ਪਾਸੇ ਚਾਈਨਾ ਨੇ $60 ਬਿਲੀਅਨ ਦੀਆਂ ਜਿਹੜੀਆਂ ਪਾਬੰਦੀਆਂ ਹੈਗੀਆਂ ਅਮੈਰੀਕਨ ਗੁੱਡਸ 'ਤੇ ਲਾਈਆਂ, ਪਰ ਉਹ ਇੱਕਦਮ ਲਾਗੂ ਨਹੀਂ ਹੋਈਆਂ, ਜੂਨ ਤੱਕ ਉਹਨੂੰ ਸਸਪੈਂਡਡ ਰੱਖ ਲਿਆ ਗਿਆ। ਇਹਦਾ ਮਤਲਬ ਕਿਤੇ ਨਾ ਕਿਤੇ ਗੱਲਬਾਤ ਦੇ ਚਾਂਸਿਸ ਹੈਗੇ ਆ ਹਾਲ ਦੀ ਘੜੀ। ਚਾਈਨਾ ਕਿਤੇ ਨਾ ਕਿਤੇ ਉਸ ਤਰ੍ਹਾਂ ਦੇ ਵਿਰੋਧ ਵਿੱਚ ਨਹੀਂ ਆਉਣਾ ਚਾਹੁੰਦਾ ਵੀ ਕਿਤੇ ਨਾ ਕਿਤੇ ਮਾਮਲੇ ਨੂੰ ਬੈਠ ਕੇ ਸੁਲਝਾ ਲਿਆ ਜਾਵੇ, ਤਾਂ ਹੀ ਉਹਨਾਂ ਨੇ ਇੱਕਦਮ ਨਹੀਂ ਲਾਈਆਂ। ਉਹਨਾਂ ਨੇ ਜੂਨ ਤੱਕ ਦਾ ਸਮਾਂ ਰੱਖ ਕੇ 1 ਜੂਨ ਤੱਕ ਵੀ ਸਸਪੈਂਡਡ ਨੇ। ਜੇ ਅਮੈਰੀਕਾ ਉਹਨਾਂ ਦਿਨਾਂ ਦੌਰਾਨ ਡਿਪਲੋਮੈਟਿਕਲੀ ਕੁਛ ਐਨਾਲਾਈਜ਼ ਹੋ ਜਾਂਦਾ ਤਾਂ ਕਰ ਲਊਗਾ, ਪਰ ਡੋਨਲਡ ਟਰੰਪ ਦੀ ਜਿਹੜੀ ਗੱਲ ਸਮਝ ਆਉਂਦੀ ਹੈ ਵੀ ਅਮੈਰੀਕਨ ਕੰਪਨੀਆਂ ਨੇ ਉੱਥੋਂ ਕੱਢ ਕੇ ਅਮੈਰੀਕਾ 'ਚ ਲੈ ਜਾਂਦਾ ਜਾ, ਮਤਲਬ ਉਹਦੀ ਪਿਛਲੇ ਬੰਨੇ ਉਹਨਾਂ ਦੀ ਜਿਹੜੀ ਇਹ ਹੈਗੀ ਇਹ ਚੱਲਦੀ ਆ ਜੀ। ਅਤੇ ਅਵਤਾਰ ਸਿੰਘ ਜੀ, ਦੂਸਰੇ ਬੰਨੇ ਜੇ ਆਪਾਂ ਗੱਲਬਾਤ ਕਰੀਏ ਇਰਾਨ ਔਰ ਅਮੈਰੀਕਾ ਦੀ, ਇਹਨਾਂ ਦਾ ਵੀ ਜਿਹੜਾ ਮਾਹੌਲ ਹੈ ਪਿਛਲੇ ਦਿਨੀਂ ਕਾਫੀ ਵਿਗੜਦਾ ਜਿਹਾ ਜਿਹੜਾ ਹੈ ਨਜ਼ਰ ਆ ਰਿਹਾ ਹੈਗਾ, ਕੀ ਕਹੋਗੇ ਇਸ ਦੇ ਬਾਰੇ? ਹਾਂਜੀ, ਇਹ ਇਹਨਾਂ ਦਾ ਵੈਸੇ ਤਾਂ ਜਦੋਂ ਨਾ 2003 ਵਿੱਚ ਇਰਾਕ ਦੀ ਵਾਰ ਖਤਮ ਹੋਈ ਹੈ ਤਾਂ ਸ਼ੈਰਮੋਨ ਹਰਸ਼ ਹੈਗੇ ਆ, ਬਹੁਤ ਵੱਡੇ ਪੱਤਰਕਾਰ ਆ ਵੈਸਟ ਦੇ, ਜਿਨ੍ਹਾਂ ਨੇ ਮੁੜ ਕੇ ਇਰਾਕ ਦੀਆਂ ਜੇਲ੍ਹਾਂ ਵਿੱਚ ਜਿਹੜੀ ਹੁੰਦੀ ਸੀ ਨਾ, ਕਟਾਈ ਹੁੰਦੀ ਸੀ ਜਾਂ ਉਹਨਾਂ ਦਾ ਤਸ਼ੱਦਦ ਹੁੰਦਾ ਸੀ, ਉਹ ਸਾਰਾ ਕੇਸ ਕੱਢਿਆ ਸੀਗਾ ਉਹਨਾਂ ਦਾ। ਸ਼ਰਮਨ ਹਰਸ ਦਾ ਟਾਈਮ ਸੰਡੇ ਟਾਈਮਸ ਵਿੱਚ 2003 ਦੇ ਅਖੀਰ 'ਚ ਹੀ ਛਪ ਗਿਆ ਸੀਗਾ ਦਿਨ ਵੀ ਨੈਕਸਟ ਸਟੋਪ ਇਜ਼ ਇਰਾਨ, ਵੀ ਉਦੋਂ ਹੀ ਜਿਹੜੀ ਅਮੈਰੀਕਾ ਦੀ ਫੋਰਨ ਪਾਲਿਸੀ ਸੀ ਉਹਨਾਂ ਨੇ ਡਿਕਟੇਟ ਕਰ ਲਈ ਸੀ, ਕਹਿੰਦਾ ਵੀ ਅਗਲਾ ਸਟੋਪ ਆ ਜਿਹੜਾ ਇਰਾਨ ਹੋਊਗਾ ਇਰਾਕ ਤੋਂ ਬਾਅਦ। ਸੋ ਅਸੀਂ ਦੇਖ ਰਹੇ ਹਾਂ ਵੀ ਲਗਾਤਾਰ ਪਿਛਲੇ 15 ਸਾਲਾਂ ਤੋਂ ਇਰਾਨ ਦੇ ਖਿਲਾਫ ਜਿਸ ਤਰ੍ਹਾਂ ਦਾ ਘੇਰਾ ਪਾਇਆ ਜਾ ਰਿਹਾ ਵੀ ਖਾਸ ਕਰਕੇ ਉਹਦੇ ਨਿਊਕਲੀਅਰ ਪ੍ਰੋਗਰਾਮ ਨੂੰ ਲੈ ਕੇ, ਪਹਿਲਾਂ ਅਮੈਰੀਕਾ ਯੂਨੀਲੇਟਰਲੀ ਉਸ ਟ੍ਰੀਟੀ 'ਚੋਂ ਨਿਕਲਿਆ, ਹਾਲਾਂਕਿ ਯੂਰਪੀਅਨ ਕੰਟਰੀਜ਼ ਆ ਜਿਹੜੀਆਂ ਉਹਦੇ ਨਾਲ ਹਾਲੇ ਵੀ ਲੱਗੀਆਂ ਹੋਈਆਂ ਨੇ। ਹੁਣ ਪਿਛਲੇ ਦਿਨ ਇਰਾਨ ਨੇ ਵੀ ਐਲਾਨ ਕਰ ਦਿੱਤਾ ਵੀ ਅਸੀਂ ਬਹੁਤ ਸਾਰੀਆਂ ਟਰਮਸ ਐਂਡ ਕੰਡੀਸ਼ਨਸ ਆ ਜਿਹੜੀਆਂ ਉਸ ਨਿਊਕਲੀਅਰ ਟ੍ਰੀਟੀ ਦੀਆਂ ਉਹ ਅਸੀਂ ਵੀ ਨਹੀਂ ਮੰਨਾਂਗੇ ਹੁਣ, ਤੋ ਇਹ ਕਾਫੀ ਜਿੱਦਾਂ ਘੜਮਸ ਪੈ ਗਿਆ ਹੋਇਆ। ਖਾਸ ਕਰ ਇਹਦੇ 'ਚੋਂ ਇਜ਼ਰਾਈਲ ਦਾ ਜਿਹੜਾ ਰੋਲ ਸਾਹਮਣੇ ਆ ਰਿਹਾ ਉਹ ਕਾਫੀ ਨੈਗੇਟਿਵ ਆ, ਉਹ ਸਾਰੇ ਨੂੰ ਜਿਹੜੇ ਈਵਨ ਸਾਊਦੀ ਅਰਬ, UAE ਅਤੇ ਹੋਰ ਜਿਹੜੀਆਂ ਐਂਟੀ ਇਰਾਨ ਫੋਰਸਿਸ ਆ ਉਹਨਾਂ ਨੂੰ ਇਨਫਲੂਐਂਸ ਕਰਕੇ ਇੱਕ ਤਰ੍ਹਾਂ ਨਾਲ ਘੇਰਾ ਪਾ ਰਿਹਾ ਜੀ।
ਤੇ ਪਿਛਲੇ ਦਿਨੀ ਸਾਊਦੀ ਅਰਬ ਦਾ ਤੇਲ ਲਿਜਾ ਰਹੇ ਦੋ ਸਮੁੰਦਰੀ ਜਹਾਜ਼ਾਂ ਦੀ ਵੀ ਸੈਬੋਟਾਜ ਹੋਈ ਹੈ ਤੇ ਦੋਸ਼ ਲਾਇਆ ਜਾ ਰਿਹਾ ਵੀ ਇਰਾਨ ਨੇ ਕੀਤੇ ਆ, ਪਰ ਇਰਾਨ ਇਹ ਕਹਿੰਦਾ ਵੀ ਅਸੀਂ ਨਹੀਂ ਕੀਤੇ, ਇਸ ਪੈਸੇਜ ਦੀ ਤਾਂ ਸੇਫਟੀ ਲਈ ਅਸੀਂ ਵੀ ਕੰਸਰਨਡ ਹੈਗੇ ਹਾਂ। ਸੋ ਇਹ ਕੌਣ ਕਰ ਰਿਹਾ, ਕੌਣ ਨਹੀਂ ਕਰ ਰਿਹਾ, ਬਿਹਾਈਂਡ ਦੀ ਸੀਨ ਕਿਹੜੇ ਸਟੇਟ ਐਕਟਰ ਆ ਜਿਹੜੇ ਪਲੇ ਕਰ ਰਹੇ ਹੈਗੇ ਆ, ਇਹ ਕਾਫੀ ਗੁੰਝਲਦਾਰ ਮਸਲਾ। ਸ਼ੱਕ ਦੀ ਸੂਈ ਕਿਤੇ ਨਾ ਕਿਤੇ ਇਜ਼ਰਾਈਲ ਵੱਲ ਜਾਂਦੀ ਹੈਗੀ ਆ। ਸੋ ਹੁਣ ਇਰਾਨ ਦੇ ਖਿਲਾਫ ਪਾਬੰਦੀਆਂ, ਘੇਰਾ ਤੇ ਕਿਤੇ ਨਾ ਕਿਤੇ ਹੋ ਸਕਦਾ ਅਲਟੀਮੇਟਲੀ ਜੰਗ ਹੈ ਜਿਹੜੀ ਉਹ ਲੱਗ ਸਕਦੀ ਹੈਗੀ। ਬਿਲਕੁਲ ਜੀ, ਔਰ ਜਿਸ ਤਰ੍ਹਾਂ ਵੀ ਹੋਏਗਾ ਦਰਸ਼ਕਾਂ ਦੇ ਨਾਲ ਅਸੀਂ ਸਾਂਝੇ ਕਰਦੇ ਰਵਾਂਗੇ। ਅੱਜ ਦੇ ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਪ੍ਰੋਗਰਾਮ ਕਿਸ ਤਰੀਕੇ ਦਾ ਲੱਗਿਆ ਸਾਨੂੰ ਕਾਲ ਕਰਕੇ ਜ਼ਰੂਰ ਦੱਸਿਓ। ਸਾਡਾ ਸਟੂਡੀਓ ਦਾ ਨੰਬਰ ਹੈ 0121-551-001 ਤੇ ਅਖੀਰ ਤੇ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ, ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ, ਜਿਸਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ, ਵੀਡੀਓਜ਼, ਕੈਚਅਪ ਟੀਵੀ, ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ। ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ। ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ। ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ।